ਐਨੂ ਮੈਂ ਹਾਂ ਤੁਹਾਡੇ ਨਾਲ ਹਰਕੀਰਤ ਸਿੰਘ ਆਲੂਵਾਲੀਆ ਨਾਰਥ ਅਮਰੀਕਾ ਦੇ ਵਿੱਚ ਵਸਦੇ ਸਾਰੇ ਵਿਊਅਰਸ ਨੂੰ ਮੇਰੀ ਤਰਫੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਦੋਸਤੋ ਇਸ ਮੰਚ ਦੀ ਸ਼ੁਰੂਆਤ ਅੱਜ ਇੱਕ ਅਨੋਖੇ ਔਰ ਇੱਕ ਵੱਖਰੇ ਔਰ ਇੱਕ ਗੰਭੀਰ ਵਿਸ਼ੇ ਦੇ ਉੱਤੇ ਅਸੀਂ ਕਰਾਂਗੇ ਲੇਕਿਨ ਉਸ ਤੋਂ ਪਹਿਲਾਂ ਮੈਂ ਸ਼ੁਰੂਆਤ ਇਸ ਮੰਚ ਦੇ ਉੱਤੇ ਜ਼ਰੂਰ ਕਰਨਾ ਚਾਹੁੰਦਾ ਅਸੀਂ ਵੱਖ ਵੱਖ ਪਲੈਟਫਾਰਮਾਂ ਦੇ ਉੱਤੇ ਵੱਖ ਵੱਖ ਅਦਾਇਰਿਆਂ ਦੇ ਉੱਤੇ ਕਈ ਬਿਆਨ ਅਸੀਂ ਦੇਖੇ ਭਾਵੇਂ ਉਹ ਬਿਆਨ ਭਾਰਤ ਪਾਕਿਸਤਾਨ ਦੇ ਸੰਬੰਧ ਨੂੰ ਲੈ ਕੇ ਹੋਣ ਜਿਹੜੀ ਕੋਲਡ ਵੋਰ ਅੱਜ ਕੱਲ੍ਹ ਭਾਰਤ ਪਾਕਿਸਤਾਨ ਦਰਮਿਆਨ ਚੱਲ ਰਹੀ ਹੈ ਉਹਨੂੰ ਲੈ ਕੇ ਹੋਣ ਅਸੀਂ ਕੱਲ੍ਹ ਵੀ ਮੁੱਦਾ ਕੀਤਾ ਸੀਗਾ ਔਰ ਤੁਹਾਨੂੰ ਕਿਹਾ ਸੀਗਾ ਕਿ ਅੱਜ ਅਸੀਂ ਤਾਰੂਫ ਤੁਹਾਨੂੰ ਕਰਾਵਾਂਗੇ ਅਜਿਹੀਆਂ ਸ਼ਖਸੀਅਤਾਂ ਦੇ ਨਾਲ ਜਿਨ੍ਹਾਂ ਨੇ ਜੰਗ ਵੇਖੀ ਹੈ ਜ਼ਮੀਨੀ ਪੱਧਰ 'ਤੇ ਔਰ ਜੰਗ ਦਾ ਉਹਨਾਂ ਨੂੰ ਅਹਿਸਾਸ ਹੈ ਲੇਕਿਨ ਮੈਂ ਇਸ ਪ੍ਰੋਗਰਾਮ ਦੀ ਸ਼ੁਰੂਆਤ ਇੱਕ ਗੱਲ ਤੋਂ ਜ਼ਰੂਰ ਕਰਨਾ ਚਾਹੁੰਦਾ ਸਾਨੂੰ ਟੀਕਾ ਕੌਣ ਲਾਉਂਦਾ ਸਾਨੂੰ ਧਰਮ ਦਾ ਟੀਕਾ ਕੌਣ ਲਾਉਂਦਾ ਸਾਨੂੰ ਅਜਿਹੇ ਟੀਕੇ ਕੌਣ ਲਾਉਂਦਾ ਕਿ ਅਸੀਂ ਇਨਸਾਨੀਅਤ ਨੂੰ ਛੱਡ ਦਿੰਦੇ ਹਾਂ ਅਸੀਂ ਭੁੱਲ ਜਾਂਦੇ ਹਾਂ ਕਿ ਅਸੀਂ ਸਾਰੇ ਭਰਾ ਹਾਂ ਸਾਡੀ ਭਾਈਵਾਲ ਸਾਂਝ ਕੀ ਹੈ ਅਸੀਂ ਕਹਿੰਦੇ ਹਾਂ ਉਹ ਹਿੰਦੂ ਹੈ ਉਹ ਸਿੱਖ ਹੈ ਉਹ ਮੁਸਲਮਾਨ ਹੈ ਉਹ ਈਸਾਈ ਹੈ ਲੇਕਿਨ ਅਸੀਂ ਇਹ ਭੁੱਲ ਜਾਂਦੇ ਹਾਂ ਜਿਹਦੇ ਕੋਲ ਆਪਾਂ ਸੌਦਾ ਲੈਣ ਜਾਂਦੇ ਹਾਂ ਉਹ ਤਾਂ ਰਾਮ ਲਾਲ ਹੈ ਜਿਸ ਸਕੂਲ ਦੇ ਵਿੱਚ ਸਾਡੇ ਬੱਚੇ ਪੜ੍ਹਦੇ ਹਨ ਉਹ ਈਸਾਈਆਂ ਦਾ ਹੈ ਜੋ ਭਰਾ ਦਿਨ ਰਾਤ ਮਿਹਨਤ ਕਰਕੇ ਗੱਡੀ 'ਚ ਸਾਨੂੰ ਛੱਡਦਾ ਗੱਡੀ ਚਲਾਉਂਦਾ ਟੈਕਸੀ ਚਲਾਉਂਦਾ ਉਹ ਤਾਂ ਸਾਡਾ ਸਿੱਖ ਭਰਾ ਹੈ ਔਰ ਜਿਹੜਾ ਸਾਡੇ ਕੱਪੜੇ ਸਿਲਦਾ ਉਹ ਤਾਂ ਸਾਡਾ ਦਰਜੀ ਭਰਾ ਟੇਲਰ ਹੈ ਤਾਂ ਜਦ ਸਾਰੇ ਆਪਸ ਦੇ ਵਿੱਚ ਅਸੀਂ ਭਰਾ ਹਾਂ ਜਿਨ੍ਹਾਂ ਤੋਂ ਆਪਾਂ ਸਰਵਿਸਿਜ਼ ਲੈਂਦੇ ਹਾਂ ਸੇਵਾਵਾਂ ਲੈਂਦੇ ਹਾਂ ਫਿਰ ਸਾਨੂੰ ਟੀਕਾ ਕੌਣ ਲਾ ਰਿਹਾ 12 ਸਾਲ ਦੀ ਮਿਹਨਤ ਇਸ ਮੰਚ ਦੀ ਪੰਜਾਬੀ ਮਾਂ ਬੋਲੀ ਨੂੰ ਕਾਇਮ ਰੱਖਣ ਦੇ ਲਈ ਵਿਰਾਸਤ ਨੂੰ ਬਚਾਉਣ ਦੇ ਲਈ ਸੱਭਿਆਚਾਰਕ ਸਾਂਝ ਨੂੰ ਜ਼ਿੰਦਾ ਰੱਖਣ ਦੇ ਲਈ ਜਸ ਬ੍ਰੋਡਕਾਸਟਿੰਗ ਤੁਹਾਡੇ ਲਈ 12 ਸਾਲ ਤੋਂ ਸੇਵਾਵਾਂ ਕਰਦਾ ਹੋਇਆ ਆਇਆ ਇੱਕ ਸ਼ਖਸੀਅਤ ਹੈ ਜਿਹਨੇ ਕੁਛ ਨਹੀਂ ਵੇਖਿਆ ਜਿਹਨੇ ਇਸ ਟੀਕੇ ਨੂੰ ਜੋ ਕਿ ਲਾਏ ਜਾਂਦੇ ਹਨ ਬੇਬਾਕ ਤਰੀਕੇ ਨਾਲ ਇਸ ਮੰਚ ਦੇ ਉੱਤੇ ਉਹ ਲੈ ਕੇ ਆਏ ਉਹਨਾਂ ਨੇ ਕਿਹਾ ਕਿ ਤੁਸੀਂ ਆਪਣੇ ਇਰਾਦੇ ਨਹੀਂ ਬਦਲਣੇ ਤੁਸੀਂ ਇਸ ਮੰਚ ਦੇ ਉੱਤੇ ਨਿਰਪੱਖ ਗੱਲ ਕਰਨੀ ਹੈ ਵੱਖ ਵੱਖ ਇਸ ਮੰਚ ਦੇ ਉੱਤੇ ਐਂਕਰਸ ਆਏ ਵੱਖ ਵੱਖ ਇਸ ਮੰਚ ਦੇ ਉੱਤੇ ਸਾਡੇ ਨਾਲ ਪੈਨਲਿਸਟ ਜੁੜੇ ਮੈਂ ਜਸ ਪੰਜਾਬੀ ਦੇ ਦਰਸ਼ਕਾਂ ਨੂੰ ਇਹ ਦੱਸਣਾ ਚਾਹੁੰਦਾ ਕਿ 12 ਸਾਲ ਪੂਰੇ ਹੋ ਚੁੱਕੇ ਹਨ ਅੱਜ 1 ਮਾਰਚ ਨੂੰ ਲੇਕਿਨ ਇੱਕ ਸੀਰੀਅਸ ਇਸ਼ੂ ਵੀ ਚੱਲ ਰਿਹਾ ਲੇਕਿਨ ਮੈਂ ਤੁਹਾਡੀ ਜਾਣਕਾਰੀ ਲਈ ਇਹ ਵੀ ਦੱਸ ਦੇਵਾਂ ਅਸੀਂ ਤਾਂ ਟੀਵੀ ਦੇ ਸਾਹਮਣੇ ਆਉਂਦੇ ਹਾਂ ਲੇਕਿਨ ਟੀਵੀ ਦੇ ਪਿੱਛੇ ਜਦ ਸਾਨੂੰ ਇੰਸਟਰਕਸ਼ਨਸ ਮਿਲਦੀਆਂ ਹਨ ਕਿ ਤੁਸੀਂ ਬੇਬਾਕ ਤਰੀਕੇ ਨਾਲ ਸਾਰਿਆਂ ਦੀ ਗੱਲ ਸੁਣਨੀ ਹੈ ਬੇਬਾਕ ਤਰੀਕੇ ਨਾਲ ਗੱਲ ਰੱਖਣੀ ਹੈ ਤਾਂ ਕਿ ਨੋਨ ਬਾਇਸ ਤਰੀਕੇ ਨਾਲ ਗੱਲ ਹੋ ਸਕੇ ਇਹ ਨਾ ਲੱਗੇ ਕਿ ਬਾਇਸ ਤਰੀਕੇ ਨਾਲ ਗੱਲ ਹੋ ਰਹੀ ਹੈ ਉਹ ਸਾਨੂੰ ਰੱਖਣ ਦੇ ਲਈ 12 ਸਾਲ ਤੋਂ ਇਸ ਚੈਨਲ ਨੂੰ ਜ਼ਿੰਦਾ ਰੱਖਣ ਦੇ ਲਈ ਸਭ ਤੋਂ ਪਹਿਲਾਂ ਤਾਂ ਅਸੀਂ ਪੈਨੀ ਕੇ ਸੰਧੂ CEO ਇਸ ਕੰਪਨੀ ਦੇ ਉਹਨਾਂ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਪੰਜਾਬੀ ਮਾਂ ਬੋਲੀ ਨੂੰ ਕਾਇਮ ਰੱਖਣ ਦੇ ਲਈ ਭਾਈਵਾਲ ਸਾਂਝ ਰੱਖਣ ਦੇ ਲਈ ਸੱਭਿਆਚਾਰ ਨੂੰ ਜ਼ਿੰਦਾ ਰੱਖਣ ਲਈ ਸਭ ਕੁਝ ਗਿਰਵੀ ਰੱਖ ਦਿੱਤਾ ਲੇਕਿਨ ਇਸ ਚੈਨਲ ਨੂੰ ਜ਼ਿੰਦਾ ਰੱਖਿਆ ਅਸੀਂ ਧੰਨਵਾਦ ਕਰਨਾ ਚਾਹੁੰਦੇ ਹਾਂ ਉਹਨਾਂ ਦਾ ਜੋ ਕਿ ਇਸ ਮੰਚ ਦੀ ਉਹਨਾਂ ਨੇ ਸ਼ੁਰੂਆਤ ਕੀਤੀ ਸਾਡੇ ਲਈ ਕਿ ਅਸੀਂ ਆਪਣੇ ਜਜ਼ਬਾਤ ਇਸ ਮੰਚ ਦੇ ਉੱਤੇ ਰੱਖ ਸਕੀਏ ਅੱਜ 12 ਸਾਲ ਪੂਰੇ ਹੋਣ 'ਤੇ ਸਭ ਤੋਂ ਪਹਿਲਾਂ ਤਾਂ ਦਰਸ਼ਕਾਂ ਨੂੰ ਵਧਾਈ ਜਿਨ੍ਹਾਂ ਨੇ ਇਸ ਚੈਨਲ ਨੂੰ ਅੱਗੇ ਤੱਕ ਲੈ ਕੇ ਗਏ ਔਰ ਮੈਨੂੰ ਲੱਗਦਾ ਕਿ ਤੁਸੀਂ ਇਹਨੂੰ ਹੋਰ ਵੀ ਅੱਗੇ ਲੈ ਕੇ ਜਾਓਗੇ ਔਰ ਪੈਨੀ ਕੇ ਸੰਧੂ ਜੀ ਸਾਡੇ ਜਿਹੜੇ CEO ਨੇ ਕੰਪਨੀ ਦੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕੈਨ ਵੀ ਕਲੈਪ ਫੋਰ ਹਿਮ ਵੀ ਸ਼ੁੱਡ ਹੈਵ ਅ ਕਲੈਪ ਵੀ ਹੈਵ ਅ ਗੈਸਟ ਇਨ ਸਟੂਡੀਓ ਸਾਡੇ ਸਟੂਡੀਓ ਦੇ ਵਿੱਚ ਅੱਜ ਗੈਸਟ ਵੀ ਬੈਠੇ ਨੇ ਉਹਨਾਂ ਨਾਲ ਵੀ ਮੈਂ ਤੁਹਾਨੂੰ ਤਾਰੂਫ ਕਰਾਵਾਂਗਾ ਭਾਰਤ ਪਾਕਿਸਤਾਨ ਨੂੰ ਲੈ ਕੇ ਭਾਰਤ ਦੀ ਮੀਡੀਆ ਪਾਕਿਸਤਾਨ ਦੀ ਮੀਡੀਆ ਵੱਖ ਵੱਖ ਬਿਆਨ ਦੇ ਰਹੀ ਹੈ ਜੋ ਉਹਨਾਂ ਤੋਂ ਨਿਕਲ ਰਿਹਾ ਉਹ ਬਿਆਨ ਦਿੱਤੀ ਜਾ ਰਹੀ ਹੈ ਹੱਦ ਤਾਂ ਇੱਥੇ ਤੱਕ ਹੋ ਗਈ ਕਿ ਉਹਨਾਂ ਨੇ ਆਪਣੇ ਸਟੂਡੀਓ ਦੇ ਵਿੱਚ ਵੀ ਵਾਰ ਰੂਮ ਬਣਾਤਾ ਕਿ ਜਿਵੇਂ ਉਹ ਜੰਗ ਲੜ ਕੇ ਆਏ ਨੇ ਉਹਨਾਂ ਨੂੰ ਜੰਗ ਦਾ ਐਕਸਪੀਰੀਅੰਸ ਹੈ ਲੇਕਿਨ ਜਿਵੇਂ ਅਸੀਂ ਤੁਹਾਨੂੰ ਕਿਹਾ ਸੀ ਕਿ ਅਸੀਂ ਕੋਈ ਵੀ ਤਰਕ ਅਜਿਹਾ ਇਸ ਮੰਚ ਦੇ ਉੱਤੇ ਨਹੀਂ ਰੱਖਾਂਗੇ ਅੱਜ ਹੀ ਕੋਈ ਗੱਲ ਨਹੀਂ ਕਰਾਂਗੇ ਜੋ ਸਾਨੂੰ ਪਤਾ ਹੀ ਨਹੀਂ ਹੈ ਅਸੀਂ ਜੰਗ ਤਾਂ ਨਹੀਂ ਲੜੀ ਅਸੀਂ ਪੱਤਰਕਾਰਿਤਾ ਕੀਤੀ ਹੈ ਔਰ ਮੀਡੀਆ ਹਾਊਸ ਦਾ ਕੰਮ ਅਦਾਰਿਆਂ ਦਾ ਕੰਮ ਲਿੰਕ ਕਰਵਾਉਣਾ ਹੁੰਦਾ
ਇਸ ਮੰਚ ਦੇ ਉੱਤੇ ਹਰ ਕਿਸੇ ਨੂੰ ਸੱਦਾ ਦੇਣ ਦਾ ਹੁੰਦਾ ਹੈ ਕਿ ਪਾਕਿਸਤਾਨ ਦੇ ਵਿੱਚ ਵਸਦੇ ਵਸਨੀਕਾਂ ਨੂੰ ਵੀ ਸੁਣੋ ਔਰ ਭਾਰਤ ਦੇ ਵਿੱਚ ਰਹਿੰਦੇ ਵਸਨੀਕਾਂ ਨੂੰ ਵੀ ਸੁਣੋ। ਅੱਜ 12 ਸਾਲ ਪੂਰੇ ਹੋਣ ਦੇ ਬਾਅਦ ਜਿੱਥੇ ਇੱਕ ਪਾਸੇ ਵਿਸ਼ਵ ਪੱਧਰ 'ਤੇ ਭਾਰਤ ਅਤੇ ਪਾਕਿਸਤਾਨ ਦੀ ਰਿਲੇਸ਼ਨਸ਼ਿਪ ਨੂੰ ਲੈ ਕੇ ਗੱਲ ਹੋ ਰਹੀ ਹੈ, ਅੱਜ ਸਾਡਾ ਇਹ ਟੀਚਾ ਸੀਗਾ ਕਿ ਭਾਰਤ ਦੇ ਵਿੱਚ ਵਸਦੇ ਵਸਨੀਕ, ਪਾਕਿਸਤਾਨ ਦੇ ਵਿੱਚ ਵਸਦੇ ਵਸਨੀਕ ਜਿਨ੍ਹਾਂ ਨੇ ਆਪਣੀ ਜ਼ਿੰਦਗੀ, ਆਪਣਾ ਜਨਮ ਉਹਨਾਂ ਦਾ ਭਾਰਤ ਦੇ ਵਿੱਚ ਹੋਇਆ, ਪਾਕਿਸਤਾਨ ਦੇ ਵਿੱਚ ਹੋਇਆ, ਉਹਨਾਂ ਨੂੰ ਇਸ ਮੰਚ ਦੇ ਉੱਤੇ ਲੈ ਕੇ ਆਈਏ ਔਰ ਜੋ ਕਿ ਯੂਨਾਈਟਿਡ ਸਟੇਟਸ ਆਫ ਅਮੈਰੀਕਾ ਦੀ ਇਸ ਧਰਤੀ ਦੇ ਉੱਤੇ ਕਈ ਸਾਲਾਂ ਤੋਂ ਰਹਿ ਰਹੇ ਹਨ, ਉਹਨਾਂ ਦਾ ਦਿਲ ਕੀ ਕਹਿੰਦਾ, ਉਹਨਾਂ ਦੇ ਜਜ਼ਬਾਤ ਕੀ ਕਹਿੰਦੇ ਹਨ, ਉਹਨਾਂ ਦਾ ਮਨ ਕੀ ਕਹਿੰਦਾ ਹੈ, ਉਹਨਾਂ ਦੀ ਵਿਚਾਰ, ਉਹਨਾਂ ਦੇ ਤਰਕ, ਉਹਨਾਂ ਦੇ ਪ੍ਰਤੀਕਰਮ ਕੀ ਕਹਿੰਦੇ ਹਨ। ਅੱਜ ਇਹ ਗੱਲ ਅਸੀਂ ਇਸ ਮੰਚ ਦੇ ਉੱਤੇ ਰੱਖਣਾ ਚਾਹੁੰਦੇ ਹਾਂ ਅਤੇ ਮੇਰੇ ਨਾਲ ਸਟੂਡੀਓ ਦੇ ਵਿੱਚ ਕਾਫੀ ਸਾਰੇ ਗੈਸਟ ਮੌਜੂਦ ਹਨ, ਪੈਨਲਿਸਟ ਮੌਜੂਦ ਹਨ ਜੋ ਕਿ ਅੱਜ ਇਸ ਗੱਲ ਨੂੰ ਰੱਖਣਗੇ। ਮੈਂ ਉਹਨਾਂ ਨਾਲ ਤੁਹਾਨੂੰ ਤਾਰੂਫ ਵੀ ਕਰਾਵਾਂਗਾ, ਲੇਕਿਨ ਮੇਰੇ ਨਾਲ ਜਿਹੜੇ ਮੇਨ ਪੈਨਲਿਸਟ ਮੌਜੂਦ ਹਨ ਉਹਨਾਂ ਨਾਲ ਮੈਂ ਤੁਹਾਨੂੰ ਜ਼ਰੂਰ ਤਾਰੂਫ ਕਰਾਉਣਾ ਚਾਹੁੰਦਾ, ਉਹਨਾਂ ਦੇ ਵੀ ਮੈਂ ਵਿਚਾਰ ਜ਼ਰੂਰ ਜਾਣਨਾ ਚਾਹੁੰਦਾ। ਮੇਰੇ ਨਾਲ ਇਸ ਮੰਚ ਦੇ ਉੱਤੇ ਅੱਜ ਮੌਜੂਦ ਹਨ ਮਿਸਟਰ ਆਲੂਵਾਲੀਆ, ਜਿਨ੍ਹਾਂ ਨੇ ਬਤੌਰ 40 ਸਾਲ ਇੰਡੀਅਨ ਏਅਰਫੋਰਸ ਦੇ ਵਿੱਚ ਆਪਣੀ ਸੇਵਾ ਕੀਤੀ, ਗਰੁੱਪ ਕੈਪਟਨ ਰਹੇ, ਵਿੰਗ ਕਮਾਂਡਰ ਰਹੇ, ਵੱਖ ਵੱਖ ਅਹੁਦੇ ਦੇ ਉੱਤੇ ਉਹਨਾਂ ਨੇ ਆਪਣੀ ਸੇਵਾਵਾਂ ਦਿੱਤੀਆਂ। ਇੰਡੀਅਨ ਆਰਮੀ ਨੂੰ ਸੰਬੰਧ ਰੱਖਦੇ ਹੋਏ ਉਹਨਾਂ ਨੇ ਕਈ ਸਾਰੀ ਜੰਗਾਂ ਦੇਖੀਆਂ, ਅੱਜ ਉਹਨਾਂ ਦੇ ਵਿਚਾਰ ਲਵਾਂਗੇ। ਮੇਰੇ ਨਾਲ ਮਕਬੂਲ ਮਲਿਕ ਹਨ, ਕਰਨਲ ਰਹਿ ਚੁੱਕੇ ਨੇ ਪਾਕਿਸਤਾਨ ਆਰਮੀ ਦੇ ਵਿੱਚ, ਔਰ ਜਦ ਅਸੀਂ ਗੱਲ ਨੌਰਥ ਅਮੈਰੀਕਾ ਦੀ ਕਰਦੇ ਹਾਂ ਤਾਂ ਪਾਕਿਸਤਾਨ ਐਸੋਸੀਏਸ਼ਨ ਦੇ ਵਾਈਸ ਪ੍ਰੈਜ਼ੀਡੈਂਟ ਵੀ ਹਨ, ਥਿੰਕ ਟੈਂਕ ਹਨ ਪਾਕਿਸਤਾਨ ਦੇ, ਔਰ ਕਈ ਥਿੰਕ ਟੈਂਕ ਅੱਜ ਮੇਰੇ ਨਾਲ ਬਤੌਰ ਗੈਸਟ ਵੀ ਮੌਜੂਦ ਹਨ ਸਟੂਡੀਓ ਦੇ ਵਿੱਚ, ਜੋ ਕਿ ਭਾਰਤ ਦੇ ਥਿੰਕ ਟੈਂਕ ਹਨ, ਜੋ ਕਿ ਪਾਕਿਸਤਾਨ ਦੇ ਥਿੰਕ ਟੈਂਕ ਹਨ। ਇੰਟਲੈਕਚੁਅਲ ਲੋਕਾਂ ਨੂੰ, ਇੰਟਲੈਕਚੁਅਲ ਲੋਕਾਂ ਦੀ ਗੱਲ ਸੁਣਨੀ ਮੀਡੀਆ ਹਾਊਸਿਸ ਦਾ ਕੰਮ ਹੁੰਦਾ, ਅਦਾਰਿਆਂ ਦਾ ਕੰਮ ਹੁੰਦਾ, ਇਸੇ ਕਰਕੇ ਸਾਡੀ ਅੱਜ ਦੀ ਇਹੀ ਮੁਹਿੰਮ ਹੈ ਕਿ ਅਸੀਂ ਇਹਨਾਂ ਨੂੰ ਸੁਣੀਏ ਕਿ ਇਹ ਚਾਹੁੰਦੇ ਹਨ ਜੰਗ, ਕਿ ਇਹ ਚਾਹੁੰਦੇ ਹਨ ਕਿ ਪਾਕਿਸਤਾਨ ਦੇ ਵਿੱਚ ਵਸਦੇ ਵਸਨੀਕ ਆਹਤ ਹੋਣ, ਕਿ ਇਹ ਚਾਹੁੰਦੇ ਹਨ ਕਿ ਭਾਰਤ ਦੇ ਵਿੱਚ ਵਸਦੇ ਵਸਨੀਕ ਆਹਤ ਹੋਣ। ਸਾਡੀ ਜ਼ਿੰਮੇਦਾਰੀ ਕੀ ਹੈ, ਸਾਡੇ ਮਸਲੇ ਕੀ ਹਨ, ਸਾਡੀ ਸਾਂਝ ਕੀ ਹੈ, ਸਾਡੇ ਕੀ ਹਨ ਮੁੱਦੇ, ਕਰਾਂਗੇ ਇਹਨਾਂ ਮੁੱਦਿਆਂ ਦੇ ਉੱਤੇ ਵਿਚਾਰ ਵਟਾਂਦਰਾ, ਕਿਉਂਕਿ ਇਹੀ ਤਾਂ ਹੈ ਅੱਜ ਦਾ ਮੁੱਦਾ। ਮਿਲਦੇ ਹਾਂ ਬ੍ਰੇਕ ਤੋਂ ਬਾਅਦ। ਹਾਜ਼ਰ ਹਾਂ ਤੁਹਾਡੀ ਖਿਦਮਤ ਦੇ ਵਿੱਚ ਅੱਜ ਦਾ ਮੁੱਦਾ ਲੈ ਕੇ। ਜਿਵੇਂ ਕਿ ਅਸੀਂ ਤੁਹਾਨੂੰ ਦੱਸ ਰਹੇ ਸੀਗੇ ਕਿ ਜ਼ੁਬਾਨੀ ਜੰਗ ਭਾਰਤ ਪਾਕਿਸਤਾਨ ਵਿਚਾਲੇ ਜਿਹੜੀ ਚੱਲ ਰਹੀ ਹੈ ਉਹਦੇ ਅਸਲੀ ਮਾਇਨੇ ਕੀ ਹਨ। ਮੇਰੇ ਨਾਲ ਪੈਨਲਿਸਟ ਮੌਜੂਦ ਹਨ ਔਰ ਪੈਨਲ ਦੇ ਵਿੱਚ ਮੇਰੇ ਨਾਲ ਮਿਸਟਰ ਆਲੂਵਾਲੀਆ ਮੌਜੂਦ ਹਨ, ਜਿਨ੍ਹਾਂ ਨੇ ਬਤੌਰ ਇੰਡੀਅਨ ਆਰਮੀ ਦੇ ਵਿੱਚ ਆਪਣੀ 40 ਸਾਲ ਦੀ ਜ਼ਿੰਦਗੀ ਸਮਰਪਿਤ ਕੀਤੀ, ਅਤੇ ਨਾਲ ਮੇਰੇ ਨਾਲ ਮਿਸਟਰ ਮਲਿਕ ਹਨ, ਜਿਨ੍ਹਾਂ ਨੇ ਬਤੌਰ ਕਰਨਲ ਪਾਕਿਸਤਾਨ ਆਰਮੀ ਦੇ ਵਿੱਚ ਆਪਣੀ ਸੇਵਾ ਦਿੱਤੀ। ਤਾਂ ਸਭ ਤੋਂ ਪਹਿਲਾਂ ਮੈਂ ਕਮੈਂਟ ਜਾਣਨਾ ਚਾਹਾਂਗਾ ਮਿਸਟਰ ਆਲੂਵਾਲੀਆਂ ਹੋਰਾਂ ਦਾ ਕਿ ਉਹ ਕੀ ਸਮਝਦੇ ਹਨ ਔਰ ਇਸ ਜ਼ੁਬਾਨੀ ਜੰਗ ਨੂੰ ਉਹ ਕਿਸ ਲਿਹਾਜ਼ ਨਾਲ ਵੇਖਦੇ ਹਨ। ਇਟਸ ਵੈਰੀ ਅਨਫੋਰਚੁਨੇਟ, ਬੜੀ ਅੱਛੀ ਗੱਲ ਨਹੀਂ ਹੈਗੀ ਕਿ ਭਾਈ ਜੋ ਵੀ ਹੋ ਰਿਹਾ ਠੀਕ ਹੈ, ਜੋ ਹੋ ਗਿਆ ਸੀ। ਆਈ ਮਸਟ ਫਸਟ ਆਫ ਆਲ ਮੈਂ ਪਾਕਿਸਤਾਨ ਦੇ ਪ੍ਰਾਈਮ ਮਿਨਿਸਟਰ ਸਾਹਿਬ ਨੇ ਕਹਿਣਾ, ਜਿਹੜਾ ਉਹਨਾਂ ਨੇ ਪਾਇਲਟ ਨੂੰ ਰਿਲੀਜ਼ ਕਰਕੇ ਵਾਪਸ ਇੰਡੀਆ ਦੇਸ਼ ਭੇਜਤਾ, ਇਟਸ ਏ ਗੁੱਡ ਜੈਸਚਰ। ਐਂਡ ਮੇਰਾ ਖਿਆਲ ਹੈ ਇਹਦੇ ਨਾਲ ਕੋਈ ਟੈਨਸ਼ਨ ਦੇ ਵਿੱਚ ਡੈਫੀਨੇਟਲੀ ਫਰਕ ਆਉਣਾ ਚਾਹੀਦਾ, ਔਰ ਉਹਨਾਂ ਨੇ ਮੂਵ ਕੀਤੀ ਹੈ। ਐਂਡ ਸੇਮ ਸਾਡੀ ਗੌਰਮੈਂਟ ਵੀ ਠੀਕ ਹੀ ਸੋਚੇਗੀ। ਐਕਚੁਲੀ ਦੇਖਿਆ ਜਾਏ ਅਸੀਂ ਲੜਾਈਆਂ ਲੜੀਆਂ, ਮਿਲਟਰੀ ਮੈਨ ਇੱਕ ਉਹ ਸ਼ਖਸ ਹੈ ਜਿਹੜਾ ਬਿਲਕੁਲ ਲੜਾਈ ਨਹੀਂ ਚਾਹੁੰਦਾ। ਹਾਂ, ਜੇ ਸਾਹਮਣੇ ਆ ਜਾਏ ਤਾਂ ਫਿਰ ਤਾਂ ਲੜਾਂਗੇ ਹੀ, ਲੇਕਿਨ ਐਜ਼ ਫਾਰ ਐਜ਼ ਪੋਸੀਬਲ ਇਹੀ ਕੋਸ਼ਿਸ਼ ਹੁੰਦੀ ਹੈ ਕਿ ਤੁਸੀਂ ਲੜਾਈ ਨਾ ਹੀ ਲੜੋ। ਬਾਕੀ ਰਿਹਾ ਤੁਸੀਂ ਜਿਸ ਤਰ੍ਹਾਂ ਪ੍ਰੈਸ ਦੀਆਂ ਗੱਲਾਂ ਕੀਤੀਆਂ, ਅਤੇ ਪ੍ਰੈਸ ਤਾਂ ਅੱਜ ਕੱਲ੍ਹ ਤੁਹਾਨੂੰ ਪਤਾ ਹੀ ਹੈ ਸੈਂਸੇਸ਼ਨਲ ਨਿਊਜ਼ ਦੇਣ ਨੂੰ ਹਮੇਸ਼ਾ ਤਿਆਰ ਆ, ਨਹੀਂ ਤਾਂ ਹੋ ਸਕਦਾ ਉਹਨਾਂ ਦਾ ਪ੍ਰੈਸ ਹੀ ਪੇਪਰ ਹੀ ਨਾ ਵਿਕੇ। ਤੁਸੀਂ ਸਾਰੇ ਮੈਕ ਕਰ ਰਹਿੰਦੇ ਹੋ, ਤੁਸੀਂ ਇੱਥੇ ਵੀ ਦੇਖਿਆ ਕੀ ਹੋ ਰਿਹਾ,
एक तरफ न्यूज़ तुसी फॉक्स ते सुनो या होर दुनिया चैनल ने उन्हां ते सुनो CNN या वद दे आर टोटली डिफरेंट। तो वही हिसाब साढ़े पाकिस्तान च है, वही हिसाब साढ़े हिंदुस्तान च है। इहनूं कोई कोई दुरुस्त कर सकदा है तो बड़ी वधिया गल है। और अगर प्रेस वाले सच्चियां खबरां देन उहदे नाल मुल्क दा भी भला होएगा और शांति भी आएगी। हाँ, यह नहीं मैं कह रहा कि जो कोई गलत खबर उन्होंने ना छापन पर उन्होंने सेंसेशनल बना के नहीं छापना चाहिए। उन्होंने बिल्कुल सीधे साधारण लफ्जों से जड़ा के ऑर्डिनरी आदमी जरा समझ साढ़े वर्गी है थोड़ी बहुत वो जरा वो समझे जरा मैन ऑन द स्ट्रीट समझ सके जी हालात में वह जी रिपोर्टिंग सीधे लफ्जों से करने ज़्यादा बेहतर है। मिस्टर मलिक मैं थोड़े तो जानना चाहना पाकिस्तान को कहा जाता कि टैररिस्ट कंट्री है, यह जी पिक्चर फ्रेम की जाती है कि दहशतगर्दी पाकिस्तान के सब तो ज़्यादा वेखन को मिलती है, जैश ए मुहम्मद और जोड़े वक् वक् होर टैररिस्ट उत्थे एक्टिविटियां होंगे ग्रुप हैगे ने की हैगा जमीनी पद्धर से पाकिस्तान की सच्चाई तुसी तो बतौर आर्मी के। बहुत बहुत शुक्रिया हरकीरत आलूवालिया साहब। सब तो पहले तो मैं थोड़े चैनल मुबारकबाद देंगा थोड़ी 12वीं सालगिरह की और मेरे वास्ते एक बड़ी खुशी का मुकाम है कि अज के दिन मैं इतने हाज़र हाँ और उस नाल नाल मेरे वास्ते एक होर बड़ी ऑनर का मुकाम है कि मैं ग्रुप कैप्टन आलूवालिया साहब के नाल बैठा है। शुक्रिया। और फौजी जड़े ने उन्हां दी कहिंदे ने कि DNA एको ही हुंदा है जी, साड़ी सोच एको ही है और आलूवालिया साहब ने बहुत अच्छा स्टेज सैट किया। गोइंग टूवर्ड्स दी सब्जेक्ट, तुसी एक बड़ा अच्छा सवाल पूछा कि पाकिस्तान दे उत्ते एक बहुत वड्डी इंडाइटमेंट है कि असी एक टैररिस्ट स्टेट हैं या असी टैररिस्ट लोग हैं। तुहाडे सामने मैं इत्थे बैठा हाँ, मैनू टॉप तो लैके टो तक दसो मैं कित्थों टैररिस्ट हाँ। मेरे बहुत सारे हिंदुस्तानी और पाकिस्तानी भरा और भैणां मेरे सामने ऑडियंस विच भी बैठे ने, इन्हां दे विच कीहड़ी चीज़ सानूं ऐसी नज़र आती है, कोई फैंग्स, कोई दंद या कोई उन्होंने नाखुन, ये सारा कुछ एक बनाया होया हवा है। जिस जगह तो मैं बिलोंग करना है, मैं एक बड़ा प्राउड पाकिस्तानी पंजाबी हैं और पंजाब के उत्ते बहुत वड़े इल्ज़ाम ने सारे पास्यों कि पंजाबी जड़े ने ये फसादी ने, ये पंजाबी जड़े ने फौजी ने, ये पंजाबियों की फौज है और ये पंजाबी हिंदू और इंडिया सेंट्रिक किस्म दियां पॉलिसीज़ बनाते ने, ये सब कुछ रबिश है। मैं आज तक कोई टैररिस्ट अपनी अखा नाल नहीं देखा और मैं एक ऑनेस्ट कन्फेशन दस रहा था। किस तरह के होंगे ने टैररिस्ट, आई एम श्योर होंगे जरूर ने, ये नहीं कि गलत है, लेकिन एक छोटी जी मिसाल दिना। मेरे घर के कोल लाहौर दे विच एक जगह है मुरीद के, जिन्हों के टैररिस्ट का एक गढ़ समझा जाता, वो लाहौर तो तकरीबन 7-8-10 मील दूर है। उत्तों मेरा को 50 वारी गुजर होया, जाना होया, मैं उत्थे कोई टैररिस्ट कैंप नहीं देखा। आनेस्ट टू गॉड, जिस तरह के टैररिस्ट कैंप का मेरे दोस्त हिंदुस्तानी मीडिया वाले एक जिन पेंट करते हैं, आनेस्ट टू गॉड वो एक हवाई जिन है, वो कितने भी एग्जिस्ट नहीं करता। ये लोग जरूर मौजूद ने, टैररिस्ट हैगे ने, लेकिन उन्होंने पिछे टैररिस्ट कितों ग्रो होए, किस पैसे ने ग्रो किए, उन्होंने की तारीख है, वो हिंदुस्तान के पॉलिसी मेकरस भी बहुत अच्छी तरह पता है और पाकिस्तान के पॉलिसी मेकरस भी बहुत अच्छी तरह। मलिक साहब, लेकिन अखबार सुर्खियाँ यह भी कहें कि उसामा बिन लादेन उस तो बाद हाफिज सईद वर्गे जेड़े आतंकी संगठन उत्थे उन्होंने चलाए, अमेरिका ने उसामा बिन लादेन नू पाकिस्तान जाके ढेर किया तो पाकिस्तान उन्होंने पनाह दिता है। ये उस तो भी वड्डा एक आई वुड से इल्ज़ाम है जिदे विच मैनू कोई सच्चाई नज़र नहीं आती। उसामा बिन लादेन जरूर पकड़िया गया पाकिस्तान तो, वह एबटाबाद तो पकड़िया गया, एबटाबाद जिथों पकड़िया गया वो उस तकरीबन 1 मील दूर पाकिस्तान मिलट्री अकैडमी है जिथों मैंने कमीशन मिले से अज तो कई साल पहला, उत्थे असी रोज़ दौड़ते भजते सां, बेशुमार दुनिया उत्थे रहिंदी सी, सानू किसी शख्स की शक्ल नहीं याद उत्ते कि उत्थे कौन लोग रहिंदे सी,
ਉਹ ਵੈਦਰ ਉਹ ਕੋਈ ਟੈਰਰਿਸਟ ਸੀ ਜਾਂ ਕੋਈ ਹੋਰ ਸੀ, ਇੱਕ ਸ਼ਖਸ ਆ ਕੇ ਉੱਥੇ ਲੁੱਕ ਗਿਆ, ਉਹਦੇ ਪਿੱਛੇ ਕੁਛ ਪੈਸਾ ਸੀ, ਉਹਦੇ ਪਿੱਛੇ ਕੁਛ ਬਹੁਤ ਸਾਰੇ ਪਲੈਨ ਸੀ, ਉਹਨੂੰ ਉੱਥੇ ਲਿਆ ਕੇ ਛੁਪਾ ਦਿੱਤਾ ਗਿਆ। ਔਰ ਆਈ ਐਮ ਸ਼ੋਰ ਹਿੰਦੁਸਤਾਨ ਦੇ ਵਿੱਚ ਦਿੱਲੀ ਜਾਂ ਡੇਰਾਦੂਨ ਦੇ ਕਿਸੇ ਮਹੱਲੇ 'ਚ ਵੀ ਉਹ ਬੰਦਾ ਰਹਿੰਦਾ ਹੁੰਦਾ ਤਾਂ ਉਹ ਇਸੇ ਤਰ੍ਹਾਂ ਹੀ ਰਹਿ ਰਿਹਾ ਹੁੰਦਾ। ਲੇਕਿਨ ਜਿਸ ਵਕਤ ਪਤਾ ਚੱਲਿਆ, ਜਿਸ ਵਕਤ ਉਹ ਉਹਨੂੰ ਫਾਈਂਡ ਆਊਟ ਕਰ ਲਿਆ ਗਿਆ, ਹੀ ਵਾਜ਼ ਟੇਕਨ ਟੂ ਟਾਸਕ। ਅਗਰ ਉਹ ਅਮੈਰੀਕਨਸ ਨੇ ਇੱਕ ਓਪਰੇਸ਼ਨ ਕਰਕੇ ਉਹਨੂੰ ਟੇਕ ਆਊਟ ਕੀਤਾ, ਉਹ ਇੱਕ ਡਿਫਰੈਂਟ ਗੱਲ ਸੀ। ਮੈਂ ਤੁਹਾਨੂੰ ਇੱਕ ਗੱਲ ਦਾ ਯਕੀਨ ਦਿਵਾ ਕੇ ਕਹਿ ਸਕਦਾ ਕਿ ਅਗਰ ਉਹ ਪਾਕਿਸਤਾਨ ਨੂੰ ਦੱਸਿਆ ਜਾਂਦਾ ਕਿ ਉਸਾਮਾ ਬਿਨ ਲਾਦਿਨ ਇੱਥੇ ਛੁਪਿਆ ਹੋਇਆ, ਤਾਂ ਪਾਕਿਸਤਾਨ ਅਮਰੀਕਾ ਤੋਂ ਵੀ ਜਲਦੀ ਉਸ ਸ਼ਖਸ ਨੂੰ ਉੱਥੋਂ ਡੂ ਅਵੇ ਕਰ। ਮਲਿਕ ਸਾਹਿਬ, ਇਹ ਵੀ ਕਿਹਾ ਜਾਂਦਾ ਕਿ ਤਾਜ ਦੇ ਉੱਤੇ ਜਿਹੜਾ ਹਮਲਾ ਹੋਇਆ 26/11 ਜਿਹੜੀ ਵਾਪਰੀ ਹਿੰਦੁਸਤਾਨ ਦੇ ਵਿੱਚ, ਮੁੰਬਈ ਦੇ ਵਿੱਚ, ਸਾਰੇ ਦਹਿਸ਼ਤਗਰਦ ਪਾਕਿਸਤਾਨ ਤੋਂ ਆਏ ਸੀ। ਇਹ ਵੀ ਇੱਕ ਬੜਾ ਡਿਬੇਟੇਬਲ ਮਸਲਾ ਹੈ। ਅੱਜ ਤੱਕ ਇਹ ਮਸਲਾ ਕਿਸੇ ਕੋਰਟ ਦੇ ਵਿੱਚ ਕਿਸੇ ਜਗ੍ਹਾ 'ਤੇ ਪ੍ਰੂਵ ਨਹੀਂ ਹੋ ਸਕਿਆ। ਇਹ ਲੋਕ ਅਗਰ ਸੀਗੇ ਤਾਂ ਦੇ ਆਰ ਟੋਟਲੀ ਨਾਨ ਸਟੇਟ ਐਕਟਰਸ। ਉਹਨਾਂ ਦਾ ਪਾਕਿਸਤਾਨ ਦੀ ਕਿਸੇ ਏਜੰਸੀ ਦੇ ਨਾਲ, ਪਾਕਿਸਤਾਨ ਦੀ ਆਰਮ ਫੋਰਸਿਸ ਨਾਲ, ਪਾਕਿਸਤਾਨ ਦੀ ਹਕੂਮਤ ਦੇ ਨਾਲ ਕੋਈ ਕਿਸੇ ਤਰ੍ਹਾਂ ਦਾ ਤਾਲੁਕ ਨਹੀਂ ਸੀ। ਮੈਂ ਇੱਥੇ ਇੱਕ ਚੀਜ਼ ਕਹਿੰਦਾ ਚੱਲਾਂਗਾ। ਮੈਂ ਆਪਣੀ ਜਨਰੇਸ਼ਨ ਵੱਲੋਂ ਇਹ ਤੁਹਾਨੂੰ ਇਸ ਮੌਕੇ ਦੇ ਉੱਤੇ ਇਹ ਪੇਸ਼ ਕਰ ਰਿਹਾ, ਮੈਂ ਆਪਣਾ ਇੱਕ ਆਰਗੂਮੈਂਟ। ਮੇਰੀ ਜਨਰੇਸ਼ਨ ਇਸ ਚੀਜ਼ ਦਾ ਸ਼ਿਕਾਰ ਹੋ ਗਈ ਹੈ। ਦੁਨੀਆ 'ਚ ਕਿਤੇ ਵੀ ਪਾਕਿਸਤਾਨੀ ਕੋਈ ਬੱਚਾ ਜਾਂ ਪਾਕਿਸਤਾਨੀ ਕੋਈ ਬੰਦਾ ਜਾ ਕੇ ਆਪਣੇ ਆਪ ਨੂੰ ਇੰਟਰੋਡਿਊਸ ਕਰਦਾ ਹੈ ਤਾਂ ਪਹਿਲੀ ਚੀਜ਼ ਜਿਹੜੀ ਕਿ ਉਹਦੇ ਮੁਤਲਕ ਸੋਚੀ ਜਾਂਦੀ ਹੈ, ਇਹ ਕਿਤੇ ਟੈਰਰਿਸਟ ਤਾਂ ਨਹੀਂ। ਇਹ ਇੱਕ ਇੰਨੀ ਵੱਡੀ ਬੇਇਨਸਾਫੀ ਹੈ ਪਾਕਿਸਤਾਨ ਦੀ ਇਸ ਜਨਰੇਸ਼ਨ ਦੇ ਨਾਲ, ਜਿਹੜੀ ਕਿ ਸਿਰਫ ਔਰ ਸਿਰਫ ਭਾਰਤ ਦੇ ਮੀਡੀਆ ਨੇ ਕ੍ਰੀਏਟ ਕੀਤੀ ਹੈ। ਔਰ ਇਸ ਦਾ ਦੇਣਾ ਜਿਹੜਾ ਹੈ ਪਤਾ ਨਹੀਂ ਕਿਸ ਤਰ੍ਹਾਂ ਦਿੱਤਾ ਜਾਏ। ਜੀ ਆਲੂਵਾਲੇ ਸਾਹਿਬ, ਤੁਸੀਂ ਆਪਣਾ ਤਰਕ ਰੱਖ ਸਕਦੇ ਹੋ। ਮਲਿਕ ਸਾਹਿਬ, ਆ ਬੜੇ ਅਫਸੋਸ ਦੀ ਗੱਲ ਹੈ, ਇਹ ਭਾਰਤ ਦੇ ਮੀਡੀਆ ਨੇ ਨਹੀਂ ਕੀਤਾ, ਇਹ ਸਾਰੀ ਵਰਲਡ ਨੇ ਕੀਤਾ ਹੋਇਆ ਹੈ। ਤੁਸੀਂ ਅੱਜ ਵੀ ਦੇਖੋ, ਯੂਨਾਈਟਿਡ ਨੇਸ਼ਨਜ਼ ਵਿੱਚ 4 ਨੇਸ਼ਨਜ਼ ਨੇ ਸਿਕਿਉਰਿਟੀ ਕੌਂਸਲ ਵਿੱਚ ਪ੍ਰਪੋਜ਼ਲ ਦੇ ਰਹੇ ਨੇ। ਔਰ ਇੱਥੋਂ ਤੱਕ ਤੁਸੀਂ ਉਸਾਮਾ ਬਿਨ ਲਾਦਿਨ ਦੀ ਗੱਲ ਕੀਤੀ ਹੈ ਕਿ ਉਹ ਉੱਥੇ ਰਹਿ ਰਹੇ ਸਨ, ਉਹ ਕਿਸੇ ਨੂੰ ਪਤਾ ਨਹੀਂ ਸੀ। ਤੁਹਾਡੇ ਪ੍ਰੈਜ਼ੀਡੈਂਟ ਨੂੰ 10 ਵਾਰੀ ਪੁੱਛਿਆ ਗਿਆ, ਉਹਨਾਂ ਨੇ, ਇਹ ਤੁਹਾਡੇ ਪ੍ਰੈਜ਼ੀਡੈਂਟ ਦੀ ਸਪੀਚ ਹੈ ਕਿ ਮੈਨੂੰ ਨਹੀਂ ਪਤਾ ਕਿੱਥੇ ਹੈਗਾ। ਇਹ ਆਈ ਲੀਵ ਇਟ ਟੂ ਦ ਪਬਲਿਕ ਐਂਡ ਦ ਵਰਲਡ ਟੂ ਨੋ ਕਿ ਅਗਰ ਉਹ ਕਹਿਣ ਕਿ ਬਈ ਸਾਨੂੰ ਨਹੀਂ ਪਤਾ ਕਿ ਉਹ ਕਿੱਥੇ ਹੈਗਾ, ਔਰ ਤੁਹਾਡੇ ਨੱਕ ਦੇ ਥੱਲੇ ਉਹ ਉਹਨਾਂ ਨੇ ਰਿਹਾਇਸ਼ ਰੱਖੀ ਹੋਈ ਹੈ, ਕਿਹਨੂੰ ਉਹਨੇ ਪ੍ਰੋਟੈਕਟ, ਔਰ ਕਿਸ ਤਰ੍ਹਾਂ ਉਹਨਾਂ ਨੂੰ ਪਕੜਿਆ ਗਿਆ, ਅਮੈਰੀਕਨ ਦੀ CIA ਨੇ ਕਿਸ ਤਰ੍ਹਾਂ ਉਹਨਾਂ ਨੂੰ ਲੋਕੇਟ ਕੀਤਾ, ਕਿਸ ਤਰ੍ਹਾਂ ਮਾਰੇ, ਦੈਟਸ ਅ ਡਿਫਰੈਂਟ ਸਟੋਰੀ ਆਲ ਟੂਗੈਦਰ। ਪਰ ਇਹ ਕਹਿਣਾ ਕਿ ਬਈ ਉੱਥੇ ਹੈ ਨਹੀਂ, ਹੈ ਕੈਂਪ ਹੈਗੇ ਨੇ, ਔਰ ਮਜਬੂਰੀਆਂ ਨੇ ਤੁਹਾਡੀਆਂ, ਮੈਂ ਸਮਝਿਆ ਇਹ ਕਿਉਂ, ਇਹ ਸੈਕਟ ਕਿਉਂ ਪੈਦਾ ਕੀਤਾ ਗਿਆ, ਕਿਸ ਵਾਸਤੇ ਕੀਤਾ ਗਿਆ, ਵਿਸਾਰ ਦੇ ਵਿੱਚ ਕਿਹੜੀ ਮਜਬੂਰੀ ਹੈ ਪਾਕਿਸਤਾਨ ਦੀ, ਕੀ ਮਜਬੂਰੀ ਤੁਹਾਨੂੰ ਲੱਗਦੀ ਹੈ? ਪਹਿਲਾਂ ਤਾਂ ਅਫਗਾਨਿਸਤਾਨ ਤੋਂ ਸ਼ੁਰੂ ਹੋਇਆ, ਉਹ ਫਿਰ ਮਿਡਲ ਈਸਟ ਵਿੱਚ ਪ੍ਰੋਬਲਮ ਆ ਗਈ, ਫਿਰ ਇੱਧਰ ਇਹਨਾਂ ਨੂੰ ਕਸ਼ਮੀਰ ਦੇ ਨਾਲ ਪ੍ਰੋਬਲਮ ਕ੍ਰੀਏਟ ਕਰਨ ਵਾਸਤੇ ਆਪ ਅਤੇ ਆਰਮੀ ਦੇ ਨਾਲ ਆਪਣੇ ਸਾਹਮਣੇ ਲੜਦੇ, ਤਾਂ ਫਿਰ ਤਾਂ ਵਾਰ ਵਾਲੀਆਂ ਗੱਲਾਂ ਹੋ ਜਾਣੀਆਂ ਸੀ ਨਾ, ਅਤੇ ਬਿਹਤਰ ਇਹ ਸੀ ਕਿ ਟੈਰਰਿਸਟ ਨੂੰ ਯੂਜ਼ ਕੀਤਾ ਜਾਏ। ਠੀਕ ਹੈ, ਇਹ ਤਾਂ ਰੋਜ਼ ਦਾ ਦਿਹਾੜੀ ਦੀ ਗੱਲ ਹੈ, ਜਿਹੜੇ ਬੰਬ ਸੈਲਫ ਸੁਸਾਈਡ ਦੇ ਇੰਨੇ ਹੈ ਕੇਸਿਸ ਇੰਡੀਆ 'ਚ, ਤਾਂ ਖੈਰ ਪਹਿਲੀ ਵਾਰੀ ਹੋਇਆ। ਤੁਸੀਂ ਦੇਖੇ ਪਾਕਿਸਤਾਨ, ਐਕਚੁਅਲੀ ਦੇਖਿਆ ਜਾਏ ਤਾਂ ਪਾਕਿਸਤਾਨ ਦੇ ਵਿੱਚ ਟੈਰਰਿਸਟ ਦੇ ਨਾਲ ਜ਼ਿਆਦਾ ਕੈਜੁਅਲਟੀਜ਼ ਹੋਈਆਂ, ਉਹ ਕਿਹਨਾਂ ਨੇ ਕੀਤੀਆਂ, ਉਹ ਕਿਉਂ ਕੀਤੀਆਂ, ਉਹ ਉੱਥੋਂ ਹੀ ਤੁਹਾਡਾ ਹੀ ਪੈਦਾ ਹੋਏ ਨੇ ਜਿਨ੍ਹਾਂ ਨੇ ਪਾਕਿਸਤਾਨੀਆਂ ਨੂੰ ਮਾਰਿਆ। ਚਲੋ, ਆਪਣੇ ਨਾਲ ਸਾਡੇ ਨਾਲ ਗੈਸਟ ਪੈਨਲਿਸਟ ਵੀ ਇੱਥੇ ਮੌਜੂਦ ਨੇ, ਉਹਨਾਂ ਦੇ ਵੀ ਆਪਾਂ ਤਰਕ ਲੈ ਲੈਂਦੇ ਹਾਂ। ਆਪਾਂ ਸ਼ੁਰੂਆਤ ਡਾਕਟਰ ਟੀਨਾ ਤੋਂ ਕਰਦੇ ਹਾਂ। ਜਦ ਗੱਲ ਆਉਂਦੀ ਡਾਕਟਰ ਟੀਨਾ ਦੀ, ਤਾਂ ਸਿੱਖ ਕਮਿਊਨਿਟੀ ਦੇ ਵਿੱਚ ਉਹਨਾਂ ਦਾ ਅਹਿਮ ਯੋਗਦਾਨ ਹੈਗਾ ਔਰ ਅਹਿਮ ਭੂਮਿਕਾ ਉਹ ਨਿਭਾਉਂਦੇ ਹਨ। ਡਾਕਟਰ ਟੀਨਾ, ਕੀ ਲੱਗਦਾ ਤੁਹਾਨੂੰ? ਦੇਖੋ ਜੀ, ਮੈਨੂੰ ਇਸ ਗੱਲ ਦੀ ਸਮਝ ਨਹੀਂ ਆਉਂਦੀ, ਜਦੋਂ ਅਸੀਂ ਇੰਡੀਆ ਦੀ ਅਖਬਾਰ ਪੜ੍ਹਦੇ ਹਾਂ ਤਾਂ ਲੱਗਦਾ ਕਿ ਜਿਵੇਂ ਪਾਕਿਸਤਾਨ ਉਹਨਾਂ ਦਾ ਸਭ ਤੋਂ ਵੱਡਾ ਐਨਮੀ ਉਹ ਹੈ। ਜਦੋਂ ਅਸੀਂ ਪਾਕਿਸਤਾਨ ਦੇ ਅਖਬਾਰ ਪੜ੍ਹਦੇ ਹਾਂ ਤਾਂ ਸਾਨੂੰ ਸਮਝ ਨਹੀਂ ਆਉਂਦੀ ਕਿ ਹਿੰਦੁਸਤਾਨ ਉਹਨਾਂ ਦਾ ਸਭ ਤੋਂ ਵੱਡਾ ਐਨਮੀ ਕਿਵੇਂ ਬਣ ਜਾਂਦਾ। ਪਰ ਜਦੋਂ ਅਸੀਂ ਇੱਥੇ ਨਿਊਟਰਲ ਬੈਠੇ ਹਾਂ ਅਮੈਰੀਕਾ ਦੇ ਵਿੱਚ, ਤਾਂ ਸਾਨੂੰ ਲੱਗਦਾ, ਸਾਨੂੰ ਜ਼ਿਆਦਾ ਸਮਝ ਆਉਂਦੀ ਹੈ ਕਿ ਇਹ ਜਿਹੜਾ ਮੀਡੀਆ ਹੈ ਇਹ ਇਹੋ ਜਿਹਾ ਹਾਲਾਤ ਪੈਦਾ ਕਰ ਦਿੰਦਾ ਕਿ ਸਾਨੂੰ ਤਾਂ ਸਮਝ ਨਹੀਂ ਆਉਂਦੀ ਹੁੰਦਾ ਕੀ ਪਿਆ। ਇਹ ਜੋ ਕੁਛ ਹੁੰਦਾ ਪਿਆ ਅਨਨੈਸੈਸਰੀ ਹੈ। ਅੱਛਾ, ਇੱਕ ਹੋਰ,
ਜਦੋਂ ਅਸੀਂ ਇੱਥੇ ਪਾਕਿਸਤਾਨੀ ਭਰਾਵਾਂ ਨੂੰ, ਪੰਜਾਬੀਆਂ ਨੂੰ ਜਾਂ ਦੂਸਰਿਆਂ ਨੂੰ ਮਿਲਦੇ ਹਾਂ, ਸਾਨੂੰ ਲੱਗਦਾ ਕਿ ਉਹ ਸਾਡੇ ਵਰਗੇ ਨੇ, ਸਾਡੇ ਸਾਥੋਂ ਇੰਨਾ ਪਿਆਰ ਜਿੰਨਾ ਸਾਨੂੰ ਉਹ ਦਿੰਦੇ ਨੇ, ਸਾਨੂੰ ਆਪਣੇ ਜਿਹੜੇ ਹਿੰਦੁਸਤਾਨ ਦੇ ਵਾਲੇ ਕਹਿ ਲਓ ਕਿ ਉਹ ਉਨਾ ਹੀ ਮਿਲਦਾ। ਪਰ ਜਦੋਂ ਅਸੀਂ ਹਿੰਦੁਸਤਾਨ 'ਚ ਹੁੰਦੇ ਹਾਂ, ਉੱਥੇ ਜਾਂਦੇ ਹਾਂ, ਤਾਂ ਲੋਕ ਕਹਿੰਦੇ ਨੇ ਜੀ ਪਾਕਿਸਤਾਨ ਤਾਂ ਇਸ ਤਰ੍ਹਾਂ, ਪਾਕਿਸਤਾਨੀ ਇੱਦਾਂ, ਪਾਕਿਸਤਾਨ ਦੇ ਬੰਦੇ ਇੱਦਾਂ ਦੇ ਨੇ। ਅਤੇ ਪਰ ਇਹ ਇਹ ਮਤਲਬ ਇਹ ਇੱਕ ਇਹ ਰੀਜ਼ਨ ਹੈ, ਬਿਗ ਜਿਹੜਾ ਜਿਹੜਾ ਹੈਗਾ ਇਸ਼ੂ ਹੈ, ਜਿਹੜਾ ਜਿਹੜਾ ਸਾਡੀ ਪ੍ਰੈਸ ਹੈਗੀ ਹੈ ਉਹ ਮੈਨੂੰ ਨਹੀਂ ਸਮਝਦੀ ਇਸ ਗੱਲ ਦੀ ਕਿ ਇਸ ਤਰ੍ਹਾਂ ਦਾ ਇਮੇਜ ਕ੍ਰੀਏਟ ਕਰਨਾ ਕਿ ਸਾਡੇ ਵਾਸਤੇ ਕਿੰਨਾ, ਪਬਲਿਕ ਵਾਸਤੇ ਕਿੰਨਾ ਗਲਤ ਹੈ। ਇਮੇਜ ਕ੍ਰੀਏਟ ਕੀਤੀ ਜਾ ਰਹੀ, ਤੁਸੀਂ ਤੁਹਾਨੂੰ ਲੱਗਦਾ ਕਿ ਇਹ ਸਾਂਝਾ ਪੰਜਾਬ ਹੈ? ਅਤੇ ਸਾਂਝੇ ਪੰਜਾਬ ਤੋਂ ਮੈਨੂੰ ਚੇਤੇ ਆਉਂਦਾ ਸਾਡੇ ਨਾਲ ਅੱਜ ਪੈਨਲ ਦੇ ਵਿੱਚ ਸਾਂਝੇ ਪੰਜਾਬ ਦੇ ਵੀ, ਯਾਨੀ ਕਿ ਪੰਜਾਬ ਦੇ ਉਸ ਪਾਸੇ ਔਰ ਪੰਜਾਬ ਦੇ ਇਸ ਪਾਸੇ ਤੋਂ ਵੀ ਪੈਨਲਿਸਟ ਮੌਜੂਦ ਹਨ। ਮੈਂ ਉਹਨਾਂ ਨਾਲ ਤੁਹਾਨੂੰ ਤਾਰੁਫ ਕਰਾ ਦਾਂ। ਡਾਕਟਰ ਟੀਨਾ ਨੇ ਆਪਣੀ ਗੱਲ ਰੱਖ ਲਈ, ਸੈਯਦ ਅਲਮਦਾਰ ਸ਼ਾਹ ਆਪਣਾ ਸਾਂਝਾ ਪੰਜਾਬ ਯਾਨੀ ਕਿ ਜਿਹੜਾ ਪਾਕਿਸਤਾਨ ਵਾਲਾ ਹਿੱਸਾ ਹੈਗਾ ਪੰਜਾਬ ਦਾ, ਉੱਥੋਂ ਇਹ ਤਾਲੁਕ ਰੱਖਦੇ ਹਨ। ਡਾਕਟਰ ਗੁਰਿੰਦਰਪਾਲ ਸਿੰਘ ਜੋਸਨ ਇੱਥੋਂ ਦੇ ਵਾਲੇ ਪੰਜਾਬ ਦੇ ਯਾਨੀ ਕਿ ਭਾਰਤ ਵਾਲਾ ਪੰਜਾਬ ਤੋਂ ਤਾਲੁਕ ਰੱਖਦੇ ਹਨ। ਮਰੀਅਮ ਚੌਧਰੀ ਪਾਕਿਸਤਾਨ ਵਿਚਾਲੇ ਜਿਹੜਾ ਪੰਜਾਬ ਹੈਗਾ ਉੱਥੋਂ ਤਾਰੁਫ ਰੱਖਦੇ ਹਨ, ਅਤੇ ਇਹਨਾਂ ਨੇ ਇੱਕ ਆਪਣਾ ਸੰਗਠਨ ਬਣਾਇਆ ਸਾਂਝਾ ਪੰਜਾਬ। ਅਤੇ ਮੈਂ ਡਾਕਟਰ ਗੁਰਿੰਦਰਪਾਲ ਸਿੰਘ ਜੋਸਨ ਤੋਂ ਜਾਣਨਾ ਚਾਹਾਂਗਾ, ਉਹਨਾਂ ਦਾ ਓਪਨਿੰਗ ਕਮੈਂਟ ਕੀ ਹੈਗਾ ਇਸ ਮਸਲੇ ਦੇ ਉੱਤੇ। ਸਤਿ ਸ਼੍ਰੀ ਅਕਾਲ ਜੀ। ਪਹਿਲੇ ਤਾਂ ਜੈਸ ਟੀ ਵੀ ਦੇ ਦਰਸ਼ਕਾਂ ਨੂੰ ਮੇਰੇ ਵੱਲੋਂ ਵਧਾਈ 12 ਸਾਲ ਦੀ ਐਨਵਰਸਰੀ 'ਤੇ। ਅਸੀਂ ਸਾਂਝਾ ਪੰਜਾਬ ਜਿਹੜਾ ਸ਼ੁਰੂ ਕੀਤਾ ਸੀ ਮੰਚ, ਲਹਿੰਦੇ ਦੇ ਚੜ੍ਹਦੇ ਪੰਜਾਬ ਨੂੰ ਬਣਾਇਆ ਸੀ। ਇਹ ਉਸ ਤੋਂ ਬਾਅਦ ਕੀਤਾ ਜਦੋਂ ਕਰਤਾਰਪੁਰ ਕੋਰੀਡੋਰ ਦਾ ਉਦਘਾਟਨ ਉਹਨਾਂ ਨੇ ਖੋਲ੍ਹਣ ਦੀ ਤਜਵੀਜ਼ ਰੱਖੀ। ਗੁਰੂ ਨਾਨਕ ਸਾਹਿਬ ਨੇ ਉਹ ਉਹਨਾਂ ਕਰਕੇ ਉਹਨਾਂ ਦੇ ਗੁਰਦੁਆਰੇ ਦੇ ਦਰਸ਼ਨ ਕਰਨ ਵਾਸਤੇ ਕੋਰੀਡੋਰ ਖੋਲ੍ਹਿਆ ਜਾ ਰਿਹਾ, ਅਤੇ ਉਹਨਾਂ ਦਾ ਉਪਦੇਸ਼ ਸੀ ਸਾਂਝੀਵਾਲਤਾ ਦਾ, ਵੀ ਅਸੀਂ ਇੱਕ ਰੱਬ ਦੇ ਸਾਰੇ ਭੈਣ ਭਰਾ ਆਪਸ 'ਚ ਰਲ ਮਿਲ ਕੇ ਪਿਆਰ ਮੁਹੱਬਤ ਦੇ ਨਾਲ ਰਹੀਏ। ਉਸੇ ਚੀਜ਼ ਨੂੰ ਅਸੀਂ ਵਧਾਉਂਦੇ ਹਾਂ। ਜਦੋਂ ਮੈਂ ਵੀ ਇੰਡੀਆ 'ਚ ਰਹਿੰਦਾ ਸੀ ਅਤੇ ਅਸੀਂ ਪਾਕਿਸਤਾਨ ਬਾਰੇ ਇਹੀ ਸਮਝਦੇ ਸਾਂ ਵੀ ਉਹ ਸਾਡੇ ਵਿਰੋਧੀ ਨੇ, ਪਰ ਜਦੋਂ ਇੱਥੇ ਆ ਕੇ ਦੇਖਿਆ ਉਹਨਾਂ ਲੋਕਾਂ ਨਾਲ ਮੇਲ ਮਿਲਾਪ ਹੋਇਆ ਅਤੇ ਇੱਦਾਂ ਲੱਗਿਆ ਵੀ ਉਹ ਸਾਡੇ ਪੰਜਾਬ ਵਾਲੇ ਜਿੱਦਾਂ ਆਂਢ ਗੁਆਂਢ ਅਸੀਂ ਰਹਿੰਦੇ ਸੀ। ਉਸੇ ਚੀਜ਼ ਨੂੰ ਅਸੀਂ ਇਕੱਠਾ ਕਰਕੇ ਇੱਕ ਸਾਂਝਾ ਪੰਜਾਬ ਬਣਾਇਆ ਜੋ ਕਿ ਆਪਣੀ ਪੰਜਾਬੀ ਮਾਂ ਬੋਲੀ ਨੂੰ ਪ੍ਰਫੁੱਲਿਤ ਕਰੇਗਾ ਅਤੇ ਅੱਗੇ ਵੱਧ ਚੱਲ ਕੇ ਅਸੀਂ ਚੱਲਾਂਗੇ। ਅੱਜ ਕੱਲ੍ਹ ਜਿਹੜਾ ਚੱਲਿਆ ਇੰਡੀਆ ਦੇ ਪਾਕਿਸਤਾਨ ਦੇ ਵਿੱਚ ਜੋ ਚੱਲ ਰਿਹਾ, ਮੇਰੇ ਖਿਆਲ ਨਾਲ ਅਤੇ ਬਾਕੀਆਂ ਦੇ ਖਿਆਲ ਨਾਲ ਵੀ ਇਹੀ ਹੈ, ਜ਼ਿਆਦਾਤਰ ਇਸ ਨੂੰ ਮੀਡੀਏ ਨੇ ਗਲਤ ਦਿਸ਼ਾ ਵਿੱਚ ਭੇਜ ਦਿੱਤਾ। ਜੇ ਮੀਡੀਆ ਆਪਣੀ ਜ਼ਿੰਮੇਵਾਰੀ ਸਹੀ ਨਿਭਾਏਗਾ ਤਾਂ ਇਹ ਬਿਲਕੁਲ ਸਹੀ ਤਰੀਕੇ ਨਾਲ ਸ਼ਾਂਤੀ ਹੋ ਸਕਦੀ। ਦੋਨੋਂ ਮੁਲਕਾਂ ਦੇ ਜਿਹੜੀ ਪਬਲਿਕ ਹੈਗੀ ਇੱਕ ਦੂਜੇ ਨੂੰ ਟੋਟਲੀ ਪਿਆਰ ਕਰਦੀ ਹੈ। ਕੁਛ ਮੀਡੀਆ ਵਾਲੇ ਅਤੇ ਕੁਛ ਜਿਹੜੇ ਪੋਲੀਟਿਕਸ ਦੇ ਕੁਛ ਲੀਡਰ ਹੈਗੇ ਜਿਸ ਜਿਹੜੇ ਇਸ ਚੀਜ਼ ਨੂੰ ਇਲੈਕਸ਼ਨ ਸਟੰਟ ਕਹਿ ਲਓ ਜਾਂ ਹੋਰ ਚੀਜ਼ਾਂ ਕਰਕੇ ਇਸ ਨੂੰ ਜ਼ਿਆਦਾ ਪ੍ਰਚਾਰ ਦੇ ਨੇ। ਅਤੇ ਤੁਹਾਨੂੰ ਲੱਗਦਾ ਕਿ ਮੀਡੀਆ ਜ਼ਿੰਮੇਵਾਰ ਹੈਗੀ ਕਰਤਾਰਪੁਰ ਲਾਂਘਾ, ਤੁਹਾਨੂੰ ਲੱਗਦਾ ਹੁਣ ਖੁੱਲ੍ਹੇਗਾ ਨਹੀਂ ਖੁੱਲ੍ਹੇਗਾ? ਮੈਂ ਇਹ ਵੀ ਸਵਾਲ ਤੁਹਾਡੇ ਤੋਂ ਜ਼ਰੂਰ ਲਵਾਂਗਾ, ਲੇਕਿਨ ਮੇਰੇ ਤੁਹਾਡੇ ਨਾਲ ਬਿਲਕੁਲ ਬੈਠੇ ਨੇ ਸੈਯਦ ਅਲਮਦਾਰ ਸ਼ਾਹ, ਉਹਨਾਂ ਤੋਂ ਵੀ ਮੈਂ ਜਾਣਨਾ ਚਾਹੁੰਦਾ ਕਿ ਉਹਨਾਂ ਦਾ ਤਰਕ ਕੀ ਹੈਗਾ। ਜੀ ਬੜੀ ਮਿਹਰਬਾਨੀ ਜਨਾਬ, ਬਹੁਤ ਸ਼ੁਕਰੀਆ ਤੁਹਾਡਾ ਕਿ ਤੁਸੀਂ ਅੱਜ ਸਾਨੂੰ ਬੁਲਾਇਆ ਇੱਥੇ। ਵੇਖੋ ਜੀ, ਉਹ ਪੰਜਾਬੀ ਦਾ ਇੱਕ ਕਹਾਵਤ ਹੈ ਵੀ ਰੰਡੀ ਰੰਡਿਆਪਾ ਕੱਟ ਲੈਂਦੀ ਹੈ, ਉਹਨੂੰ ਮੁਸ਼ਟੰਡੇ ਨਹੀਂ ਜੀਣ ਦਿੰਦੇ। ਇਹ ਜਿਹੜਾ ਇਸ ਵਕਤ ਮੀਡੀਆ ਦਾ ਰੋਲ ਹੈ ਨਾ ਜੀ, ਉਹ ਇਹਨਾਂ ਮੁਸ਼ਟੰਡਿਆਂ ਦਾ ਹੈ ਇਸ ਵੇਲੇ। ਮੈਂ ਮਾਜ਼ਰਤ ਦੇ ਨਾਲ ਤੁਹਾਡੀ ਗੱਲ ਨਹੀਂ ਕਰ ਰਿਹਾ, ਲੇਕਿਨ ਤੁਸੀਂ ਹਕੀਕਤ ਵੇਖੋ ਕਿ ਜਿਸ ਦਿਨ ਕਰਤਾਰਪੁਰ ਬਾਰਡਰ ਖੁੱਲ੍ਹਿਆ ਹੈ, ਉਸ ਦਿਨ ਤਾਂ ਜਨਰਲ ਬਾਜਵਾ ਜਿਹੜਾ ਉਹ ਸਭ ਤੋਂ ਆਲਾ ਇਨਸਾਨ ਬਣ ਗਿਆ। ਸਾਰੀ ਦੁਨੀਆ ਕਹਿੰਦੀ ਸੀ ਇਹਦੇ ਤੋਂ ਚੰਗਾ ਬੰਦਾ ਹੀ ਕੋਈ ਨਹੀਂ। ਪ੍ਰਾਈਮ ਮਿਨਿਸਟਰ ਸਾਡਾ ਜਿਹੜਾ ਸੀ ਉਹਨੂੰ ਕਹਿੰਦੇ ਸੋ ਜੀ ਕਿ ਇਹ ਇੰਡੀਆ ਆ ਕੇ ਇਲੈਕਸ਼ਨ ਲੜ ਲਏਗਾ ਅਤੇ ਜਿੱਤ ਜਾਏਗਾ। ਅਤੇ ਵੇਖੋ ਇਹ ਹੋਇਆ ਕੀ ਹੈ, ਇੱਕਦਮ ਕਿ ਦਿਨਾਂ ਦੇ ਵਿੱਚ ਹੀ ਉੱਥੇ ਜੰਗ ਦੇ ਬਾਂਬੜ, ਔਰ ਅੱਜ ਫਲਾਈਟਾਂ ਬੰਦ ਨੇ ਪੰਜਾਬ ਦੀਆਂ, ਲਾਹੌਰ ਦੀ ਫਲਾਈਟ ਬੰਦ ਹੈ, ਇੱਥੋਂ ਸਾਡੇ ਅਮੈਰੀਕਨ ਗਏ ਹੋਏ ਵਿਚਾਰੇ ਅਬੂਧਾਬੀ ਅਤੇ ਕਤਰ ਉੱਥੇ ਰੁੜ ਰਹੇ ਨੇ ਜੀ। ਕਰੋੜੋ ਅਰਬੋਂ ਰੁਪਏ ਦਾ ਨੁਕਸਾਨ ਪੰਜਾਬ ਨੂੰ ਹੋ ਰਿਹਾ ਹੈ। ਉੱਧਰੋਂ ਬਾਰਡਰ ਖੁੱਲ੍ਹੇ ਨੇ, ਉੱਧਰੋਂ ਕਹਿੰਦੇ ਜੀ ਟਮਾਟਰ ਬੰਦ ਕਰ ਦੇਵਾਂਗੇ। ਇਹ ਕੀ ਹੈ? ਅਸੀਂ ਪੰਜਾਬੀ ਅੱਲਾ ਦੇ ਫਜ਼ਲ ਨਾਲ ਇਕੱਠੇ ਰਹੇ ਹਾਂ, ਅੱਗੇ ਵੀ ਰਵਾਂਗੇ, ਔਰ ਇੱਥੇ ਆ ਕੇ ਅਸੀਂ ਇਹ ਸੋਚਿਆ ਕਿ 71 ਸਾਲ ਵਿੱਚ ਅਗਰ ਸਾਨੂੰ ਪੋਲੀਟੀਕਲ ਪਾਰਟੀਆਂ ਇਕੱਠਾ ਨਹੀਂ ਕਰ ਸਕੀਆਂ ਤਾਂ ਅਸੀਂ ਤਾਂ ਇਕੱਠੇ ਹੋ ਸਕਦੇ ਹਾਂ, ਬਲਕਿ ਅਸੀਂ ਇਕੱਠੇ ਇੱਥੇ ਹਾਂ। ਮੈਂ ਤਾਂ ਇਹ ਰਿਕੁਐਸਟ ਕਰਨਾ ਕਿ ਤੁਸੀਂ ਗੱਲ ਕਰੋ ਪੀਸ ਦੀ, ਤੁਸੀਂ ਗੱਲ ਕਰੋ ਅਮਨ ਦੀ। ਪੰਜਾਬ ਪੰਜਾਬੀ ਕਦੀ ਵੀ ਲੜਦੇ ਨਹੀਂ, ਪੰਜਾਬੀਆਂ ਦੇ ਤਾਂ ਗੱਲ ਲੜਾਈ ਹੋਏ ਨਾ ਜੀ, ਅਤੇ ਥੋੜ੍ਹੀ ਦੇਰ ਬਾਅਦ ਚੰਗੇ ਭਲੇ ਹੋਏ ਹੁੰਦੇ ਨੇ ਜੀ। ਇਹ ਸਾਡੇ ਜਿੱਥੇ ਅਸੀਂ ਰਹਿੰਦੇ ਹਾਂ ਉਹਨਾਂ ਦੇ ਕਿਰਾਏਦਾਰ ਸਨ, ਤਾਂ ਉਹ ਕਹਿੰਦੇ ਸਵੇਰੇ ਤੁਸੀਂ ਲੜਦੇ ਹੋ, ਸ਼ਾਮੀ ਫਿਰ ਉਵੇਂ ਹੀ ਹੋ ਜਾਂਦੇ ਹੋ, ਅਤੇ ਉਹ ਸਾਡਾ ਤਾਂ ਇਹ ਸਟਾਈਲ ਹੈ। ਲੇਕਿਨ ਮੈਂ ਮਾਜ਼ਰਤ ਚਾਹੁੰਦਾ, ਇਸ ਵੇਲੇ ਸਾਡਾ ਗਵਰਨਰ ਪੰਜਾਬ ਸਾਹਿਬ ਕੋਲ ਵਫਦ ਜਾਣਾ ਸੀ, ਅਸੀਂ ਇਹ ਮੇਰੇ ਨਾਲ ਸੱਜੇ ਖੱਬੇ ਬੈਠੇ ਨੇ ਸਰਦਾਰ ਸਾਹਿਬਾਨ, ਅਤੇ ਇੱਕ ਸਾਡੇ ਤੁਹਾਡੇ ਹਿਊਮਨ ਰਾਈਟਸ ਕਮਿਸ਼ਨਰ ਨੇ, ਔਰ ਇੱਕ ਸ਼ੇਰੇ ਪੰਜਾਬ ਦੇ ਚੀਫ ਐਡੀਟਰ, ਉਹਨਾਂ ਦੇ ਵੀਜ਼ੇ ਆ ਚੁੱਕੇ ਨੇ,
ਇਹਨਾਂ ਦੀਆਂ ਬੁਕਿੰਗਾਂ ਇਸ ਵਕਤ ਹੋਈਆਂ ਹੋਈਆਂ ਸਨ, ਗਵਰਨਰ ਹਾਊਸ 'ਚ ਇਹਨਾਂ ਦਾ ਪ੍ਰੋਗਰਾਮ ਹੈ ਮੇਰੇ ਕੋਲ, ਲੇਕਿਨ ਦੇਖੋ ਤੇ ਹੁਣ ਜਾ ਰਹੇ ਨੇ ਕਿ ਨਹੀਂ ਜਾ ਰਹੇ ਨਹੀਂ ਜੀ, ਉਹ ਇਹਨਾਂ ਦਾ ਡਿਲੇ ਹੁਣ ਇਸ ਵਾਸਤੇ ਕੀਤਾ ਗਿਆ ਹੈ। ਚਲੋ ਕਿ ਹੁਣ ਲਾਂਘਾ ਵੀ ਡਿਲੇ ਹੋ ਗਿਆ, ਹੁਣ ਉਹਨਾਂ ਦਾ ਜਾਣਾ ਵੀ ਡਿਲੇ ਹੋ ਗਿਆ। ਜੀ ਬਿਲਕੁਲ ਜੀ, ਇਸ ਵਕਤ ਟੈਨਸ਼ਨ ਇਤਨੀ ਹੈ ਕਿ ਅਮਨ ਸ਼ਾਂਤੀ ਤੁਸੀਂ ਗੱਲ ਕੀਤੀ ਸਾਡੇ ਨਾਲ ਪੈਨਲ ਦੇ ਵਿੱਚ ਮੌਜੂਦ ਹੈ, ਮੈਂ ਸਈਦ ਜੀ ਆਵਾਂਗਾ ਤੁਹਾਡੇ ਕੋਲ, ਮੈਂ ਅਨੀਲਾ ਅਰਸ਼ਦ ਨੂੰ ਜੀ ਵੀ ਤਾਰੂਫ ਕਰਾਉਣਾ ਚਾਹੁੰਦਾ। ਉਹ ਗੈਦਰਿੰਗ ਆਫ ਲਾਈਟ ਔਰ ਇੰਟਰਸਪਿਰਚੁਅਲ ਫੈਲੋਸ਼ਿਪ ਯਾਨੀ ਕਿ ਪੀਸ ਦੀ ਉਹ ਗੱਲ ਕਰਦੇ ਹਨ, ਪਾਕਿਸਤਾਨ ਤੋਂ ਤਾਲੁਕਾਤ ਰੱਖਦੇ ਹਨ, ਉਹਨਾਂ ਤੋਂ ਵੀ ਜਾਣਨ ਦੀ ਕੋਸ਼ਿਸ਼ ਕਰਦੇ ਕਿ ਉਹਨਾਂ ਦਾ ਕੀ ਤਰਕ ਹੈਗਾ ਇਸ ਮਸਲੇ ਦੇ ਉੱਤੇ। ਸਭ ਤੋਂ ਪਹਿਲੇ ਤਾਂ ਜੀ ਥੈਂਕ ਯੂ ਸੋ ਮੱਚ ਕਿ ਤੁਸੀਂ ਇੱਥੇ ਸਾਨੂੰ ਐਪ ਬੁਲਾਇਆ ਟੂ ਟੋਕ ਅਬਾਊਟ ਪੀਸ। ਸਵਾਲ ਇਹ ਉੱਠਦਾ ਹੈ ਕਿ ਅਸੀਂ ਡਾਕਟਰ ਕੋਲ ਜਾਂਦੇ ਹਾਂ, ਇੱਕ ਜ਼ਖਮ ਲੱਗ ਗਿਆ, ਡਾਕਟਰ ਉਹਦੇ 'ਤੇ ਮਰਮ ਪੱਟੀ ਕਰਦਾ ਹੈ, ਲੇਕਿਨ ਅਗਰ ਉਸ ਜ਼ਖਮ ਨੂੰ ਅਸੀਂ ਰੋਜ਼ਾਨਾ ਚਾਕੂ ਦੇ ਨਾਲ ਅਸੀਂ ਉਹਨੂੰ ਕੱਟੀਏ, ਉਹ ਜ਼ਖਮ ਤਾਂ ਕਦੀ ਹੀਲ ਹੀ ਨਹੀਂ ਹੋਏਗਾ। ਅਤੇ ਅਗਰ ਅਸੀਂ ਹੀਲ ਕਰਨਾ ਹੈ ਤਾਂ ਸਾਨੂੰ ਸਾਰਿਆਂ ਨੂੰ ਸਭ ਕੋਲੋਂ ਪਹਿਲੇ ਇਹ ਸੋਚਣਾ ਪਏਗਾ ਕਿ ਅਸੀਂ ਇੱਥੇ ਕਰਨ ਕੀ ਆਏ ਹਾਂ ਇਸ ਦੁਨੀਆ ਦੇ ਵਿੱਚ। 80 ਸਾਲ ਅਗਰ ਇੱਕ ਇਨਸਾਨ ਜੀਂਦਾ ਹੈ, ਸੋ ਲੈਟਸ ਲੁੱਕ ਐਟ ਇਟ, ਉਹਨੂੰ ਸਿਰਫ 80 ਸਮਰਸ ਮਿਲੀਆਂ ਨੇ, 80 ਵਿੰਟਰਸ ਮਿਲੀਆਂ ਨੇ, ਐਂਡ ਸੋ ਔਨ ਸੋ ਫੋਰਥ। ਅਗਰ ਤੁਸੀਂ ਇਸ ਤਰੀਕੇ ਨਾਲ ਦੇਖੋ, ਸਾਡੇ ਕੋਲ ਬੜਾ ਥੋੜ੍ਹਾ ਟਾਈਮ ਹੈ ਇਸ ਦੁਨੀਆ ਦੇ ਵਿੱਚ, ਅਤੇ ਇੱਥੇ ਕਿਓਸ ਕ੍ਰੀਏਟ ਕਰਨ 'ਤੇ ਨਹੀਂ ਆਏ ਸਾਂ। ਸਾਨੂੰ ਇੱਥੇ ਰੱਬ ਨੇ ਭੇਜਿਆ ਸੀ ਕੁਛ ਕਰਨ ਦੇ ਲਈ, ਕੀ ਪੀਸ ਕ੍ਰੀਏਟ ਕਰਨ ਲਈ, ਭਾਈਚਾਰਾ ਕ੍ਰੀਏਟ ਕਰਨ ਲਈ, ਇੱਕ ਬਹੁਤ ਅਮਨ ਸ਼ਾਂਤੀ ਦੇ ਨਾਲ ਇੱਕ ਆਪਣੇ ਅੰਦਰ ਜਿਹੜੀ ਸਾਡੀ ਰੂਹ ਆਤਮਾ ਸੋਲ ਉਸ ਦੀ ਖੂਬਸੂਰਤੀ ਨੂੰ ਟੂ ਅਸੈਂਡ ਬਿਯੋਂਡ ਹਿਊਮੈਨਿਟੀ ਟੂ ਅਸੈਂਡ ਟੂ ਆਵਰ ਹਾਈਟਸ, ਇਸ ਲਈ ਭੇਜਿਆ ਸੀ। ਅਨਫੋਰਚੁਨੇਟਲੀ ਅਸੀਂ ਤੇਰਾ ਮੇਰਾ ਮੇਰਾ ਤੇਰਾ ਦੇ ਵਿੱਚ ਫਸ ਕੇ ਅਸੀਂ ਆਪਣਾ ਉਹ ਭੁੱਲ ਗਏ ਕਿ ਅਸੀਂ ਕਿੰਨੇ ਉਸ ਰੱਬ ਦੀ ਨਜ਼ਰ ਵਿੱਚ ਅਸੀਂ ਕਿੰਨੇ ਸਪੈਸ਼ਲ ਅਤੇ ਕਿੰਨੇ ਪ੍ਰੈਸ਼ਸ ਅਤੇ ਕਿਤਨੇ ਹੀ ਨਾਯਾਬ ਹਾਂ। ਅਤੇ ਸਾਨੂੰ ਸਭ ਕੋਲੋਂ ਪਹਿਲੇ ਤਾਂ ਉਹ ਜ਼ਖਮ ਹੀਲ ਕਰਨੇ ਨੇ। ਅੱਜ 70 ਸਾਲ ਹੋ ਗਏ। ਮਾਈ ਮਦਰ ਸ਼ੀ ਵਾਜ਼ 15 ਵੈਨ ਸ਼ੀ ਵਾਜ਼ ਹੁਸ਼ਿਆਰਪੁਰ ਦੇ ਉਹ ਪੈਦਾਇਸ਼ ਨੇ, ਸ਼ੀ ਵਾਜ਼ 15 ਐਂਡ ਇਟ ਵਾਜ਼ ਦਾ ਲਾਸਟ ਟ੍ਰੇਨ ਟੂ ਪਾਕਿਸਤਾਨ, ਐਂਡ ਆਮ ਸ਼ੋਰ ਦੇਰ ਇਜ਼ ਅ ਮਿਲੀਅਨ ਸਟੋਰੀਜ਼ ਜਿਹੜੀਆਂ ਪਾਕਿਸਤਾਨ ਤੋਂ ਹਿੰਦੁਸਤਾਨ ਗਏ, ਸ਼ੇਅਰਿੰਗ ਆਫ ਬਲੱਡ ਐਂਡ ਟੀਅਰਸ ਜਿਹੜੇ ਅੱਜ ਤੱਕ ਹੀਲ ਹੀ ਨਹੀਂ ਹੋ ਸਕ ਰਹੇ। ਕਿਉਂ? ਸਵਾਲ ਇਹ ਹੈ ਕਿਉਂ ਕਿਉਂ ਨਹੀਂ ਅਸੀਂ ਹੀਲ ਕਰ ਸਕ ਰਹੇ। All we have to do is discover that goodness within. ਠੀਕ ਹੈ, ਰੋਸ਼ਨੀ ਹੀ ਰੋਸ਼ਨੀ। ਸਾਨੂੰ ਇਹ ਦੇਖਣਾ ਪਏਗਾ ਅਨੀਲਾ ਜੀ ਕਿ ਹੀਲ ਦਾ ਦੁਸ਼ਮਣ ਕੌਣ ਹੈ, ਇਹ ਸਾਨੂੰ ਜਾਣਨਾ ਪਏਗਾ। ਅਸੀਂ ਜਾਣਾਂਗੇ ਜ਼ਰੂਰ ਸਾਡੇ ਨਾਲ ਮੱਖਣ ਸ਼ਾਹ ਲੁਬਾਣੇ ਗੁਰਦੁਆਰੇ ਤੋਂ, ਨਿਊਯਾਰਕ ਤੋਂ ਉਹਨਾਂ ਦੇ ਵੀ ਰੀਪ੍ਰਜੈਂਟੇਟਿਵ ਪਹੁੰਚੇ ਹਨ, ਉਹਨਾਂ ਦਾ ਵੀ ਅਸੀਂ ਜੀ ਆਇਆਂ ਨੂੰ ਕਰਦੇ ਹਾਂ, ਉਹਨਾਂ ਦਾ ਵੀ ਅਸੀਂ ਜ਼ਰੂਰ ਪ੍ਰਤੀਕਰਮ ਲਵਾਂਗੇ ਇਸ ਮਸਲੇ ਦੇ ਉੱਤੇ ਔਰ ਇਸ ਮੁੱਦੇ ਦੇ ਵਿੱਚ। ਲੇਕਿਨ ਫਿਲਹਾਲ ਮੈਨੂੰ ਇੱਥੇ ਇੱਕ ਨਿੱਕੇ ਜਿਹੇ ਵਕਫੇ ਲਈ ਰੁਕਣਾ ਪੈ ਰਿਹਾ, ਔਰ ਜਦੋਂ ਮੈਂ ਵਕਫੇ ਤੋਂ ਬਾਅਦ ਵਾਪਸ ਆਵਾਂਗਾ ਲਵਾਂਗਾ ਇਹਨਾਂ ਸਾਰੇ ਸਵਾਲਾਂ ਦਾ ਜਵਾਬ। ਹਾਜ਼ਰ ਨਾ ਖਿਦਮਤ ਦੇ ਵਿੱਚ ਤੁਹਾਡੀ ਅੱਜ ਦਾ ਮੁੱਦਾ ਲੈ ਕੇ ਅਸੀਂ ਵਿਚਾਰ ਵਟਾਂਦਰਾ ਕਰ ਰਹੇ ਹਾਂ ਭਾਰਤ ਪਾਕਿਸਤਾਨ ਦੇ ਰਿਲੇਸ਼ਨਸ਼ਿਪ ਨੂੰ ਲੈ ਕੇ। ਹੁਣ ਮੈਂ ਜ਼ਰੂਰ ਸਾਡੇ ਨਾਲ ਜਿਹੜੇ ਮੇਨ ਪੈਨਲਿਸਟ ਨੇ ਉਹਨਾਂ ਤੋਂ ਮੈਂ ਤਰਕ ਜਾਣਨਾ ਚਾਹੁੰਦਾ। ਮਿਸਟਰ ਆਲੂਵਾਲੇ, ਤੁਹਾਨੂੰ ਕੀ ਲੱਗਦਾ, ਤੁਸੀਂ ਸਾਰੀ ਆਡੀਅੰਸ ਦੀ ਗੱਲ ਸੁਣੀ, ਉਹਨਾਂ ਨੇ ਆਪਣੇ ਤਰਕ ਰੱਖੇ, ਕੀ ਤੁਸੀਂ ਇਹਦਾ ਕੱਢਦੇ ਹੋ ਨਿਚੋੜ? ਦੇਖੋ ਜੀ, ਪਿਆਰ ਮੁਹੱਬਤ ਵਰਗੀ ਕਿਤੇ ਕੋਈ ਚੀਜ਼ ਹੀ ਨਹੀਂ ਨਾ ਹੈਗੀ। ਜੇ ਤੁਹਾਨੂੰ ਪਿਆਰ ਮੁਹੱਬਤ ਹੋ ਜਾਏ ਤਾਂ ਤੁਹਾਡੇ ਸਾਰੇ ਦੁੱਖ ਦੂਰ ਹੋ ਜਾਂਦੇ ਨੇ। ਪਰ ਜਦੋਂ ਤੋਂ ਤੁਸੀਂ ਹਿਸਟਰੀ ਵੇਖੋਗੇ, ਇਹ ਲੜਾਈਆਂ ਨਾਲੋਂ ਨਾਲ ਚੱਲਦੀਆਂ ਆਈਆਂ, ਤਾਂ ਤੁਹਾਡੇ ਪਿਆਰ ਮੁਹੱਬਤ ਵਿੱਚ ਵੀ ਲੜਾਈਆਂ ਹੁੰਦੀਆਂ। ਪਰ ਇਹ ਜਿਹੜੀਆਂ ਦੇਸ਼ ਦੀਆਂ ਲੜਾਈਆਂ, ਇਹਨਾਂ ਦੇ ਜਿਹੜੇ ਮਸਲੇ ਨੇ ਨਾ, ਇਹ ਬੜੇ ਦੂਸਰੇ ਮਸਲੇ ਨੇ। ਔਰ ਜੋ ਜੋ ਤਰੱਕੀਆਂ ਹੁੰਦੀਆਂ ਜਾਣਗੀਆਂ, ਸਾਡੀਆਂ ਜ਼ਰੂਰਤਾਂ ਵੱਧਦੀਆਂ ਜਾਣਗੀਆਂ, ਔਰ ਉਨੀਆਂ ਹੀ ਲੜਾਈਆਂ ਵੀ ਵੱਡੀਆਂ ਹੋ। ਹੁਣ ਪਹਿਲਾਂ ਦੇਖੋ ਕਿੰਨੇ ਕਿੰਨੇ ਸਾਲ ਲੜਾਈਆਂ ਚੱਲਦੀਆਂ ਸੀ, ਹੁਣ ਇੰਨੀ ਐਡਵਾਂਸਮੈਂਟ ਆ ਗਈ ਹੈ ਕਿ 10-12-15 ਦਿਨਾਂ ਤੁਸੀਂ ਲੜਾਈ ਖਤਮ ਕਰ ਸਕਦੇ ਹੋ। ਇਹ ਨਹੀਂ ਮੈਂ ਕਹਿੰਦਾ ਕਿ ਲੜਾਈ ਕਰੋ, ਮੈਂ ਆਮ ਦ ਮੈਨ ਆਫ ਪੀਸ। ਮੈਂ ਤਾਂ ਕਹਿੰਦਾ ਕਿ ਦੁਨੀਆ 'ਚ ਸਭ ਜਗ੍ਹਾ ਪੀਸ ਹੋਵੇ, ਅਸੀਂ ਸਾਰੇ ਭੈਣ ਭਰਾ ਬਣ ਕੇ ਰਹੀਏ। ਉਹ ਮੇਰੇ ਤਾਂ ਗੁਰੂ ਕਹਿ ਗਏ ਨੇ ਜੀ, ਅਵਲ ਅੱਲਾ ਨੂਰ ਉਪਾਇਆ ਕੁਦਰਤ ਦੇ ਸਭ ਬੰਦੇ। ਸਾਡੇ ਕਾਲਰ ਜੋ ਸਾਨੂੰ ਰੋਜ਼ਾਨਾ ਕਾਲ ਕਰਦੇ ਹਨ, ਉਹਨਾਂ ਨੂੰ ਵੀ ਸੁਣਨਾ ਸਾਨੂੰ ਬੇਹੱਦ ਜ਼ਰੂਰੀ ਹੈਗਾ ਆਲੂਵਾਲੇ ਸਾਹਿਬ, ਅਤੇ ਅਸੀਂ ਜ਼ਰੂਰ ਉਹਨਾਂ ਦੇ ਵੀ ਗੱਲ ਸੁਣਨਾ ਚਾਹੁੰਦੇ ਹਾਂ। ਮੇਰੇ ਨਾਲ ਕਾਲਰ ਜੁੜੇ ਹੋਏ ਨੇ, ਸਤਿ ਸ਼੍ਰੀ ਅਕਾਲ ਜੀ, ਤੁਸੀਂ ਔਨ ਏਅਰ ਹੋ, ਕੌਣ ਬੋਲ ਰਹੇ ਹੋ, ਕਿੱਥੋਂ ਬੋਲ ਰਹੇ ਹੋ? ਹਾਂਜੀ, ਮੈਂ ਸ਼ਿਵਰਾ ਸਿੰਘ ਬੋਲਦਾ ਜੀ। ਤੁਹਾਡਾ ਸਵਾਗਤ ਹੈ, ਤੁਸੀਂ ਆਪਣੀ ਗੱਲ ਰੱਖ ਸਕਦੇ ਹੋ।
ਓਕੇ ਜੀ। ਸਤਿ ਸ਼੍ਰੀ ਅਕਾਲ ਜੀ, ਮੈਂ ਸ਼ਿਕਾਰਾ ਸਿੰਘ ਬੋਲਦਾ ਰਿਨੋ ਤੋਂ ਸੰਧੂ। ਸੋ ਮੈਂ ਤਾਂ ਬਹੁਤ ਖੁਸ਼ ਹਾਂ, ਜਿਹੜਾ ਪੀਸਫੁਲ ਹੋ ਲੜਾਈ ਦਾ ਮੈਂ ਨਹੀਂ ਹੈਗਾ ਚਾਹੁੰਦਾ ਕੁਛ ਵੀ, ਪਰ ਵੈਰੀ ਤੁਸੀਂ ਆਪਣੇ ਟੀਵੀ ਸੈੱਟ ਦੀ ਵੋਲਿਊਮ ਨੂੰ ਘੱਟ ਰੱਖੋ, ਤੁਸੀਂ ਬਾਅਦ ਚ ਇਹਨੂੰ ਸੁਣ ਸਕਦੇ ਹੋ, ਲੇਕਿਨ ਆਪਣੀ ਗੱਲ ਨੂੰ ਰੱਖੋ, ਕੀਮਤੀ ਸਮਾਂ ਹੈਗਾ ਸਾਡੇ ਕੋਲ। ਮੈਂ ਤਾਂ ਇਹ ਗੱਲ ਕਰਨੀ ਚਾਹੁੰਦਾ ਸੀ ਵੀ ਬਹੁਤ ਚੰਗਾ ਹੋਇਆ ਪੀਸਫੁਲ ਹੋ ਗਿਆ। ਸੋ ਥੈਂਕ ਯੂ ਵੈਰੀ ਮਚ ਜੀ, ਤੁਸੀਂ ਆਪਣੀ ਗੱਲ ਰੱਖੀ ਕਿ ਪੀਸਫੁਲ ਹੋ ਗਿਆ। ਹੋਰ ਵੀ ਕਾਲਰਸ ਨੇ, ਸਤਿ ਸ਼੍ਰੀ ਅਕਾਲ ਜੀ, ਤੁਸੀਂ ਔਨ ਏਅਰ ਹੋ, ਕੌਣ ਬੋਲ ਰਹੇ, ਕਿੱਥੋਂ ਬੋਲ ਰਹੇ? ਜੀ ਸਤਿ ਸ਼੍ਰੀ ਅਕਾਲ ਜੀ, ਕੀ ਵਿਚਾਰ ਰੱਖਣੇ ਚਾਹੋਗੇ? ਇਮਰਾਨ ਖਾਨ, ਇਮਰਾਨ ਖਾਨ ਵਧੀਆ ਪ੍ਰਾਈਮ ਮਿਨਿਸਟਰ ਆਇਆ। ਬਾਬਾ ਮੱਖਣ ਸ਼ਾਲੂਬਾਣਾ ਨਿਊਯਾਰਕ ਤੋਂ ਰਿਪ੍ਰੈਜੈਂਟੇਟਿਵ ਗੁਰਮੇਹਰ ਜੀ ਸਾਡੇ ਨਾਲ ਮੌਜੂਦ ਹਨ। ਗੁਰਮੇਹਰ ਜੀ, ਕੀ ਵਿਚਾਰ ਰੱਖਣੇ ਚਾਹੋਗੇ? ਸਭ ਤੋਂ ਪਹਿਲਾਂ ਤਾਂ ਮੈਂ ਅੱਜ ਜਸ ਚੈਨਲ ਨੂੰ 12 ਸਾਲ ਪੂਰੇ ਹੋਣ 'ਤੇ ਵਧਾਈ ਦਿੰਦਾ ਹਾਂ, ਅਤੇ ਨਾਲ ਦੀ ਨਾਲ ਮੈਂ ਇਹਨਾਂ ਦੀ ਸ਼ਲਾਘਾ ਕਰਦਾ ਹਾਂ ਕਿ ਜਦੋਂ ਵੀ ਕੋਈ ਕਿਤੇ ਵੀ ਕਿਸੇ ਵੀ ਕੌਮ 'ਤੇ ਜਾਂ ਕਿਸੇ ਵੀ ਦੇਸ਼ 'ਤੇ ਕੋਈ ਵੀ ਗੱਲ ਹੁੰਦੀ ਹੈ ਤਾਂ ਇਹ ਜ਼ਰੂਰ ਆਪਣੇ ਮੁੱਦੇ ਰਾਹੀਂ ਉਹਦਾ ਹੱਲ ਲੱਭਣ ਦੀ ਕੋਸ਼ਿਸ਼ ਕਰਦੇ ਹਨ। ਅੱਜ ਜਿਹੜੀ ਪਾਕਿਸਤਾਨ ਅਤੇ ਇੰਡੀਆ ਦੀ ਵਾਰ ਦੀ ਜਿਹੜੀ ਗੱਲ ਚੱਲ ਰਹੀ ਹੈ, ਇਹ ਬੜਾ ਗੰਭੀਰ ਮਸਲਾ ਹੈ। ਅਤੇ ਜਦੋਂ ਅਸੀਂ ਦੇਖਦੇ ਹਾਂ ਦੋਨੋਂ ਪਾਸੇ ਲੋਕਾਂ ਵੱਲ ਦੇਖਦੇ ਹਾਂ ਤਾਂ ਉਹਨਾਂ ਦੇ ਗੱਲ, ਉਹਨਾਂ ਦੇ ਬਿਆਨ ਸੁਣਦੇ ਹਾਂ ਅਤੇ ਉਹ ਬੜੇ ਸੀਰੀਅਸ ਬਿਆਨ ਹਨ, ਕਿੰਨੇ ਉਤਾਵਲੇ ਹਨ ਲੜਾਈ ਲੱਗਣ ਦੇ ਮਾਮਲੇ ਦੇ ਵਿੱਚ, ਪਰ ਉਹ ਇਹ ਨਹੀਂ ਜਾਣਦੇ ਜੇ ਲੜਾਈ ਲੱਗ ਜਾਵੇ ਅਤੇ ਦੋਨੋਂ ਨਿਊਕਲੀਅਰ ਪਾਵਰ ਹਨ ਅਤੇ ਨੁਕਸਾਨ ਇੱਥੋਂ ਤੱਕ ਹੋਏਗਾ ਕਿ ਕੋਈ ਵੀ ਨਹੀਂ ਬਚ ਪਾਏਗਾ। ਪਰ ਲੋਕਾਂ ਦੀ ਸੋਚ ਜਿਹੜੀ ਹੈ ਉਹ ਮੀਡੀਏ ਨੇ, ਉੱਥੇ ਦੇ ਮੀਡੀਏ ਨੇ, ਮੈਂ ਇੱਥੇ ਦੇ ਮੀਡੀਏ ਦੀ ਗੱਲ ਨਹੀਂ ਕਰ ਰਿਹਾ, ਇੱਥੇ ਫਿਰ ਵੀ ਬੜੇ ਸੋਚ ਸਮਝ ਕੇ ਬੜੀ ਜ਼ਿੰਮੇਵਾਰੀ ਨਾਲ ਗੱਲ ਕੀਤੀ ਜਾਂਦੀ ਹੈ। ਪਰ ਇੰਡੀਆ ਦਾ ਮੀਡੀਆ ਅਤੇ ਪਾਕਿਸਤਾਨ ਦਾ ਮੀਡੀਆ ਦੋਨੋਂ ਹੀ, ਮੈਂ ਕਿਸੇ ਇੱਕ ਨੂੰ ਬਲੇਮ ਨਹੀਂ ਦੇ ਰਿਹਾ, ਦੋਨੋਂ ਨੂੰ ਦੇ ਰਿਹਾ ਜੀ, ਕਿ ਉਹਨਾਂ ਦਾ ਕੰਮ ਹੈ ਸਿਰਫ ਭੜਕਾਊ ਗੱਲਾਂ ਕਰਨੀਆਂ ਅਤੇ ਇਹੋ ਜਿਹੇ ਮੁੱਦੇ ਉੱਥੇ ਲੈ ਕੇ ਆਉਣਾ, ਇਹੋ ਜਿਹੇ ਬੰਦਿਆਂ ਨੂੰ ਜਿਹੜੇ ਸਾਫ਼ ਚੰਗੀ ਗੱਲ ਕਰ ਸਕਦੇ ਹਨ ਉਹਨਾਂ ਨੂੰ ਵਾਰ ਵਾਰ ਉਹ ਗੱਲਾਂ ਪੁੱਛੀਆਂ ਜਾਣੀਆਂ, ਤੁਸੀਂ ਕੀ ਲਾਈਕ ਕਰਦੇ ਹੋ, ਤੁਸੀਂ ਕਿਹੜੀ ਪਾਰਟੀ ਨੂੰ ਲਾਈਕ ਕਰਦੇ ਹੋ, ਤੁਸੀਂ ਜਿਸ ਤਰ੍ਹਾਂ ਕਰਤਾਰਪੁਰ ਦਾ ਲਾਂਘਾ ਖੁੱਲ੍ਹਿਆ ਅਤੇ ਉਹਨਾਂ ਨੇ ਇੱਕ ਇਸ਼ੂ ਬਣਾ ਲਿਆ ਜੀ ਇਹ ਇਹ ਸਿੱਧੂ ਨੇ ਗੱਲ ਕਿਉਂ ਕੀਤੀ, ਕੋਈ ਵੀ ਚੰਗੀ ਗੱਲ ਜਿਹੜੇ ਕਰਦਾ ਹੈ ਠੀਕ ਹੈ ਉਹਦਾ ਸਾਨੂੰ ਸਾਥ ਦੇਣਾ ਚਾਹੀਦਾ। ਤੁਸੀਂ ਮੀਡੀਆ ਦੀ ਗੱਲ ਕੀਤੀ ਗੁਰਮੇਹਰ ਜੀ, ਮਨਜ਼ੂਰ ਹੁਸੈਨ ਸਾਡੇ ਨਾਲ ਮੌਜੂਦ ਹਨ, ਐਗਜ਼ੀਕਿਊਟਿਵ ਐਡੀਟਰ ਹਨ ਦੁਨੀਆ ਇੰਟਰਨੈਸ਼ਨਲ, ਵੌਇਸ ਆਫ ਪਾਕਿਸਤਾਨੀ, ਉਹਨਾਂ ਦੇ ਵੀ ਆਪਾਂ ਵਿਚਾਰ ਜ਼ਰੂਰ ਲੈਣਾ ਚਾਹਾਂਗੇ ਔਰ ਜਾਣਨਾ ਚਾਹਾਂਗੇ ਕਿ ਉਹ ਇਸ ਮੁਤਲਕ ਆਪਣੇ ਕੀ ਕੁਝ ਵਿਚਾਰ ਸਾਡੇ ਨਾਲ ਸਾਂਝਾ ਕਰਨਾ ਚਾਹੁੰਦੇ ਹਾਂ, ਅਸੀਂ ਉਹਨਾਂ ਦਾ ਵੀ ਵੈਲਕਮ ਕਰਦੇ ਹਾਂ। ਮਨਜ਼ੂਰ ਹੁਸੈਨ, ਬਹੁਤ ਸ਼ੁਕਰੀਆ ਹਰਕ੍ਰੀਤ ਸਾਹਿਬ, ਪਹਿਲੇ ਤਾਂ ਜਿਹੜੇ ਤੁਹਾਡੇ ਵਿਊਅਰਸ ਨੇ ਜਸ ਪੰਜਾਬੀ ਦੇ ਔਰ ਪਾਕਿਸਤਾਨ ਵਿੱਚ, ਅਮੈਰੀਕਾ ਵਿੱਚ, ਜਿੱਥੇ ਵੀ ਨੇ, ਉਹਨਾਂ ਨੂੰ ਬਹੁਤ ਜ਼ਿਆਦਾ ਸਲਾਮ, ਸਤਿ ਸ਼੍ਰੀ ਅਕਾਲ। ਅਤੇ ਮੇਰਾ ਆਪਣਾ ਖਿਆਲ ਹੈ ਕਿ ਮੀਡੀਆ ਦਾ ਕਿਰਦਾਰ ਬਹੁਤ ਜ਼ਿਆਦਾ ਅਹਿਮ ਹੈ, ਜਿਸ ਤਰ੍ਹਾਂ ਤੁਹਾਨੂੰ ਸਾਰਿਆਂ ਨੂੰ ਮਿਲੀਅਨਸ ਆਫ ਲੋਕ ਦੇਖ ਰਹੇ ਨੇ, ਅਤੇ ਮੀਡੀਆ ਜੋ ਮੈਸੇਜ ਦੇਗਾ ਆਪਣੇ ਲੋਕਾਂ ਨੂੰ, ਆਪਣੇ ਵਿਊਅਰਸ ਨੂੰ, ਉਹ ਮੈਸੇਜ ਜਿਹੜਾ ਉਹਨਾਂ ਦਾ ਇੱਕ ਬਹੁਤ ਜ਼ਿਆਦਾ ਇੰਪੈਕਟ ਰੱਖੇਗਾ, ਲੋਕਾਂ ਦੀ ਸੋਚ ਬਣਦੀ ਉਸ ਦੇ ਨਾਲ, ਲੋਕਾਂ ਦੀ ਜਿਹੜੀ ਉਹਨਾਂ ਜ਼ਿੰਦਗੀ 'ਤੇ ਬਹੁਤ ਜ਼ਿਆਦਾ ਅਸਰਾਤ ਹੁੰਦੇ ਨੇ ਮੀਡੀਆ ਦੇ ਲੋਕ ਜਿਹੜੇ ਬੈਠੇ ਹੁੰਦੇ ਨੇ। ਅਤੇ ਇਸ ਮੇਰਾ ਖਿਆਲ ਹੈ ਕਿ ਮੀਡੀਆ ਦੇ ਲੋਕ ਜਿਹੜੇ ਬੈਠੇ ਹੁੰਦੇ ਨੇ ਉਹਨਾਂ ਦਾ ਕੰਮ ਹੈ ਕਿ ਰਿਪੋਰਟਿੰਗ ਐਸੀ ਕਰਨ ਕਿ ਲੋਕਾਂ ਤੱਕ ਪਿਆਰ ਦਾ ਮੈਸੇਜ ਜਾਏ, ਔਰ ਉਹ ਜਿਹੜੀ ਕੈਂਪੇਨ ਜਿਸ ਤਰ੍ਹਾਂ ਚੱਲ ਰਹੀ ਹੈ ਪਾਕਿਸਤਾਨ ਔਰ ਇੰਡੀਆ ਦੇ ਦਰਮਿਆਨ ਵਾਰ ਦੀ, ਜਿਹੜੀ ਕੋਲਡ ਵਾਰ ਦੀ ਸਿਚੁਏਸ਼ਨ ਹੈ ਜਾਂ ਵਾਰ ਦੀ ਸਿਚੁਏਸ਼ਨ ਚੱਲ ਰਹੀ ਹੈ, ਅਤੇ ਉਸ ਕੈਂਪੇਨ ਦੇ ਵਿੱਚ ਉਹ ਆਪਣਾ ਕਿਰਦਾਰ ਕਰਦੇ ਹੋਏ ਉਸ ਵਾਰ ਕੈਂਪੇਨ ਦਾ ਹਿੱਸਾ ਨਾ ਬਣਨ, ਬਲਕਿ ਐਸਾ ਮੈਸੇਜ ਦੇਣ, ਉਹ ਨਜ਼ਰ ਨਾ ਆਉਣ ਕਿ ਉਹ ਵੀ ਵਾਰ ਮਸ਼ੀਨ ਦੇ ਇੱਕ ਟੂਲਸ ਨੇ, ਹਿੱਸਾ ਨੇ, ਔਰ ਲੋਕਾਂ ਨੂੰ ਇੱਕ ਹੇਠ ਦਾ ਮੈਸੇਜ ਦੇ ਰਹੇ ਨੇ, ਬਲਕਿ ਉਹਨਾਂ ਨੂੰ ਇੱਕ ਮੁਹੱਬਤ ਦਾ ਔਰ ਇਸ ਟਾਈਮ ਪੀਸ ਦਾ ਮੈਸੇਜ ਦੇਣਾ ਚਾਹੀਦਾ, ਤਾਂ ਕਿ ਲੋਕਾਂ ਨਾਲ, ਲੋਕਾਂ ਦਾ ਵੀ ਜ਼ਿਹਨ ਬਣਨ ਔਰ ਲੋਕ ਵਾਰ ਦੀ ਤਰਫ ਨਾ ਜਾਣ। ਅਸੀਂ ਜਿਸ ਦੁਨੀਆ 'ਚ ਰਹਿੰਦੇ ਹਾਂ, ਅਮੈਰੀਕਾ ਦੀ ਅਮਨ ਸ਼ਾਂਤੀ ਜਿਹੜੀ ਹੈ, ਅਮਨ ਸ਼ਾਂਤੀ ਦੇ ਮੈਸੇਜ 'ਤੇ ਅਸੀਂ ਇਹ ਲਾਈਫ ਦੇਖੀ ਇੱਥੇ, ਅਤੇ ਅਗਰ ਤੁਸੀਂ ਉਸ ਮੁਲਕ 'ਚ ਇਹੋ ਜਿਹੀ ਚੀਜ਼ ਦੇਖੋਗੇ ਜਾਂ ਲੋਕਾਂ ਨੂੰ ਡਿਲੀਵਰ ਕਰੋਗੇ, ਤਾਂ ਲੋਕ ਓਬਵੀਅਸਲੀ ਉਸ ਦਾ ਇੰਪੈਕਟ ਪਏਗਾ ਔਰ ਲੋਕ ਜਿਹੜੇ ਨਾ ਉਹ ਡਿਫਰੈਂਟ ਰਾਸਤੇ 'ਤੇ ਚਲੇ ਜਾਣਗੇ। ਸਾਡੇ ਨਾਲ ਗੈਸਟ ਦੇ ਵਿੱਚ ਜਿਹੜੇ ਪੈਨਲਿਸਟ ਮੌਜੂਦ ਹਨ ਔਰ ਜਿਹੜੇ ਸਾਡੇ ਨਾਲ ਆਡੀਅੰਸ ਦੇ ਵਿੱਚ ਮੌਜੂਦ ਹਨ, ਵਾਲਾ ਸ਼ੇਖ ਇੱਥੇ ਮੌਜੂਦ ਹਨ ਜੋ ਕਿ ਐਂਟਰਪ੍ਰੀਨੋਰ ਹਨ, ਬਿਜ਼ਨਸਵੂਮਨ ਹਨ, ਜਿਨ੍ਹਾਂ ਦਾ ਬਿਜ਼ਨਸ ਇੱਥੇ ਵੀ ਹੈ, ਪਾਕਿਸਤਾਨ ਦੇ ਵਿੱਚ ਵੀ ਹੈ, ਉਹ ਕੀ ਕਹਿਣਾ ਚਾਹੁੰਦੇ ਹਨ ਐਜ਼ ਐਨ ਐਂਟਰਪ੍ਰੀਨੋਰ, ਐਜ਼ ਐਨ ਬਿਜ਼ਨਸਵੂਮਨ? ਵਾਲਾ ਸ਼ੇਖ ਜੀ,
Thank you for having us over. I appreciate the Just TV for having us over. ਮੈਨੂੰ ਇੰਨਾ ਪਤਾ ਹੈ ਕਿ ਅਸੀਂ ਇੱਥੇ ਮਿਹਨਤ ਕਰਨੇ ਹਾਂ, ਅੱਛੀਆਂ ਖਬਰਾਂ ਦੀ ਐਕਸਪੈਕਟੇਸ਼ਨ ਹੈ ਕਿ ਸਾਨੂੰ ਆਪਣੇ ਮੁਲਕਾਂ ਦੀਆਂ ਅੱਛੀਆਂ ਖਬਰਾਂ ਹਨ, ਅਸੀਂ ਇੰਨਾ ਹਾਰਡ ਵਰਕ ਕਰਨੇ ਹਾਂ, ਉਹਨਾਂ ਉੱਥੇ ਟਰੈਵਲ ਕਰਨਾ ਚਾਹੁੰਦੇ ਹਾਂ, ਆਉਣਾ ਜਾਣਾ ਚਾਹੁੰਦੇ ਹਾਂ, ਆਪਣੇ ਬੱਚਿਆਂ ਨੂੰ ਇੱਥੇ ਪਾਲਨੇ ਹਾਂ, ਅੱਛੀਆਂ ਖਬਰਾਂ ਜਦੋਂ ਨਹੀਂ ਮਿਲਦੀਆਂ ਤਾਂ ਵੈਰੀ ਅਪਸੈਟਿੰਗ ਨਿਊਜ਼, ਐਂਡ ਐਵਰੀਬਡੀ ਸ਼ੁੱਡ ਹੈਵ ਪੀਸ ਐਂਡ ਹਾਰਮਨੀ. ਆਈ ਡੋਂਟ ਨੋ ਵਟ ਦਿਸ ਵਰਲਡ ਇਜ਼ ਕਮਿੰਗ ਟੂ. ਜਿਹੜਾ ਰੀਜਨ ਫੜ ਲਓ ਉਹਦੇ 'ਚ ਹੀ ਲੜਾਈਆਂ, ਉਹਦੇ 'ਚ ਹੀ ਝਗੜੇ. ਇੱਕ ਇੱਥੇ ਏਸ਼ੀਆ ਰਹਿ ਗਿਆ, ਹੁਣ ਉੱਥੇ ਵੀ ਖਪਖਾਨਾ ਪਵੇ ਤਾਂ ਆਈ ਡੋਂਟ ਥਿੰਕ ਇਟਸ ਅ ਗੁੱਡ ਆਈਡੀਆ. ਇਟਸ ਨੋਟ ਅ ਗੁੱਡ ਆਈਡੀਆ. ਮਲਿਕ ਸਾਹਿਬ, ਸਹਿਮਤੀ ਰੱਖਦੇ ਹੋ ਇਸ ਗੱਲ ਤੋਂ? ਜੀ, ਮੈਂ ਬਿਲਕੁਲ ਐਗਰੀ ਕਰਨਾ ਉਹਨਾਂ ਦੇ ਨਾਲ. ਜੀ, ਪੀਸ ਜਿਹੀ ਕੋਈ ਚੀਜ਼ ਨਹੀਂ ਦੁਨੀਆਂ ਦੇ ਵਿੱਚ, ਔਰ ਪੀਸ ਵਾਸਤੇ ਅਸੀਂ ਕਿਸੇ ਹੱਦ ਤੱਕ ਵੀ ਜਾਈਏ ਤਾਂ ਜਾਇਜ਼ ਹੈ, ਵਾਰ ਵਾਸਤੇ ਅਸੀਂ ਕਿਸੇ ਹੱਦ ਤੱਕ ਵੀ ਜਾਈਏ ਤਾਂ ਨਾਜਾਇਜ਼ ਹੈ. ਬਿਲਕੁਲ. ਕਾਲਰਸ ਵੀ ਦੇਖ ਲੈਣੇ, ਉਹ ਕੀ ਕਹਿਣਾ ਚਾਹੁੰਦੇ ਨੇ. ਸਤਿ ਸ਼੍ਰੀ ਅਕਾਲ ਜੀ, ਤੁਸੀਂ ਔਨ ਏਅਰ ਕੌਣ ਬੋਲ ਰਹੇ, ਕਿੱਥੋਂ ਬੋਲ ਰਹੇ? ਹੈਲੋ ਹੈਲੋ, ਸਤਿ ਸ਼੍ਰੀ ਅਕਾਲ ਜੀ, ਤੁਸੀਂ ਔਨ ਏਅਰ ਹੋ. ਸਤਿ ਸ਼੍ਰੀ ਅਕਾਲ ਜੀ, ਦਰਸ਼ਨ ਬੋਲਦਾ ਜੀ. ਜੀ, ਕੀ ਕਹਿਣਾ ਚਾਹੋਗੇ? ਮੈਂ ਲੋਸ ਐਂਜਲਸ ਤੋਂ ਦਰਸ਼ਨ ਬੋਲਦਾ ਜੀ. ਮੈਂ ਕਹਿਣਾ ਇਹ ਚਾਹੁੰਦਾ ਬਈ, ਜਿਹੜਾ ਮੁਸਲਿਮ ਕਮਿਊਨਿਟੀ ਦੇ ਖਿਲਾਫ ਇੰਟਰਨੈਸ਼ਨਲ ਲੈਵਲ ਤੇ ਇੱਕ ਸ਼ਰਾਰਤ ਹੋਈ ਹੈ ਬਹੁਤ ਵੱਡੀ, ਚਾਹੇ ਟੈਰਰਿਸਟ ਹੈਗੇ ਸੀ ਚਾਹੇ ਨਹੀਂ ਸੀ, ਜਿੱਦਾਂ ਸਾਡੇ ਸਿੱਖਾਂ ਦੇ ਖਿਲਾਫ ਹੋਇਆ ਸੀ ਬਈ, ਇਹ ਉਹਨਾਂ ਨੇ ਕੋਈ ਇੱਕ ਬੰਦੇ ਨੇ ਗਲਤ ਕੰਮ ਕਰਤਾ, ਉਹ ਸਾਰੀ ਕਮਿਊਨਿਟੀ ਨੂੰ ਬਦਨਾਮ ਕਰਤਾ, ਇਹ ਉਸ ਤਰ੍ਹਾਂ ਹੋਇਆ ਤੇ ਇਸ ਕਰਕੇ ਇਹ ਉਹਦੇ ਸੰਦਰਭ ਦੇ ਵਿੱਚ ਹੀ ਜਿਹੜੇ ਹੁਣ ਬੰਦੇ ਪਰਚੂਨਿਸਟ ਹੈ ਉਹ ਚਾਹੁੰਦੇ ਜੀ ਇਲੈਕਸ਼ਨ ਦੇ ਟਾਈਮ ਦੇ ਉੱਤੇ ਲਿਆ ਕੇ ਇਹੋ ਜਿਹਾ ਜਿਹੜੀ ਕਿ ਕਮਿਊਨਿਟੀ ਨੂੰ ਇੰਟਰਨੈਸ਼ਨਲ ਤੌਰ ਤੇ ਬਦਨਾਮ ਕਰ ਦਿੱਤਾ ਗਿਆ ਉਹਨੂੰ ਉਹਦਾ ਹੂਆ ਖੜਾ ਕਰਕੇ. ਹੁਣ ਅੱਜ ਇੱਕ ਹੋਰ ਵੀਡੀਓ ਆਈ ਹੈ ਜਿਹੜਾ ਉਹ ਦੱਸਦੀ ਹੈ ਕਿ ਇਹ ਬੰਦੇ 40 ਜਣ ਮਰਵਾਏ ਆ, ਇਹਨਾਂ ਨੇ ਆਪ ਮਰਵਾਏ ਆ ਉੱਥੇ ਭਾਰਤੀ ਜਨਤਾ ਪਾਰਟੀ ਵਾਲੇ, ਠੀਕ ਹੈ ਨਾ. ਇਸ ਕਰਕੇ ਜਿਹੜਾ ਇਹ ਵੱਡਾ ਡਰਾਮਾ ਹੋ ਰਿਹਾ ਇੰਟਰਨੈਸ਼ਨਲ ਲੈਵਲ ਤੇ ਜਿਹੜਾ ਮੁਸਲਿਮ ਕਮਿਊਨਿਟੀ ਨੂੰ ਬਦਨਾਮ ਕਰਨ ਲਈ, ਇਹ ਬਹੁਤ ਨਿੰਦਣਯੋਗ ਹੈ. ਚਲੋ ਠੀਕ ਹੈ, ਜੀ ਜੀ ਜੀ, ਗੱਲ ਆ ਗਈ ਤੁਹਾਡੀ ਸਮਝ. ਅਲਵਲੇ ਸਾਹਿਬ, ਬੀਜੇਪੀ ਨੇ ਮਰਵਾਇਆ. ਇਸ ਤੋਂ ਦੁੱਖ ਭਰੀ ਗੱਲ ਹੋ ਹੀ ਨਹੀਂ ਸਕਦੀ. ਮੈਂ ਮੰਨ ਹੀ ਨਹੀਂ ਸਕਦਾ ਕਿ ਇਹ ਕਦੀ ਇੰਡੀਆ 'ਚ ਇਹੋ ਜਿਹੀ ਗੱਲ ਹੋ ਸਕਦੀ. ਇਟਸ ਇੰਪੋਸੀਬਲ. ਬਾਕੀ ਇੱਕ ਛੋਟੀ ਜਿਹੀ ਕਹਾਣੀ ਮੈਨੂੰ ਐਵੇਂ ਯਾਦ ਆ ਗਈ ਹੈ. ਇੱਕ ਰਾਜਪੂਤ ਬਾਦਸ਼ਾਹ ਸੀ, ਉਹ ਕਿਲ੍ਹੇ 'ਤੇ ਖੜ੍ਹਾ ਹੋ ਕੇ ਅਤੇ ਸਵੇਰੇ ਉੱਠ ਕੇ ਮੁੱਛਾਂ ਨੂੰ ਤਾਂ ਦੇ ਅਤੇ ਦਿੱਲੀ ਵੱਲ ਉਹ ਦੇਖ ਰਿਹਾ ਸੀ, ਰਾਜਸਥਾਨ ਦਾ ਸੀ, ਮੈਂ ਨਾਂ ਨਹੀਂ ਲੈਂਦਾ. ਤਾਂ 4-5 ਦਿਨ ਦੇਖਿਆ ਤਾਂ ਉਹਨੇ ਦੇਖਿਆ ਕਿ ਲੋਕਾਂ ਨੇ ਦੇਖਿਆ ਕਿ ਰਾਜਾ ਸਾਹਿਬ ਮੁੱਛਾਂ ਨੂੰ ਤਾਂ ਦਿੰਦੇ, ਦਿੱਲੀ ਵੱਲ ਦੇਖ ਲੈਣੇ, ਇਹ ਜ਼ਰੂਰ ਉਹਦੇ 'ਤੇ ਹਮਲਾ ਕਰਨ ਦੀ ਸੋਚ ਰਹੇ. ਉਹ ਚੀਜ਼ਾਂ ਮਹਿੰਗੀਆਂ ਹੋਣੀਆਂ ਸ਼ੁਰੂ ਗਈਆਂ, ਲੋਕਾਂ ਨੇ ਹੋਰਡਿੰਗ ਕਰ ਲਈ ਅਤੇ ਸਾਰਾ ਕੁਝ ਹੋ ਗਿਆ. ਰਾਜਾ ਨੇ ਖੁਫੀਆ ਪੁਲਿਸ ਨੂੰ ਕਿਹਾ ਵੀ ਪਤਾ ਕਰੋ. ਪਤਾ ਲੱਗਾ ਜੀ ਕਿ ਅਫਵਾਹ ਉੱਡ ਗਈ ਹੈ ਕਿ ਜੀ ਤੁਸੀਂ ਉੱਤੇ ਹਮਲਾ ਕਰ ਰਹੇ ਹੋ. ਉਹਨੇ ਕਿਹਾ ਚੱਲ ਦੁਨੀਆ ਦਾ ਮੇਰੀ ਪਬਲਿਕ ਦਾ ਮੂਡ ਬਣਿਆ, ਹਮਲਾ ਹੀ ਕਰ ਦਿਓ. ਹਮਲਾ ਕੀ ਕੀਤਾ, ਉੱਥੇ ਕੈਦ ਹੋ ਗਿਆ. ਅਤੇ ਜੇ ਅਗਰ ਤੁਸੀਂ ਇਹੋ ਜਿਹੀਆਂ ਰੂਮਨਾਂ ਦੀਆਂ ਗੱਲਾਂ ਕਰਦੇ ਹੋ ਕਿ ਬੀਜੇਪੀ ਨੇ ਖੁਦ, ਇਹ ਤਾਂ ਬਿਲਕੁਲ ਹੱਸਣ ਵਾਲੀਆਂ ਗੱਲਾਂ, ਇਹ ਬੇਵਕੂਫਾ ਵਾਲੀਆਂ ਗੱਲਾਂ. ਜੀ ਜੀ, ਮੈਂ ਆਪਣੇ ਕੋਈ ਮੁਲਕ ਦੇ ਨਾਲ ਇਸ ਤਰ੍ਹਾਂ ਕਰ ਸਕਦਾ? ਨਹੀਂ ਕਰ ਸਕਦਾ, ਮੁਲਕ ਦੇ ਨਾਲ ਨਹੀਂ ਕਰ ਸਕਦਾ. ਤੁਹਾਡੇ ਜਜ਼ਬਾਤਾਂ ਦੀ ਅਸੀਂ ਕਦਰ ਕਰਦੇ ਹਾਂ. ਮੈਂ ਆਪਣੇ ਦਰਸ਼ਕਾਂ ਦੀ ਜਾਣਕਾਰੀ ਲਈ ਦੱਸਦਾ ਕਿ ਅਸੀਂ ਮੁੱਦੇ ਪ੍ਰੋਗਰਾਮ ਨੂੰ ਹਾਫ ਐਨ ਆਰ ਹੋਰ ਐਕਸਟੈਂਡ ਕੀਤਾ. ਜਿਹੜਾ ਜੀ ਜਨਾਬ ਪ੍ਰੋਗਰਾਮ ਹੈ ਉਹ 11 ਵਜੇ ਅਸੀਂ ਔਨ ਏਅਰ ਕਰਾਂਗੇ, ਕਿਉਂਕਿ ਪਬਲਿਕ ਦੀ ਹੈਵੀ ਕਾਲਸ ਜਿਹੜੀ ਸਾਡੇ ਵਿਊਅਰਸ, ਉਹਨਾਂ ਦੀ ਕਾਲਸ ਕਾਫੀ ਸਾਰੀ ਆ ਰਹੀ ਹੈ. ਤੁਹਾਡੀ ਕਾਲਸ ਵੀ ਸਾਡੇ ਲਈ ਅਹਿਮ ਹੈਗੀਆਂ ਸਾਡੇ ਲਈ, ਤਾਂ ਅਸੀਂ ਇਸ ਮੁੱਦੇ ਪ੍ਰੋਗਰਾਮ ਨੂੰ ਹਾਫ ਐਨ ਆਰ ਐਕਸਟੈਂਡ ਕੀਤਾ. ਬੜੇ ਸਾਰੇ ਕਾਲਰਸ ਲਾਈਨ ਦੇ ਉੱਤੇ ਨੇ, ਉਹਨਾਂ ਦਾ ਵੀ ਆਪਾਂ ਵਿਚਾਰ ਲੈ ਲੈਂਦੇ ਹਾਂ. ਸਤਿ ਸ਼੍ਰੀ ਅਕਾਲ ਜੀ, ਤੁਸੀਂ ਔਨ ਏਅਰ ਹੋ, ਕੌਣ ਬੋਲ ਰਹੇ, ਕਿੱਥੋਂ ਬੋਲ ਰਹੇ? ਹੈਲੋ ਹੈਲੋ ਜੀ, ਮੈਂ ਅਮਰ ਸਿੰਘ ਬੋਲਦਾ ਜੀ. ਸਤਿ ਸ਼੍ਰੀ ਅਕਾਲ ਅਮਰ ਸਿੰਘ ਜੀ. ਹਾਂਜੀ, ਟੈਕਸਾਸ ਸਟੇਟ ਤੋਂ ਜੀ. ਜੀ, ਇਹ ਜਿਹੜਾ ਲੜਾਈ ਨਹੀਂ ਹੋਣੀ ਚਾਹੀਦੀ, ਪੀਸ ਟਾਕ ਹੋਣਾ ਚਾਹੀਦਾ ਜੀ. ਇਹ ਜਿਹੜੇ ਬੰਬ ਬਲਾਸਟ ਹੋਏ ਨੇ ਕਸ਼ਮੀਰ 'ਚ, ਇਹ ਸਾਰੇ ਆਪਣੇ ਲੋਕਾਂ ਦੀ ਅਣਗਹਿਲੀ ਦੇ ਨਾਲ ਹੋਏ ਨੇ. ਮੈਂ ਇੱਕ ਐਕਸ ਮਿਲਟਰੀ ਮੈਨ ਹਾਂ, ਮੈਂ 2 ਸਾਲ ਕਸ਼ਮੀਰ 'ਚ ਲਾਏ ਹੋਏ ਨੇ ਜੀ. ਇੰਨੀ ਗੱਲ ਕਹਿੰਦਾ ਮੈਂ, ਜਿਹੜੇ 2 ਆਪਣੇ ਆਲੋਵਾਲੀਆ ਤੇ ਦੂਜੇ ਬੈਠੇ ਨੇ, ਇਹਨਾਂ ਨੂੰ ਫਤਿਹ ਬੁਲਾਉਣਾ ਜੀ. ਧੰਨਵਾਦ ਜੀ, ਧੰਨਵਾਦ ਜੀ. ਖਾਲਸਾ, ਵਾਹਿਗੁਰੂ ਜੀ ਕੀ ਫਤਿਹ. ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਫਤਿਹ. ਹੋਰ ਵੀ ਸਾਡੇ ਨਾਲ ਕਾਲਰਸ ਨੇ. ਹੈਲੋ, ਸਤਿ ਸ਼੍ਰੀ ਅਕਾਲ ਜੀ, ਤੁਸੀਂ ਔਨ ਏਅਰ ਹੋ, ਕੌਣ ਬੋਲ ਰਹੇ, ਕਿੱਥੋਂ ਬੋਲ ਰਹੇ? ਜੀ, ਸਤਿ ਸ਼੍ਰੀ ਅਕਾਲ ਜੀ, ਵਾਲਿਆ ਸਾਹਿਬ. ਸਤਿ ਸ਼੍ਰੀ ਅਕਾਲ ਜੀ. ਹਾਂਜੀ, ਮੈਂ ਤਾਂ ਇਹ ਵਿਚਾਰਿਆ
ਵੀ ਹਰ ਇੱਕ ਚੀਜ਼ ਨੂੰ ਸੱਚਾਈ ਨੂੰ ਜਾਂ ਕਿਸੇ ਗੱਲ ਨੂੰ ਤੇ ਮੀਡੀਆ ਦੇ ਉੱਤੇ ਲਾ ਕੇ ਤੇ ਉਹਨੂੰ ਪ੍ਰੋਬਲਮ ਨੂੰ ਅੱਖਾਂ ਤੋਂ ਓਹਲੇ ਨਹੀਂ ਕਰ ਦੇਣਾ ਚਾਹੀਦਾ। ਪ੍ਰੋਬਲਮ ਹੈ, ਟੈਰੋਰਿਜ਼ਮ ਪ੍ਰੋਬਲਮ ਹੈ ਜੀ। ਔਰ ਜਿਵੇਂ ਪਹਿਲਾਂ ਵੀ ਇੱਥੋਂ ਕਿਸੇ ਨੇ ਦੱਸਿਆ ਸੀ ਜਿਹੜੇ ਬੈਠੇ ਆ ਪੈਨਲ ਤੇ ਜੀ, ਬਈ ਡਾਕਟਰ ਕੋਲ ਜੇ ਤੁਸੀਂ ਜਾਂਦੇ ਜੇ ਤੋ ਜੇ ਉਹ ਮਲਮ ਉੱਤੇ ਲਾਉਂਦਾ ਜੀ ਤੁਸੀਂ ਉਹਨੂੰ ਛਿੱਲੀ ਜਾਓ ਤੋ ਹੱਲ ਨਹੀਂ ਹੁੰਦਾ। ਠੀਕ ਹੈ, ਪਰ ਇਹਦੇ ਵਾਸਤੇ ਇੱਕ ਹੋਰ ਤਰਕ ਵੀ ਹੈ ਜੀ, ਬਈ ਅਗਰ ਤੁਹਾਨੂੰ ਕੋਈ ਬਿਮਾਰੀ ਹੈ, ਤੁਹਾਨੂੰ ਕੋਈ ਪ੍ਰੋਬਲਮ ਹੈ ਤੇ ਤੁਹਾਨੂੰ ਕੀ ਕੀ ਲੱਗਦਾ ਕਿੱਥੇ ਬਿਮਾਰੀ ਹੈ? ਇਹ ਬਿਮਾਰੀ ਜਿਹੜੀ ਹੈ ਜੀ ਟੈਰੋਰਿਜ਼ਮ, ਕੁਛ ਜਿਹੜੇ ਲੋਕ ਪਾਕਿਸਤਾਨ ਚ ਮੇਰੇ ਰਿਸਪੈਕਟਡ ਗਰੁੱਪ ਕੈਪਟਨ ਸਾਹਿਬ, ਉਹਨਾਂ ਨੂੰ ਮੈਂ ਇੱਕ ਛੋਟੀ ਜਿਹੀ ਅਰਜ਼ ਕਰਾਂਗਾ ਕਿ ਅਸੀਂ ਡਿਨਾਇਲ 'ਚ ਹੈਗੇ ਹਾਂ ਕਿ ਜੀ ਇਹ ਨਹੀਂ ਹੋ ਸਕਦਾ, ਇਹ ਨਹੀਂ ਮੰਨ ਸਕਦਾ, ਪਾਕਿਸਤਾਨ ਹਿੰਦੁਸਤਾਨ ਨਹੀਂ ਕਰ ਸਕਦਾ, ਮੈਂ ਕਹਿੰਦਾ ਪਾਕਿਸਤਾਨ ਨਹੀਂ ਕਰ ਸਕਦਾ, ਜੋ ਕਿ ਸਭ ਕੁਝ ਐਕਚੁਅਲੀ ਹੋ ਰਿਹਾ ਹੈ। ਤੇ ਮਲਿਕ ਸਾਹਿਬ ਕੌਣ ਕਰ ਰਿਹਾ ਫਿਰ, ਤੁਸੀਂ ਦੱਸੋ, ਤੁਸੀਂ ਤੇ ਬਤੌਰ ਰਹੇ ਹੋ ਜੀ। ਮੈਂ 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 ਦੇਖੋ ਉਹ ਇੱਕ ਬਹੁਤ ਲੰਬੀ ਡਿਸਕਸ਼ਨ ਹੋ ਜਾਂਦੀ ਹੈ, ਤੁਸੀਂ ਹਿਸਟੋਰੀਕਲ ਜਿਹੜੀ ਨਾ ਉਹਦੇ ਪਰਸਪੈਕਟਿਵ ਨੂੰ ਲਓ ਤੇ ਫਿਰ ਇਹ ਚੀਜ਼ਾਂ ਡਿਸਕਸ ਹੋ ਸਕਦੀਆਂ। ਲੇਕਿਨ ਇੱਕ ਸੇਇੰਗ ਹੈ ਕਿ ਵਾਰ ਇਜ਼ ਦੀ ਫੇਲੀਅਰ ਆਫ ਪਾਲਿਸੀ ਐਂਡ ਪੋਲਿਟਿਕਸ। ਦੈਟ ਇਜ਼ ਨਾਓ ਜਿੱਥ ਕਿੱਥੇ ਸਾਡੀ ਪਾਲਿਸੀ ਫੇਲ ਹੋ ਰਹੀ ਹੈ, ਕਿੱਥੇ ਸਾਡੀ ਪੋਲੀਟਿਕਸ ਫੇਲ ਹੋ ਰਹੀ ਹੈ, ਕਿੱਥੇ ਹਿੰਦੁਸਤਾਨ ਦੀ ਪੋਲੀਟਿਕਸ ਔਰ ਪਾਲਿਸੀ ਫੇਲ ਹੋ ਰਹੀ ਹੈ, ਇਹਨਾਂ ਚੀਜ਼ਾਂ ਨੂੰ ਆਈਡੈਂਟੀਫਾਈ ਕਰਨ ਦੀ ਜ਼ਰੂਰਤ ਹੈ। ਠੀਕ ਹੈ, ਇਹਨਾਂ ਚੀਜ਼ਾਂ ਕੋਲ ਡਿਨਾਇਲ ਜੋ ਹੈ ਨਾ ਉਹ ਰਸਤਾ ਨਹੀਂ ਹੈ, ਔਰ ਉਹ ਆਈਡੈਂਟੀਫਾਈ ਕਰਨ ਦਾ ਸਿਰਫ ਔਰ ਸਿਰਫ ਇੱਕ ਤਰੀਕਾ ਹੈ, ਡਾਇਲੋਗ, ਡਾਇਲੋਗ ਐਂਡ ਡਾਇਲੋਗ। ਤਾਂ ਹੀ ਅੱਜ ਇਸ ਮੰਚ ਨੂੰ ਸਜਾਇਆ ਗਿਆ ਮਲਿਕ ਸਾਹਿਬ ਕਿ ਡਾਇਲੋਗ ਹੋ ਸਕੇ ਔਰ ਜਿਹੜੀ ਗੱਲਾਂ ਅਹਿਮ ਹੈਗੀਆਂ ਉਹ ਨਿਕਲ ਕੇ ਸਾਹਮਣੇ ਆ ਸਕਣ। ਕਾਲਰ ਸਾਡੇ ਨਾਲ ਨੇ, ਲੇਕਿਨ ਮੈਂ ਕਾਲਰਾਂ ਨੂੰ ਦਰਖਾਸਤ ਕਰਨਾ ਚਾਹੁੰਦਾ ਤੁਸੀਂ ਆਪਣੀ ਗੱਲ ਨੂੰ ਸ਼ੋਰਟ ਰੱਖਿਓ ਔਰ ਆਪਣੇ ਕਮੈਂਟ ਨੂੰ ਸ਼ੋਰਟ ਰੱਖਿਓ ਤਾਂ ਕਿ ਅਸੀਂ ਇੱਥੇ ਸਾਰੇ ਪੈਨਲਿਸਟ ਦਾ ਵੀ ਜਿਹੜੇ ਕਮੈਂਟਸ ਨੇ ਹੋਰ ਲੈ ਸਕੀਏ। ਤੁਸੀਂ ਔਨ ਏਅਰ ਹੋ, ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਪਣੀ ਗੱਲ ਰੱਖ ਸਕਦੇ ਹੋ। ਹੈਲੋ ਹੈਲੋ ਹੈਲੋ, ਸਤਿ ਸ਼੍ਰੀ ਅਕਾਲ ਜੀ, ਤੁਸੀਂ ਔਨ ਏਅਰ ਹੋ, ਆਪਣੀ ਗੱਲ ਰੱਖ ਸਕਦੇ ਹੋ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਗੱਲ ਇੱਦਾਂ, ਸਭ ਤੋਂ ਪਹਿਲਾਂ ਮੈਂ ਜਿਹੜੇ ਆਪਣੇ ਹੈਗੇ ਪਾਕਿਸਤਾਨ ਦੇ ਪ੍ਰਾਈਮ ਮਿਨਿਸਟਰ ਨੂੰ ਵਧਾਈ ਦਿੰਦਾ ਜਿਨ੍ਹਾਂ ਨੇ ਕਿ ਇਸ ਵੱਡੇ ਚੀਜ਼ ਨੂੰ ਰੋਕ ਲਿਆ ਆਪਣੀ ਸਮਝਦਾਰੀ ਨਾਲ। ਮੈਂ ਉਹਨਾਂ ਨੂੰ ਵਧਾਈ ਦਿੰਦਾ, ਵਾਕਈ ਇੱਕ ਸਿਆਣਾ ਬੰਦਾ ਹੈਗਾ। ਬਾਕੀ ਕੁਛ ਬੰਦਾ ਬੜੇ ਮੀਡੀਆ ਦੀਆਂ ਗੱਲਾਂ ਕਰਦੇ ਆ, ਜਾਂ ਕੁਛ ਬੰਦੇ, ਮੈਂ ਕਾਲਰ ਦੀ ਗੱਲ ਸੁਣੀ ਆ ਜੀ, ਇੰਡੀਆ ਦੀ ਗੌਰਮੈਂਟ ਨੇ ਆਪ ਮਰਵਾਇਆ, ਇਹ ਬਿਲਕੁਲ ਕੋਰਾ ਝੂਠ ਹੈ। ਇੰਡੀਆ ਮੀਡੀਆ ਇੰਡੀਆ ਦਾ ਬਿਲਕੁਲ ਵਿਖਿਆ ਹੋਇਆ, ਉਹ ਸਰਕਾਰ ਦੇ ਜੋ ਕਹਿੰਦੀ ਉਹੀ ਬੋਲ ਰਿਹਾ। ਮੈਂ ਇੰਨੀ ਗੱਲ ਕਹਿਣੀ ਸੀ, ਪਰ ਮੈਂ ਫਿਰ ਵੀ ਕਹੂੰਗਾ, ਬਹੁਤ ਅੱਛਾ ਪ੍ਰੋਗਰਾਮ ਹੈ ਔਰ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਜੀ, ਮੈਂ ਉਹਦੀ ਬੜਾ ਉਹਦੇ ਹੱਕ ਵਿੱਚ ਰਿਹਾ, ਉਸਨੇ ਜੋ ਕੀਤਾ ਬਹੁਤ ਵਧੀਆ ਕੀਤਾ। ਠੀਕ ਹੈ, ਸਤਿ ਸ਼੍ਰੀ ਅਕਾਲ ਜੀ, ਥੈਂਕ ਯੂ ਵੈਰੀ ਮੱਚ। ਦਲੇਰ ਸਿੰਘ ਜੀ ਨੇ ਸਾਡੇ ਨਾਲ ਮੌਜੂਦ ਬਾਬਾ ਮੱਖਣ ਸ਼ਾਹ ਲੁਬਾਣਾ ਗੁਰਦੁਆਰੇ ਤੋਂ, ਉਹ ਕੁਛ ਕਹਿਣਾ ਚਾਹੁੰਦੇ ਹਨ ਜੀ। ਦਲੇਰ ਸਿੰਘ ਜੀ, ਕੀ ਤੁਸੀਂ ਵਿਚਾਰ ਰੱਖਣਾ ਚਾਹੁੰਦੇ, ਤੁਸੀਂ ਜ਼ਰੂਰ ਰੱਖੋ ਆਪਣੇ। ਪਹਿਲਾਂ ਤਾਂ ਮੈਂ ਸਾਰੇ ਜਸ ਪੰਜਾਬੀ ਦਰਸ਼ਕਾਂ ਨੂੰ ਫਤਿਹ ਬੁਲਾਉਣਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਸ ਤਰ੍ਹਾਂ ਮੈਂ ਵਾਰ ਵਾਰ ਸੁਣ ਰਿਹਾ ਵੀ ਇਹ ਗੱਲ ਸ਼ੁਰੂ ਕਿੱਥੋਂ ਹੁੰਦੀ ਹੈ, ਅਤੇ ਮੈਂ ਤਾਂ ਇੱਕ ਗੱਲ ਜਾਣਦਾ ਹੈਗਾ, ਜਿਹੜਾ ਵੀ ਆਤੰਕਵਾਦ ਹੈਗਾ ਇਹ ਕਿੱਥੋਂ ਸ਼ੁਰੂ ਹੋਇਆ। ਜਿਹੜੇ ਸਾਡੇ ਪੋਲੀਟਿਕਸ ਨੇ ਦੋਨਾਂ ਕੰਟਰੀਆਂ ਦੇ, ਅਸਲੀ ਜੜ ਉਹ ਨੇ, ਕਿਉਂਕਿ ਉਹ ਆਪਣੇ ਹੋਂਦ ਨੂੰ ਕਾਇਮ ਰੱਖਣ ਲਈ ਇਹ ਪੈਦਾ ਕਰਦੇ ਨੇ, ਆਪਣੇ ਚਾਰ ਚੁਫੇਰੇ ਉਹਨਾਂ ਨੂੰ ਤਿਆਰ ਕਰਦੇ ਨੇ, ਲੇਕਿਨ ਜਦੋਂ ਉਹਨਾਂ ਦੇ ਵੱਸ ਤੋਂ ਬਾਹਰ ਹੋ ਜਾਂਦੇ ਨੇ ਅਤੇ ਉਹ ਫਿਰ ਇਹ ਕੰਮ ਕਰਦੇ ਨੇ, ਫਿਰ ਸਾਨੂੰ ਉਹਨਾਂ ਨੂੰ ਰੋਕਣੇ ਮੁਸ਼ਕਲ ਹੋ ਜਾਂਦੇ ਨੇ। ਇਹ ਲੋਕਾਂ ਨੇ ਤਾਂ ਬਾਬੇ ਨਾਨਕ ਨੂੰ ਹੀ ਨਹੀਂ ਬਖਸ਼ਿਆ, ਬਾਬੇ ਨਾਨਕ ਨੇ ਇੱਕੋ ਆਵਾਜ਼ ਦਿੱਤੀ, ਓਲੇ ਅਲ ਨੂਰ ਪਾਇਆ, ਕੁਦਰਤ ਦੇ ਸਭ ਬੰਦੇ ਇੱਕ ਨੂਰ ਅਤੇ ਸਭ ਜਗ ਉਪਜਿਆ, ਕੌਣ ਭਲੇ ਕੌਣ ਮੰਦੇ। ਜੇ ਅੱਜ ਅਸੀਂ ਉਹਦੀ ਜਗ੍ਹਾ ਉਹਦਾ ਲਾਂਘਾ ਖੋਲ੍ਹਣ ਦੀ ਗੱਲ ਕੀਤੀ, ਲੇਕਿਨ ਉਹ ਵੀ ਇਹ ਰੁਕਾਵਟ ਫਿਰ ਆ ਕੇ ਉਹ ਬਣ ਗਈ। ਉੱਥੇ ਮੈਂ ਸਿਰਫ ਇਹ ਪੋਲੀਟਿਕਸਾਂ ਨੂੰ, ਜਿਹੜੇ ਪੋਲੀਟਿਕਸ ਬੰਦੇ ਨੇ, ਮੈਂ ਕਸੂਰਵਾਰ ਇਹਨਾਂ ਨੂੰ ਮੰਨਦਾ ਹੈਗਾ। ਠੀਕ ਹੈ, ਕਿਉਂ ਠੀਕ ਹੈ, ਅਤੇ ਲਾਂਘਾ ਵੀ ਜਿਹੜਾ ਖੁਆਬ ਬਣ ਕੇ ਰਹਿ ਗਏ। ਕਾਲਰ ਜੁੜੇ ਹੋਏ ਨੇ, ਸਤਿ ਸ਼੍ਰੀ ਅਕਾਲ ਜੀ, ਤੁਸੀਂ ਔਨ ਏਅਰ ਹੋ, ਕੌਣ ਬੋਲ ਰਹੇ, ਕਿੱਥੋਂ ਬੋਲ ਰਹੇ? ਭਗਵਾਨ ਸਿੰਘ ਬੋਲ ਰਹੇ ਜੀ, ਜਲਗਰੀ ਤੋਂ ਜੀ। ਭਗਵਾਨ ਸਿੰਘ ਜੀ, ਤੁਹਾਡਾ ਸਵਾਗਤ ਹੈ ਜੀ। ਬੇਨਤੀ ਇਹ ਹੈ ਜੀ, ਇਹਦੇ ਵਿੱਚ ਨਾ ਜੀ, ਜਿਹੜੇ ਆਮ ਦੋਨਾਂ ਪਾਸਿਆਂ ਤੋਂ ਭਾਰਤ ਦੇ ਤੇ ਪਾਕਿਸਤਾਨ ਦੇ ਲੋਕ ਨੇ, 90%
ਉਹ ਜੰਗ ਨਹੀਂ ਚਾਹੁੰਦੇ ਤੇ ਜਿਹੜੇ 10% ਬਚ ਗਏ ਉਹਦੇ ਵਿੱਚ ਪੋਲੀਟੀਕਲ ਬੰਦੇ ਨੇ ਪਲੱਸ ਮੀਡੀਆ ਹੁਣ ਜੇ ਆਪਾਂ ਦੇਖੀਏ ਤੇ ਜਿੰਨੇ ਮੀਡੀਆ ਹੈਗਾ ਲੇਕਿਨ ਮੈਂ ਇਸ ਗੱਲ ਨੂੰ ਜ਼ਰੂਰ ਰੱਖਣਾ ਚਾਹੁੰਦਾ ਮੀਡੀਆ ਹੈਗਾ ਲੇਕਿਨ ਕਈ ਹੋਰ ਮੀਡੀਆ ਸਾਰੇ ਮੀਡੀਆ ਨੂੰ ਅਸੀਂ ਇਲਜ਼ਾਮ ਨਾ ਲਗਾਈਏ ਸਾਰਾ ਮੀਡੀਆ ਨਹੀਂ ਸਾਰਾ ਮੀਡੀਆ ਨਹੀਂ ਕੁਝ ਮੀਡੀਆ ਨੂੰ ਛੱਡ ਦਿਓ ਮੈਜੋਰਟੀ ਮੀਡੀਆ ਮਤਲਬ ਅੱਜ ਜੰਗ ਦੇ ਮਤਲਬ ਜੰਗ ਨੂੰ ਭੜਕਾ ਰਿਹਾ ਠੀਕ ਹੈ ਮੈਜੋਰਟੀ ਮੀਡੀਆ ਜਿਹੜਾ ਮਤਲਬ ਜੀ ਮੈਜੋਰਟੀ ਦੇ ਵਿੱਚ ਅਸੀਂ ਨਹੀਂ ਆਉਂਦੇ ਜਸ ਪੰਜਾਬੀ ਲਈ ਤੁਸੀਂ ਕੀ ਕਹਿਣਾ ਚਾਹੁੰਦੇ ਤੁਸੀਂ ਨਹੀਂ ਆਉਂਦੇ ਮਿਹਰਬਾਨੀ ਤੁਹਾਡੀ ਦੂਸਰੀ ਮੈਂ ਜਿਹੜੀ ਬੇਨਤੀ ਕਰਨ ਲੱਗੇ ਜਿੰਨੇ ਅੱਜ ਤੱਕ ਹਿੰਦੁਸਤਾਨ ਦੇ ਵਿੱਚ ਬੰਬ ਕਾਂਡ ਹੋਏ ਨੇ ਸਾਰੇ ਬੀਜੇਪੀ ਦੀ ਸਰਕਾਰ ਵੇਲੇ ਹੋਏ ਨੇ ਅੱਛਾ ਕੋਈ ਕਿਸੇ ਦੇ ਵੇਲੇ ਨਹੀਂ ਹੋਇਆ ਜੀ ਦੂਜੀ ਗੱਲ ਇਹ ਕਿਵੇਂ ਪਤਾ ਲੱਗ ਗਿਆ ਵੀ ਆਹ ਇੱਕ ਬੱਸ ਹੈ ਜਿਹੜੀ ਇਹ ਜੀ ਬੁਲਟ ਪਰੂਫ ਇੱਕ ਬੱਸ ਨਹੀਂ ਸੀ ਜੀ ਉਹ ਕਿਵੇਂ ਪਤਾ ਲੱਗਿਆ ਉਸ ਬੰਦੇ ਨੂੰ ਜਿਹਨੇ ਜਿਹੜਾ ਉਹ ਲਈ ਫਿਰਦਾ ਸੀ ਸਾਰਾ ਬੰਬ ਵਾਲਾ ਕਸਮਾਨ ਉਹਨੂੰ ਕਿਵੇਂ ਪਤਾ ਲੱਗਿਆ ਵੀ ਇਸ ਬੱਸ ਕੱਲੀ ਇੱਕ ਬੁਲਟ ਪਰੂਫ ਨੇ ਚਲੋ ਸਾਡੇ ਨਾਲ ਬੈਠੇ ਹੋਏ ਨੇ ਇੰਡੀਅਨ ਆਰਮੀ ਤੋਂ ਉਹਨਾਂ ਨੇ ਆਪਣੀ ਬਤੌਰ ਸੇਵਾ ਨਿਭਾਈ ਹੋਈ ਹੈ ਆਲੂਵਾਲੇ ਸਾਹਿਬ ਇਹ ਜੋ ਕਹਿ ਰਹੇ ਨੇ ਭਾਈ ਸਾਹਿਬ ਮੇਰੇ ਖਿਆਲ ਇਹਨਾਂ ਨੂੰ ਜ਼ਰਾ ਥੋੜ੍ਹਾ ਹੋਰ ਰਿਸਰਚ ਕਰਨ ਦੀ ਜ਼ਰੂਰਤ ਹੈ ਫੈਕਟਸ ਪਤਾ ਕਰਨ ਦੀ ਜ਼ਰੂਰਤ ਹੈ ਬਾਕੀ ਤੁਸੀਂ ਅਸੀਂ ਮੀਡੀਆ ਦੇ ਪਿੱਛੇ ਪਏ ਹਾਂ ਪਰ ਗੱਲ ਸੋਚਣ ਦੀ ਗੱਲ ਹੈ ਕਿ ਮੀਡੀਆ ਤਾਂ ਬਾਅਦ ਹੀ ਚਾਹੁੰਦਾ ਪਹਿਲਾਂ ਤਾਂ ਸ਼ੁਰੂਆਤ ਤਾਂ ਕਿੱਧਰ ਹੋਰ ਹੁੰਦੀ ਹੈ ਫਿਰ ਉਸ ਉਸ ਖਬਰ ਨੂੰ ਮੀਡੀਆ ਪਕੜਦਾ ਹਾਂ ਜ਼ਰੂਰੀ ਗੱਲ ਹੈ ਕਿ ਮੀਡੀਆ ਨੂੰ ਜਿਸ ਲਈ ਖਬਰ ਪਕੜੇ ਉਹਨੂੰ ਜਦ ਤੱਕ ਹੋ ਸਕੇ ਉਹਨੂੰ ਸਹੀ ਪਰਸਪੈਕਟਿਵ ਵਿੱਚ ਔਰ ਸੱਚਾਈ ਦੇ ਨਾਲ ਰਿਪੋਰਟ ਕਰੇ ਤਾਂ ਫਿਰ ਹੋ ਸਕਦਾ ਕਿ ਚੀਜ਼ਾਂ ਇੰਨੀਆਂ ਨਹੀਂ ਵਿਗੜਨਗੀਆਂ ਸੁਧਾਰੀਆਂ ਜਾਣਗੀਆਂ ਬਾਕੀ ਰਹਿ ਜਮਹੂਰੀਅਤ ਦੀ ਗੱਲ ਇੰਨਾ ਹੋਈ ਹੈ ਸਾਡੀ ਕੰਟਰੀ ਤਾਂ ਜਿਸਦੋਂ ਤੋਂ ਇੰਡੀਆ ਨੂੰ ਇੰਡੀਪੈਂਡੈਂਸ ਮਿਲੀ ਹੈ ਸਾਡੇ ਤਾਂ ਪੱਕੀ ਜਮਹੂਰੀਅਤ ਰਹੀ ਹੈ ਇਲੈਕਸ਼ਨਾਂ ਹੁੰਦੀਆਂ ਗੌਰਮੈਂਟਾਂ ਬਣਦੀਆਂ ਇਲੈਕਸ਼ਨਾਂ ਦੇ ਬਾਅਦ ਦੂਸਰੀ ਗੌਰਮੈਂਟ ਆਉਂਦੀ ਹੈ ਨਵੀਆਂ ਪਾਰਟੀਆਂ ਆਉਂਦੀਆਂ ਔਰ ਉੱਥੇ ਇਹ ਕਹਿਣਾ ਕਿ ਸਾਡੇ ਮੁਲਕ 'ਤੇ ਜ਼ਰੂਰਤ ਹੀ ਨਹੀਂ ਹੈਗੀ ਕਿ ਕੋਈ ਟੈਰਰਿਜ਼ਮ ਦੀ ਸ਼ੁਰੂਆਤ ਕੀਤੀ ਦੇਰ ਨੋ ਰਿਕੁਆਇਰਮੈਂਟ ਇਨ ਆਰ ਕੰਟਰੀ ਟੂ ਹੈਵ ਯੂ ਨੋ ਦਿਸ ਟਾਈਪ ਆਫ ਸੈਟਅਪ ਜੀ ਆਈ ਐਗਰੀ ਕਿਉਂਕਿ ਅੱਜ UN ਨੇ ਵੀ ਪ੍ਰਸਤਾਵ UN ਦੇ ਵਿੱਚ ਵੀ ਪ੍ਰਸਤਾਵ ਰੱਖਿਆ ਗਿਆ ਔਰ ਕਈ ਮੁਲਕਾਂ ਨੇ ਕਿਹਾ ਕਿ ਪਾਕਿਸਤਾਨ ਦੇ ਵਿੱਚ ਜਿਹੜੀ ਟੈਰਰਿਸਟ ਐਕਟੀਵਿਟੀ ਹੋ ਰਹੀਆਂ ਉਹਨਾਂ ਨੂੰ ਸਾਂਭਣ ਦੀ ਲੋੜ ਹੈਗੀ ਹੈ ਮੈਂ ਇੱਕ ਗੱਲ ਹੋਰ ਐਡ ਕਰਨਾ ਚਾਹੁੰਦਾ ਕਿ ਅਗਰ ਤੁਸੀਂ ਦੇਖੋ ਤੇ ਮੇਰੇ ਨਾਲ ਬੈਠੇ ਹੋਏ ਨੇ ਮੁਸਲਮਾਨ ਸਾਡੇ ਭਰਾ ਨੇ ਸਭ ਤੋਂ ਜ਼ਿਆਦਾ ਪਾਪੂਲੇਸ਼ਨ ਹੈ ਮੁਸਲਮਾਨਾਂ ਦੀ ਇੰਡੋਨੇਸ਼ੀਆ 'ਚ ਤੁਹਾਨੂੰ ਪਤਾ ਦੂਸਰਾ ਮੁਲਕ ਕੌਣ ਹੈ ਵਰਲਡ 'ਚ ਇੰਡੀਆ ਸਾਡੇ ਮੁਲਕ 'ਚ ਜ਼ਿਆਦਾ ਪਾਪੂਲੇਸ਼ਨ ਹੈ ਮੁਸਲਮਾਨ ਭਾਈਆਂ ਦੀ ਬਜਾਏ ਪਾਕਿਸਤਾਨ ਦੇ ਔਰ ਹਾਲੀ ਇਸ ਸੈਂਚਰੀ ਵਿੱਚ ਦੁਨੀਆ ਵਿੱਚ ਦੋ ਮੁਲਕ ਬਣੇ ਨੇ ਕੌਮ ਦੀ ਬੇਸਿਸ 'ਤੇ ਇੱਕ ਪਾਕਿਸਤਾਨ ਇੱਕ ਇਜ਼ਰਾਈਲ ਕਦੀ ਹਿਸਟਰੀ ਵਿੱਚ ਕੋਈ ਮੁਲਕ ਨਹੀਂ ਜਿਹੜਾ ਕੌਮ ਦੇ ਬਿਨਾਂ 'ਤੇ ਬਣਿਆ ਹੋਵੇ ਜੀ ਜੀ ਬਿਲਕੁਲ ਮੈਂ ਇਸ ਸਵਾਲ ਦਾ ਜਵਾਬ ਵੀ ਜ਼ਰੂਰ ਲੈਣਾ ਚਾਹਾਂਗਾ ਆਲੂਵਾਲੇ ਸਾਹਿਬ ਮਲਿਕ ਜੀ ਤੋਂ ਮੈਨੂੰ ਇੱਥੇ ਸਮਾਂ ਜਿਹੜਾ ਉਹ ਸਿਰਫ ਇੱਕ ਬ੍ਰੇਕ ਲਈ ਰੋਕ ਰਿਹਾ ਪਾਣੀ ਦਾ ਘੁੱਟ ਅਸੀਂ ਵੀ ਪੀ ਲੈਂਦੇ ਹਾਂ ਪਾਣੀ ਦਾ ਘੁੱਟ ਸਾਡੇ ਵਿਊਰਸ ਵੀ ਪੀ ਲੈਂਦੇ ਨੇ ਮਿਲਦੇ ਆ ਬ੍ਰੇਕ ਤੋਂ ਬਾਅਦ ਤੁਹਾਡੀ ਖਿਦਮਤ ਦੇ ਵਿੱਚ ਅੱਜ ਦਾ ਮੁੱਦਾ ਲੈ ਕੇ ਅਤੇ ਅੱਜ ਬੜਾ ਹੌਟ ਟੋਪਿਕ ਔਰ ਹੌਟ ਹੋਇਆ ਹੋਇਆ ਸਾਡਾ ਸਟੂਡੀਓ ਕਿਉਂਕਿ ਗੰਭੀਰ ਵਿਸ਼ਾ ਹੈਗਾ ਔਰ ਜਦ ਵਿਸ਼ੇ ਦੀ ਗੱਲ ਹੁੰਦੀ ਹੈ ਤਾਂ ਅਸੀਂ ਜ਼ਰੂਰ ਕੋਸ਼ਿਸ਼ ਕਰਦੇ ਹਾਂ ਕਿ ਸਾਰੇ ਤਰਕ ਅਸੀਂ ਰੱਖੀਏ ਮਰਿਯਮ ਚੌਧਰੀ ਮੇਰੇ ਨਾਲ ਮੌਜੂਦ ਹੈਗੇ ਨੇ ਮੈਂ ਉਸ ਤੋਂ ਬਾਅਦ ਮਲਿਕ ਸਾਹਿਬ ਤੋਂ ਜ਼ਰੂਰ ਆਵਾਂਗਾ ਮਰਿਯਮ ਚੌਧਰੀ ਜੀ ਸਾਂਝੇ ਪੰਜਾਬ ਦੇ ਨਾਲ ਤਾਲੁਕ ਰੱਖਦੇ ਹਨ ਪਾਕਿਸਤਾਨ ਤੋਂ ਤਾਲੁਕ ਰੱਖਦੇ ਹਨ ਤੁਹਾਡਾ ਕੀ ਕਮੈਂਟ ਹੈਗਾ ਮਰਿਯਮ ਜੀ ਜ਼ਰੂਰ ਰੱਖੋ ਜੀ ਪਹਿਲੇ ਤਾਂ ਮੈਂ ਕਹਿਣਾ ਚਾਹੂੰਗੀ ਤੁਹਾਨੂੰ 12 ਸਾਲ ਦੀ ਬਹੁਤ ਮੁਬਾਰਕਬਾਦ ਜੀ ਅਤੇ ਉਸ ਤੋਂ ਬਾਅਦ ਮੈਂ ਕਹਿਣਾ ਚਾਹੂੰਗੀ ਕਿ ਮੈਂ ਇੱਥੇ ਪੱਲੀ ਬੜੀ ਹਾਂ ਮੇਰੀ 2 ਮਾਵਾਂ ਸਨ ਹੈ ਨੇ ਮਾਸ਼ਾਅੱਲਾ ਇੱਕ ਇੰਡੀਆ ਚੰਡੀਗੜ੍ਹ ਤੋਂ ਰਾਬਤਾ ਰੱਖਦੇ ਨੇ ਇੱਕ ਪੰਜਾਬ ਪਾਕਿਸਤਾਨ ਤੋਂ ਰਾਬਤਾ ਰੱਖਦੇ ਨੇ ਸੋ ਆਈ ਗਰੂ ਅਪ ਵਿਦ ਬੋਥ ਕਲਚਰਸ ਮੈਂ ਇਹ ਕਹਿਣਾ ਚਾਹਾਂਗੀ ਕਿ ਅਗਰ ਦੋਵਾਂ ਮੁਲਕਾਂ ਨੂੰ ਵੇਖਿਆ ਜਾਏ ਤਾਂ ਵੀ ਆਰ ਦਾ ਸੇਮ ਪੀਪਲ ਅਸੀਂ ਬਾਰਡਰ ਵਿੱਚ ਲਾਇਆ ਹੋਇਆ ਅਸੀਂ ਇੱਕ ਹੀ ਹੈਗੇ ਹਾਂ ਅਤੇ ਇਹ ਜਿਹੜੀ ਲੜਾਈ ਜੰਗ ਜਿਹੜੀ ਕਰ ਰਹੇ ਹਾਂ ਬੇਮਾਇਨੀ ਹੈ ਦੋਵਾਂ ਕੰਟਰੀਆਂ ਵਾਸਤੇ ਬਹੁਤ ਬਹੁਤ ਨੁਕਸਾਨਦੇਹ ਫਾਈਨੈਂਸ਼ਲੀ ਪੋਲੀਟਿਕਲੀ ਪਰਸਨਲੀ ਬਹੁਤ ਬਹੁਤ ਗਲਤ ਚੀਜ਼ ਹੈਗੀ ਹੈ ਇਸ ਤੋਂ ਇਲਾਵਾ ਮੈਂ ਕਹਿਣਾ ਚਾਹਾਂਗੀ ਕਿ ਟੈਰਰਿਜ਼ਮ ਦੀ ਗੱਲ ਹੋਈ ਹੈ ਮੈਂ ਇੱਥੇ ਪੱਲੀ ਬੜੀ ਹਾਂ ਤਾਂ ਮੈਂ ਵੇਖਿਆ ਹੈ ਮਾਜ਼ਰ ਚਾਹਾਂਗੀ ਅਗਰ ਮੈਂ ਕੋਈ ਗਲਤ ਗੱਲ ਕਰਾਂਗੀ ਲੇਕਿਨ ਮੈਂ ਵੇਖਿਆ ਹੋਇਆ ਕਿ ਟੈਰਰਿਜ਼ਮ ਜਿਹੜਾ ਹੈ ਬਹੁਤ ਦੋਨੋਂ ਕੰਟਰੀਆਂ 'ਚ ਬਹੁਤ ਹੈਗਾ ਅਸੀਂ ਮੂਵੀਆਂ ਵੇਖ ਰਹੇ ਹਾਂ ਜਿਸ ਤਰ੍ਹਾਂ ਬੜੇ ਹੋ ਰਹੇ ਹਾਂ ਬੰਬੇ ਕਹਿ ਲਓ ਹੈਦਰ ਕਹਿ ਲਓ ਕਸ਼ਮੀਰ ਵਾਲਿਆਂ ਯੂ ਨੋ ਟੈਰਰਿਸਟ ਉਹ ਇਹ ਨਹੀਂ ਕਹਿੰਦੇ ਕਿ ਪਾਕਿਸਤਾਨ ਤੋਂ ਆਏ ਨੇ
ਕੰਟਰੀਜ਼ ਕਹਿੰਦੇ ਨੇ ਕਿ ਮੁਸਲਮਾਨ ਹੈਗੇ ਨੇ ਇਫ ਆਈ ਐਮ ਸੋਰੀ ਆਈ ਐਮ ਜੰਪਿੰਗ ਦ ਗਨ ਐਂਡ ਸੇਇੰਗ ਦਿਸ ਲੇਕਿਨ ਇੰਡੀਆ ਦੀ ਮੂਵੀ ਹੀ ਦੱਸ ਰਹੀ ਹੈ ਸਾਨੂੰ ਕਿ ਬੋਂਬੇ ਵਰਗਾ ਜਾਂ ਹੈਦਰ ਵਰਗਾ ਕਸ਼ਮੀਰ 'ਚ ਟੈਰਰਿਜ਼ਮ ਜਿਹੜਾ ਹੈਗਾ ਉਹ ਮੁਸਲਮਾਨ ਫੈਲਾਉਂਦੇ ਨੇ ਆਈ ਐਮ ਨਾਟ ਅਗਰੀਇੰਗ ਵਿਦ ਦਿਸ ਉਹ ਕਹਿੰਦੇ ਨੇ ਨਾ ਕਿ ਪੰਜੋ ਉਂਗਲੀਆਂ ਬਰਾਬਰ ਨਹੀਂ ਹੁੰਦੀਆਂ ਇਸ ਤਰ੍ਹਾਂ ਨਹੀਂ ਹੈ ਅਸੀਂ ਜਿਸ ਤਰ੍ਹਾਂ ਬੈਠੇ ਹੋਏ ਹਾਂ ਇਸ ਟਾਈਮ 'ਤੇ ਵੀ ਲਵ ਈਚ ਅਦਰ ਇੱਥੇ ਬੈਠੇ ਹੋਏ ਉੱਥੇ ਅਗਰ ਅਸੀਂ ਚਲੇ ਜਾਂ ਤਾਂ ਬਹੁਤ ਪ੍ਰੋਬਲਮ ਹੁੰਦੀ ਹੈ ਕਿ ਅਸੀਂ ਮੁਸਲਮਾਨ ਹਾਂ ਜਾਂ ਅਸੀਂ ਇਹ ਹੈਗੇ ਹਾਂ ਜਾਂ ਅਸੀਂ ਇਹ ਹੈਗੇ ਹਾਂ ਆਈ ਫੀਲ ਦੈਟ ਸਾਨੂੰ ਇਕੱਠੇ ਬੈਠ ਕੇ ਜਿਸ ਤਰ੍ਹਾਂ ਇੱਥੇ ਡਿਸਕਸ ਕਰਨੇ ਹਾਂ ਉੱਥੇ ਅਗਰ ਹੋਏ ਤਾਂ ਕੋਈ ਪ੍ਰੋਬਲਮ ਹੀ ਨਾ ਹੋਏ ਠੀਕ ਹੈ ਡਿਸਕਸ ਇਕੱਠੇ ਕਰਨਾ ਚਾਹੀਦਾ ਹੈ ਬਿਲਕੁਲ ਇਕੱਠੇ ਕਰਨਾ ਚਾਹੀਦਾ ਹੈ ਥੈਂਕ ਯੂ ਮਰੀਮ ਥੈਂਕ ਯੂ ਸੋ ਮਚ ਮਿਨੀ ਚਟਾ ਨੇ ਜੋ ਕਿ ਵੂਮਨ ਐਂਟਰਪ੍ਰੀਨਰ ਨੇ ਔਰ ਉਹ ਵੀ ਉਹਨਾਂ ਦੀ ਵੀ ਸਾਂਝ ਹੈਗੀ ਹੈ ਪਾਕਿਸਤਾਨੀ ਕਮਿਊਨਿਟੀ ਦੇ ਨਾਲ ਮੈਂ ਜਾਣਨਾ ਚਾਹੁੰਦਾ ਕਿ ਉਹ ਕੀ ਕੁਝ ਆਪਣੇ ਤਰਕ ਰੱਖਣਾ ਚਾਹੁੰਦੇ ਹਾਂਜੀ ਸਤਿ ਸ਼੍ਰੀ ਅਕਾਲ ਜੀ ਐਂਡ ਥੈਂਕ ਯੂ ਫੋਰ ਹੈਵਿੰਗ ਅਸ ਬਸ ਸਾਨੂੰ ਪੀਸ ਚਾਹੀਦਾ ਹੈ ਔਰ ਦੇਖੋ ਅਸੀਂ ਬਾਹਰ ਵਾਲੀ ਕੰਟਰੀਆਂ 'ਚ ਬੈਠੇ ਹਾਂ ਅਸੀਂ ਇਤਨੇ ਕਿਤੇ ਸਾਡੇ ਦੇਖੋ ਸਾਹੀ ਕੋਈ ਹਿੰਦੂ ਹੈ ਕੋਈ ਮੁਸਲਮਾਨ ਹੈ ਕੋਈ ਸਿੱਖ ਹੈ ਈਸਾਈ ਅਸੀਂ ਸਾਰੇ ਅਸੀਂ ਪਿਆਰ ਨਾਲ ਬੈਠੇ ਹੋਏ ਹਾਂ ਇੱਥੇ ਅਸੀਂ ਆਪਣੀ ਆਪਣੀ ਕੰਟਰੀਆਂ 'ਚ ਕਿਉਂ ਨਹੀਂ ਇਸ ਚੀਜ਼ ਦੇਖਦੇ ਹਾਂ ਸਾਨੂੰ ਪਿਆਰ ਔਰ ਮੁਹੱਬਤ ਚਾਹੀਦਾ ਹੈ ਸਾਨੂੰ ਹੋਰ ਕੁਛ ਨਹੀਂ ਚਾਹੀਦਾ ਦੈਟਸ ਇਟ ਪਿਆਰ ਔਰ ਮੁਹੱਬਤ ਚਾਹੀਦਾ ਬਹੁਤ ਸ਼ੁਕਰੀਆ ਮੈਂ ਇੱਥੇ ਗੱਲ ਨਾਲ ਸ਼ੁਰੂ ਕਰਨਾ ਚਾਹਾਂਗਾ ਵੀ ਆਰ ਆਲ ਵਿਕਟਮਸ ਆਫ ਡਿਸਇਨਫੋਰਮੇਸ਼ਨ ਐਂਡ ਫੈਬਰੀਕੇਸ਼ਨ ਹੂ ਇਜ਼ ਸਪਰੈਡ ਦੈਟ ਆਈ ਨੀਡ ਨਾਟ ਆਨਸਰ ਦੈਟ ਇਸ ਵਕਤ ਸਭ ਤੋਂ ਵੱਡਾ ਜਿਹੜਾ ਇੱਕ ਪ੍ਰੋਬਲਮ ਹੈ ਉਹ ਹੈਗਾ ਕਿ ਸਾਨੂੰ ਇੱਕ ਪਰਸੈਪਸ਼ਨ ਸਾਡੇ ਅੰਦਰ ਬਿਲਡ ਕਰ ਦਿੱਤਾ ਗਿਆ ਕਿ ਤੁਸੀਂ ਕਿਸੇ ਨੂੰ ਵਾਈਟ ਪੇਂਟ ਕਰ ਦਿੱਤਾ ਹੈ ਤਾਂ ਕਿਸੇ ਨੂੰ ਗ੍ਰੇ ਪੇਂਟ ਕਰ ਦਿੱਤਾ ਹੈ ਅਸੀਂ ਉਸ ਆਪਣੇ ਜੋ ਪਰਸੈਪਸ਼ਨ ਆ ਉਸ ਤੋਂ ਬਾਹਰ ਨਹੀਂ ਨਿਕਲ ਸਕ ਰਹੇ ਦੂਸਰੀ ਗੱਲ ਮੈਂ ਇਹ ਕਹਾਂਗਾ ਕਿ ਜਦੋਂ ਵਾਰ ਸ਼ੁਰੂ ਹੋ ਜਾਂਦੀ ਕਿਹਾ ਜਾਂਦਾ ਹੈ ਕਿ ਟਰੂਥ ਇਜ਼ ਦ ਫਸਟ ਕੈਜੂਅਲਟੀ ਆਫ ਵਾਰ ਵਾਰ ਹਿੰਦੁਸਤਾਨ ਔਰ ਪਾਕਿਸਤਾਨ ਦੀ ਅਗਰ ਦੇਖਿਆ ਜਾਏ ਤਾਂ ਕਦੇ ਖਤਮ ਹੀ ਨਹੀਂ ਹੋਈ ਅਗਰ ਮਹਾਜ਼ ਦੇ ਉੱਤੇ ਜੰਗ ਫੌਜੀਆਂ ਦੀ ਖਤਮ ਹੋਈ ਹੈ ਤਾਂ ਉਹ ਕਿਸੇ ਹੋਰ ਰੰਗ ਦੇ ਵਿੱਚ ਪੋਲੀਟੀਸ਼ੀਅਨਸ ਦੀ ਜੰਗ ਸ਼ੁਰੂ ਹੋ ਗਈ ਪੋਲੀਟੀਸ਼ੀਅਨਸ ਦੀ ਜੰਗ ਜ਼ਰਾ ਧੀਮੀ ਪਈ ਅਤੇ ਉਹ ਮੀਡੀਆ ਦੀ ਜੰਗ ਸ਼ੁਰੂ ਹੋ ਗਈ ਸਾਡੀ ਕੌਮ ਦੋਨੋਂ ਹਿੰਦੁਸਤਾਨ ਦੀ ਕੌਮ ਔਰ ਪਾਕਿਸਤਾਨ ਦੀ ਕੌਮ ਵੀ ਆਰ ਵਿਕਟਮਸ ਆਫ ਦੀਸ ਟੂ ਮਿਸਚੀਵਸ ਫਿਰ ਸਾਡੇ ਨਾਲ ਇੱਕ ਜੋਗ੍ਰਾਫਿਕਲ ਇਨਜਸਟਿਸ ਹੈਗਾ ਪਾਕਿਸਤਾਨ ਦੇ ਨਾਲ ਸਾਡੀ ਜਿਸ ਤਰ੍ਹਾਂ ਗੋਰੇ ਨੇ ਜਾਂਦੇ ਹੋਇਆਂ ਤਕਸੀਮ ਕਰ ਦਿੱਤੀ ਉਹ ਤਕਸੀਮ ਇੱਕ ਫਸਾਦ ਦੀ ਜੜ੍ਹ ਹੈ ਉਸ ਤਕਸੀਮ ਨੂੰ ਕਿਸ ਤਰ੍ਹਾਂ ਹੈਂਡਲ ਕੀਤਾ ਗਿਆ ਜਿਸ ਵਕਤ ਇੰਡੀਪੈਂਡੈਂਸ ਆਫ ਇੰਡੀਆ ਐਕਟ ਪਾਸ ਹੋਇਆ ਉਸ ਇੰਡੀਪੈਂਡੈਂਸ ਆਫ ਇੰਡੀਆ ਐਕਟ ਨੂੰ ਕਿਸ ਤਰ੍ਹਾਂ ਪ੍ਰਮਾਲਗੇਟ ਕੀਤਾ ਗਿਆ ਉਹ ਵੀ ਤਾਰੀਖ ਦਾ ਹਿੱਸਾ ਹੈ ਔਰ ਉਸ ਨੇ ਸਾਡੇ ਵਾਸਤੇ ਕਸ਼ਮੀਰ ਦਾ ਨਸੂਰ ਛੱਡਿਆ ਉਸ ਨੇ ਸਾਡੇ ਵਾਸਤੇ ਹੋਰ ਇਲਾਕਾਈ ਨਸੂਰ ਛੱਡੇ ਅਸੀਂ ਉਸ ਨਸੂਰ ਨੂੰ ਅੱਜ ਤੱਕ ਬੈਠੇ ਚੱਟ ਰਹੇ ਚਲੋ ਕਾਲਰਸ ਕੀ ਕਹਿੰਦੇ ਨੇ ਉਹ ਵੀ ਸੁਣ ਲੈਂਦੇ ਸਤਿ ਸ਼੍ਰੀ ਅਕਾਲ ਜੀ ਤੁਸੀਂ ਔਨ ਏਅਰ ਹੋ ਕੌਣ ਬੋਲ ਰਹੇ ਹੋ ਕਿੱਥੋਂ ਬੋਲ ਰਹੇ ਅੱਤਵਾਦ ਬਣਦਾ ਆ ਇਹ ਬਣਾਇਆ ਜਾਂਦਾ ਆ ਕਿਉਂਕਿ ਮਤਲਬ ਜਿਹੜੇ ਬੰਦੇ ਹੁੰਦੇ ਆ ਜਿੱਦਾਂ ਹੁਣ 84 ਵਿੱਚ ਅੱਤਵਾਦ ਮਤਲਬ ਕਹਿਤਾ ਜੀ ਅੱਤਵਾਦੀ ਅਫਲਾਨਾ ਆ ਜਦੋਂ ਤੁਸੀਂ ਕਿਸੇ ਬੰਦੇ ਨੂੰ ਹਰਟ ਕਰਦੇ ਆ ਜਦੋਂ ਉਹਦੀਆਂ ਧੀਆਂ ਭੈਣਾਂ ਨੂੰ ਮਤਲਬ ਤੁਸੀਂ ਇੱਦਾਂ ਬੇਮਪਤ ਕਰਦੇ ਆ ਤੇ ਫਿਰ ਉਹ ਗੰਨਾ ਚੱਕ ਲੈਂਦੇ ਆ ਉਹ ਹੁਣ ਕਸ਼ਮੀਰ ਦੇ ਲੋਕ ਬਹੁਤ ਚੰਗੇ ਸੀਗੇ ਅਸੀਂ ਮੈਂ ਦੇਖਿਆ ਨਾ 75 ਦੇ ਵਿੱਚ ਜਲੰਧਰ ਆਉਂਦੇ ਹੁੰਦੇ ਸੀ ਕੱਪੜੇ ਵਿੱਚ ਲੱਕੜਾਂ ਪਾੜਨ ਵਾਸਤੇ ਕੁਹਾੜਾ ਲੈ ਕੇ ਉੱਥੇ ਲੱਕੜਾਂ ਪਾੜਦੇ ਪਿੰਡਾਂ 'ਚ ਤਾਂ ਬਹੁਤ ਨਾਈ ਸੀਗੇ ਇਹਨਾਂ ਨੂੰ ਮਤਲਬ ਇਹਨਾਂ ਨੂੰ ਆਪਣੀ ਸਾਡੀ ਗੌਰਮੈਂਟ ਨੇ ਮਤਲਬ ਇਹਨਾਂ ਨੂੰ ਬੇਪਤ ਕੀਤਾ ਕਿ ਇਹਨਾਂ ਨੇ ਹਥਿਆਰ ਚੱਕ ਲਿਆ ਔਰ ਪਤਾ ਕੀ ਹੈ ਅਸੀਂ ਤਾਂ ਸਾਡੇ ਵਿੱਚ ਗੱਦਾਰ ਸੀਗੇ ਇਸ ਕਰਕੇ ਸਿੱਖ ਫੇਲ ਹੋ ਗਏ ਇਹ ਇਹਨਾਂ ਦਾ ਏਕਾ ਬੋਧ ਹੈ ਮੁਸਲਮਾਨ ਆ ਇਹ ਇਕੱਠੇ ਆ ਇਹ ਗੱਦਾਰੀ ਨਹੀਂ ਕਰ ਗਏ ਇਸ ਕਰਕੇ ਇਹਨਾਂ ਨੂੰ ਮਤਲਬ ਆਰਮੀ ਨੇ ਇਹਨਾਂ ਨੂੰ ਟੋਰਚਰ ਕੀਤਾ ਉਸ ਕਰਕੇ ਇਹਨਾਂ ਨੇ ਏਦਾਂ ਕੀਤੀ ਆ ਦੂਜੀ ਗੱਲ ਇਹ ਇਮਰਾਨ ਖਾਨ ਬੜਾ ਵਧੀਆ ਬੰਦਾ ਹੈ ਉਹ ਚਾਹੁੰਦਾ ਕਿ ਮੈਂ ਮਤਲਬ ਵਧੀਆ ਕਰਾਂ ਸਾਰਾ ਕੁਝ ਵਧੀਆ ਕਰਾਂ ਲੜਾਈ ਨਾ ਲੱਗੇ ਪਰ ਪੀਟੀਸੀ ਪੰਜਾਬੀ ਵਾਲੇ ਕਿੱਦਾਂ ਇਹ ਕਰਦਾ ਸੀ ਇਮਰਾਨ ਡਰ ਗਿਆ ਫਲਾਨਾ ਕਰਦਾ ਔਰ ਮੈਨੂੰ ਛੱਡ ਦਿੱਤਾ ਇਹ ਮੈਂ ਕਹਿਣਾ ਚਾਹੁੰਦਾ ਸੀ ਚਲੋ ਜੀ ਬਹੁਤ ਬਹੁਤ ਮਿਹਰਬਾਨੀ ਹੋਰ ਵੀ ਕਾਲਰਸ ਆਪਾਂ ਸੁਣ ਲਈਏ ਸਤਿ ਸ਼੍ਰੀ ਅਕਾਲ ਜੀ ਤੁਸੀਂ ਔਨ ਏਅਰ ਕੌਣ ਬੋਲ ਰਹੇ ਕਿੱਥੋਂ ਬੋਲ ਰਹੇ ਹਰਦੀਪ ਜੀ ਸਤਿ ਸ਼੍ਰੀ ਅਕਾਲ ਮੈਂ ਆਪਣੇ ਹਰਦੀਪ ਉਹਦਾ ਅਟਲਾਂਟਾ ਤੋਂ ਸਤਿ ਸ਼੍ਰੀ ਅਕਾਲ ਹਰਦੀਪ ਜੀ ਸਵਾਗਤ ਹੈ ਤੁਹਾਡਾ ਹਾਂਜੀ ਹਾਂਜੀ ਅੱਛਾ ਉਹ ਹਰਗਿਰ ਜੀ ਉਹ ਜਦੋਂ ਨਾ ਲੜਕੀ ਵਿਆਹੀ ਜਾਂਦੀ ਸਾਡੇ ਮੁਲਕਾਂ ਇੰਡੀਆ ਪਾਕਿਸਤਾਨ ਤੋਂ ਉਹ ਨਾ ਜਦੋਂ ਸਹੁਰੇ ਜਾਂਦੀ ਆ ਉਹ ਕਹਿੰਦੀ ਆ ਮੈਨੂੰ ਨਾ ਆਪਣੇ ਪੇਕਿਆਂ ਨੂੰ ਠੰਡੀ ਹਵਾ ਆਵੇ ਉਹਦਾ ਮਤਲਬ ਇਹ ਹੁੰਦਾ ਮੈਨੂੰ ਕੋਈ ਮਾੜੀ ਖਬਰ ਨਾ ਆਵੇ ਅੱਛਾ ਹਰਗਿਰ ਜੀ ਜਿਹੜੀ ਧਰਤੀ ਆ ਨਾ ਸਾਡੀ ਇਹ ਪਤਾ ਕੀ ਕਹਿੰਦੀ ਇਹ ਕਹਿੰਦੀ ਆ ਮੇਰੇ ਤੇ ਲੱਖਾਂ ਇਹ ਲਕੀਰਾਂ ਵਾਹ ਕੇ ਚਲੇ ਗਏ ਮੈਂ ਨਾ ਕਿਸੇ ਦੀ ਬਣੀ ਤੇ ਨਾ ਬਣਨਾ ਕੀ ਬਾਤ ਹੈ
ਅੱਛਾ ਦੂਸਰੀ ਗੱਲ ਸੁਣੋ, ਹੁਣ ਨਾ ਦੋਵਾਂ ਮੁਲਕਾਂ ਨੂੰ ਜਿਹੜੇ ਬੈਡ ਐਲੀਮੈਂਟ ਉਹਨਾਂ ਨੂੰ ਆਈਸੋਲੇਟ ਕਰਕੇ ਤੇ ਉਹਨਾਂ ਨੂੰ ਸਜ਼ਾਵਾਂ ਦੇਣੀਆਂ ਚਾਹੀਦੀਆਂ, ਬਾਕੀ ਜਿਹੜੀ ਲਾਈਨ ਆਫ ਕੰਟਰੋਲ ਆ ਇਸ ਉਹਦਾ ਕਸ਼ਮੀਰ ਮਸਲਾ ਉਹਦਾ ਇਤਰਾਮ ਕਰਨਾ ਚਾਹੀਦਾ ਤੇ ਆਪਣੇ ਮੁਲਕਾਂ ਦੀ ਭਲਾਈ ਬਾਰੇ ਸੋਚਣਾ ਚਾਹੀਦਾ। ਠੀਕ ਹੈ ਜੀ, ਮਿਹਰਬਾਨੀ। ਸਤਿ ਸ੍ਰੀ ਅਕਾਲ ਜੀ, ਤੁਸੀਂ ਔਨ ਏਅਰ ਕੌਣ ਬੋਲ ਰਹੇ ਹੋ, ਕਿੱਥੋਂ ਬੋਲ ਰਹੇ ਹੋ? ਹੈਲੋ 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 ਹੈਲੋ, ਸਤਿ ਸ੍ਰੀ ਅਕਾਲ ਜੀ, ਤੁਸੀਂ ਔਨ ਏਅਰ ਹੋ, ਕੌਣ ਬੋਲ ਰਹੇ, ਕਿੱਥੋਂ ਬੋਲ ਰਹੇ ਹੋ? ਸਤਿ ਸ੍ਰੀ ਅਕਾਲ ਜੀ, ਮੈਂ ਕੈਲੀਫੋਰਨੀਆ ਤੋਂ ਬੋਲ ਰਿਹਾ ਜੀ। ਜੀ ਸਤਿ ਸ੍ਰੀ ਅਕਾਲ, ਤੁਸੀਂ ਔਨ ਏਅਰ ਆਪਣੀ ਗੱਲ ਰੱਖ ਸਕਦੇ ਹੋ। ਮੈਂ ਬਾਲੀਆ ਸਾਹਿਬ ਨੂੰ ਪੁੱਛਣਾ ਚਾਹੁੰਦਾ ਵੀ ਪੰਜਾਬ ਤੇ ਕਸ਼ਮੀਰ ਤੇ ਕਹਿੰਦੇ ਅੱਜ ਦੋ ਆਲੂ ਵਾਲੀਆਂ ਨੇ ਜੀ ਮੰਚ ਦੇ ਉੱਤੇ, ਕਿਹੜੇ ਆਲੂ ਵਾਲੇ ਤੁਸੀਂ ਪੁੱਛਣਾ ਚਾਹੁੰਦੇ ਹੋ? ਜਿਹੜੇ ਆਰਮੀ ਵਾਲੇ ਆ ਜੀ। ਠੀਕ ਹੈ ਜੀ, ਠੀਕ ਹੈ ਜੀ, ਕੀ ਪੁੱਛਣਾ ਚਾਹੁੰਦੇ ਹੋ? ਰੱਖੋ, ਮੈਂ ਉਹਨਾਂ ਨੂੰ ਇਹ ਪੁੱਛਣਾ ਚਾਹੁੰਦਾ ਵੀ ਪੰਜਾਬ 'ਚ ਤੇ ਪਾਕਿਸਤਾਨ 'ਚ ਇੱਥੇ ਕਸ਼ਮੀਰ 'ਚ ਕਹਿੰਦੇ ਪਾਕਿਸਤਾਨ ਤੋਂ ਅੱਤਵਾਦ ਆ ਰਿਹਾ, ਜਿਹੜਾ ਸਾਊਥ 'ਚ ਆ ਰਿਹਾ ਝਾਰਖੰਡ ਜਾਂ ਉੱਧਰੋਂ ਉੱਧਰੋਂ ਕਿਸੇ ਕੰਟਰੀ ਦਾ ਕਿਉਂ ਨੀ ਨਾਂ ਲੈ ਰਹੇ ਤੁਸੀਂ? ਠੀਕ ਹੈ, ਠੀਕ ਹੈ, ਕਿ ਜਿਹੜੀ ਕਹਿੰਦੇ ਕਿ ਪਾਕਿਸਤਾਨ ਤੋਂ ਅੱਤਵਾਦ ਆ ਰਿਹਾ, ਜਿਹੜੀ ਹੋਰ ਕੰਟਰੀਆਂ ਤੋਂ ਅੱਤਵਾਦ ਆ ਰਿਹਾ, ਉਹਨਾਂ ਦਾ ਨਾਂ ਕਿਹੜੀ ਲੈਂਦੇ? ਇਹ ਮੈਨੂੰ ਦੱਸਣ ਜੀ, ਇਹ ਮੈਨੂੰ ਦੱਸਣ ਕਿਹੜੀ ਕੰਟਰੀ ਦਾ ਔਰ ਪਕੜਿਆ? ਸੋਰੀ, ਮੇਰਾ ਖਿਆਲ ਨਹੀਂ ਜੀ ਕਿ ਹੋਰ ਘਰੇ ਆ ਰਿਹਾ। ਇਹ ਜਿਸ ਤਰ੍ਹਾਂ ਮਲਿਕ ਸਾਹਿਬ ਨੇ ਦੱਸਿਆ ਕਿ ਕਸ਼ਮੀਰ ਖਾਸ ਤੌਰ 'ਤੇ ਝਾਰਖੰਡ ਨੂੰ ਕਹਿੰਦੇ ਹੋਏ ਨਜ਼ਰ ਆ ਰਹੇ, ਝਾਰਖੰਡ ਜਿਹੜਾ ਇਹਦਾ ਜੀ ਉਹ ਲੋਕਲ ਹੈਗੇ, ਜਿਸ ਤਰ੍ਹਾਂ ਸਾਡੇ ਜਮਹੂਰੀਅਤ ਹੈ ਜੀ, ਕਿਸੇ ਨੇ ਕਮਿਊਨਿਸਟ ਸਾਡੇ ਹਾਲੀ ਤੱਕ ਸਰਵਾਈਵ ਕਰ ਰਹੇ, ਰਸ਼ੀਆ ਹੀ ਤਾਂ ਖਤਮ ਹੋ ਗਿਆ ਅਤੇ ਸਾਡੇ ਮੁਲਕ 'ਚ ਹਾਲੇ ਵੀ ਕਮਿਊਨਿਸਟ ਪਾਰਟੀ ਹੈਗੀ ਹੈ ਔਰ ਬੜੀ ਫਲਰਿਸ਼ ਕਰ ਰਹੀ ਹੈ। ਠੀਕ ਹੈ, ਇਸ ਤਰ੍ਹਾਂ ਹੋਰ ਵੀ ਕਈ ਪਾਰਟੀਆਂ, ਰਿਲੀਜੀਅਸ ਪਾਰਟੀਆਂ ਵੀ ਹੈਗੀਆਂ, ਨੋਨ ਰਿਲੀਜੀਅਸ ਵੀ ਹੈਗੀਆਂ, ਕਾਂਗਰਸ ਵੀ ਹੈਗੀ ਹੈ, BJP ਵੀ ਹੈਗੀ ਹੈ, ਬਟ ਇੱਕ ਗੱਲ ਜਿਸ ਤਰ੍ਹਾਂ ਦੋਸਤੀ ਦੀ ਚੱਲ ਰਹੀ ਸੀ, ਮੇਰਾ ਖਿਆਲ ਹੈ ਕਿ ਦੇਖੋ ਸਾਡੇ ਪ੍ਰਾਈਮ ਮਿਨਿਸਟਰ ਨੇ ਜੇ ਅੱਜ ਉਹ ਸਪੈਸ਼ਲੀ ਜਦੋਂ ਕਾਬਲ ਤੋਂ ਗਏ ਸਨ ਤਾਂ ਕਾਬਲ ਤੋਂ ਉਹਨਾਂ ਨੇ ਅਨਅਨਾਊਂਸ ਪਰਮਿਸ਼ਨ ਲੈ ਕੇ ਫਲਾਈਟ ਕੀਤੀ ਲਾਹੌਰ, ਔਰ ਜਾ ਕੇ ਉਸ ਵੇਲੇ ਦੇ ਜਿਹੜੇ ਪ੍ਰਾਈਮ ਮਿਨਿਸਟਰ ਸੀ ਨਵਾਜ਼ ਸ਼ਰੀਫ ਸਾਹਿਬ, ਉਹਨਾਂ ਦੇ ਘਰ ਪਰਸਨਲੀ ਗਏ ਵਿਦਾਊਟ ਐਨੀ ਪੌਂਪ ਐਂਡ ਸ਼ੋ। ਕਾਹਦੇ ਵਾਸਤੇ ਗਏ ਸਨ? ਆਈ ਬੈਗ ਯੋਰ ਪਾਰਡਨ ਜੀ, ਨਹੀਂ ਦੇ ਕੋਈ ਸ਼ਾਦੀ ਨਹੀਂ ਸੀ, ਉਹ ਸਿਰਫ ਹੱਥ ਮਿਲਾਉਣ ਦੋਸਤੀ ਦਾ ਇੱਕ, ਜਿਸ ਤਰ੍ਹਾਂ ਹੁੰਦਾ ਨਾ ਸਾਡੇ 'ਚ ਬਿਨ ਬੁਲਾਵੇ ਤੁਸੀਂ ਕਿਸੇ ਦਾ ਘਰ ਚਲੇ ਜਾਓ, ਜੇ ਤਾਂ ਤੁਸੀਂ ਦੋਸਤ ਹੋ ਤੁਹਾਨੂੰ ਜੱਫੀ ਪਾ ਕੇ ਮਿਲੇਗਾ, ਖੁਸ਼ੀ ਨਾਲ ਮਿਲੇਗਾ ਕਿ ਇਹ ਬਿਨ ਬੁਲਾਵੇ ਕਿਸੇ ਬਗੈਰ ਇਨਵੀਟੇਸ਼ਨ ਦੇ ਮੇਰੇ ਘਰ ਆਇਆ, ਉਹ ਐਟਮੋਸਫੇਅਰ ਪੈਦਾ ਕਰਨ ਗਏ ਸਰ। ਅਤੇ ਸੈਯਦ ਸਾਹਿਬ, ਤੁਸੀਂ ਕਿਵੇਂ ਦੇਖਦੇ ਹੋ ਉਸ ਜੋ ਉੱਥੇ ਗਏ ਸੀਗੇ? ਦੇਖੋ ਜੀ, ਉਸ ਵੇਲੇ ਸਾਡਾ ਪ੍ਰਾਈਮ ਮਿਨਿਸਟਰ ਜਿਹੜਾ ਨਵਾਜ਼ ਸ਼ਰੀਫ ਸੀ ਨਾ ਜੀ, ਉਹਦੇ ਦੌਰ 'ਚ ਦੋਸਤ ਸਨ ਦੋਨੋਂ ਪ੍ਰਾਈਮ ਮਿਨਿਸਟਰ, ਨਾ ਉਹਨੇ ਕਦੀ ਲਾਂਘਾ ਖੋਲ੍ਹਣ ਦੀ ਗੱਲ ਕੀਤੀ ਸੀ ਨਾ ਇਹ ਚਾਹੁੰਦੇ ਸਨ। ਹੁਣ ਖੁੱਲ੍ਹ ਗਿਆ ਲਾਂਘਾ, ਉਹਦੀ ਤਕਲੀਫ ਹੋਈ ਹੈ ਮੋਦੀ ਨੂੰ, ਵਰਨਾ ਤੁਸੀਂ ਇਹ ਵੇਖੋ ਕਿ ਨੁਕਸਾਨ ਤਾਂ ਪੰਜਾਬ ਦਾ ਹੈ, ਪੰਜਾਬ ਦੇ ਲੋਕ ਇੱਕ ਦੂਸਰੇ ਨੂੰ ਮਿਲਣਾ ਸ਼ੁਰੂ ਕਰ ਰਹੇ ਸਨ। ਇਹ ਪਹਿਲਾ ਵਫਦ ਜਿਹੜਾ ਹੈ ਤੁਹਾਡਾ ਜਾ ਰਿਹਾ ਸੀ, ਇਸ ਜੰਗ ਦੇ ਵਿੱਚ ਵੀ ਇੰਟੀਰੀਅਰ ਮਿਨਿਸਟਰੀ ਨੇ ਇਹਨਾਂ ਨੂੰ ਵੀਜ਼ੇ ਦੇ ਦਿੱਤੇ ਨੇ, ਲੇਕਿਨ ਕਿਉਂ ਨਹੀਂ ਗਏ? ਇਸ ਵਾਸਤੇ ਕਿ ਅੱਜ ਅਗਰ ਇਹ ਚਲੇ ਜਾਣਗੇ ਤਾਂ ਜਿਸ ਵੇਲੇ ਆਪਣੇ ਮੁਲਕ ਜਾਣਗੇ ਇਹਨਾਂ ਨੂੰ ਪ੍ਰੋਬਲਮ ਹੋਏਗੀ। ਅਤੇ ਮੈਂ ਇਹ ਕਹਿੰਦਾ ਸਰਕਾਰ ਕਿ ਪੰਜਾਬ ਦੇ ਮਗਰੂ ਲੈ ਜਾਣ, ਪੰਜਾਬ ਨੂੰ ਆਪਸ ਵਿੱਚ ਖੁੱਲ੍ਹ ਲੈਣ ਦੇਣ। ਕਰਤਾਰਪੁਰ ਸਾਹਿਬ 71 ਸਾਲ ਵਿੱਚ ਤਾਂ ਨਹੀਂ ਖੁੱਲ੍ਹਿਆ ਨਾ, ਕਿਸੇ ਪੋਲੀਟੀਕਲ ਪਾਰਟੀ ਨੇ ਤਾਂ ਨਹੀਂ ਖੁੱਲ੍ਹਿਆ। ਤੇ ਤੁਹਾਨੂੰ ਲੱਗਦਾ ਕਿ ਇਹ ਸਭ ਕੁਝ ਕਰਤਾਰਪੁਰ ਲਾਂਘੇ ਨੂੰ? ਬਿਲਕੁਲ 100% ਇਹਦਾ, ਇਹਦੇ 'ਚ ਹੋਰ ਕੋਈ ਹੈ ਹੀ ਨਹੀਂ, ਸਿਰਫ ਇਹਨਾਂ ਨੂੰ ਇਹ ਤਕਲੀਫ ਹੋਈ ਹੈ ਕਿ ਇਹ ਕਿਧਰੇ ਸਰਦਾਰ ਜਿਹੜੇ ਨੇ ਤੇ ਪੰਜਾਬ ਵਾਲੇ ਇਹ ਆਪਸ ਵਿੱਚ ਰਲ ਕੇ ਇੱਕ ਦੂਜੇ ਨੂੰ ਇੱਕ ਦੂਜੇ ਨਾਲ ਮਿਲ ਨਾ ਲੈਣ, ਇਹ ਤਕਲੀਫ। ਚਲੋ, ਤੁਹਾਡੇ ਨਾਲ ਸਰਦਾਰ ਸਾਹਿਬ ਬੈਠੇ ਨੇ, ਉਹਨਾਂ ਤੋਂ ਪੁੱਛ ਲੈਂਦੇ ਹਾਂ। ਗੁਰਿੰਦਰਪਾਲ ਜੀ, ਗੁਰਿੰਦਰਪਾਲ ਜੀ। ਹਾਂਜੀ, ਸਾਂਝਾ ਪੰਜਾਬ ਦੇ ਕੋ-ਫਾਊਂਡਰ ਸੈਯਦ ਜੀ ਨੇ ਬੜੀ ਵਧੀਆ ਗੱਲ ਕੀਤੀ ਹੈ ਵੀ ਕਰਤਾਰਪੁਰ ਦੇ ਲਾਂਘੇ ਤੋਂ ਬਾਅਦ ਹੀ ਇਹ ਸਭ ਕੁਝ ਸ਼ੁਰੂ ਹੋਇਆ ਸੀ, ਤੇ ਮੈਨੂੰ ਅਜੇ ਵੀ ਉਮੀਦ ਹੈ ਕਰਤਾਰਪੁਰ ਲਾਂਘਾ ਖੁੱਲੇਗਾ। ਇਹ ਜਿਹੜੇ ਥੋੜ੍ਹੀ ਦੇਰ ਦੇ ਮਾਹੌਲ ਖਰਾਬ ਦੇ ਬੱਦਲ ਛਾਏ ਨੇ, ਇਹ ਜਲਦੀ ਹਟ ਜਾਣਗੇ ਤੇ ਦੋਨੋਂ ਮੁਲਕਾਂ 'ਚ ਆਪਸੀ ਸਾਂਝ ਵਧੇਗੀ। ਤੇ ਮੇਰਾ ਇੱਕ ਹੋਰ ਇੱਥੇ ਵਿਚਾਰ ਮੈਂ ਛੋਟਾ ਜਿਹਾ ਦੇਣਾ ਚਾਹੁੰਦਾ, ਜਿਹੜੀ ਟੈਰਾਰਿਜ਼ਮ ਦੀ ਗੱਲ ਸਾਡੇ ਦੋ ਆਰਮੀ ਆਫੀਸਰਸ ਨੇ ਕੀਤੀ ਹੈ, ਇਸ ਦਾ ਇੱਕੋ ਇੱਕ ਹੱਲ, ਇਹ ਕਿਉਂ ਹੋ ਰਿਹਾ ਵਾ? ਕਸ਼ਮੀਰ ਕਰਕੇ ਹੋ ਰਿਹਾ। ਤੇ ਮੇਰਾ ਆਪਣਾ ਪਰਸਨਲ ਵਿਚਾਰ ਮੈਂ ਇਹ ਕਰ ਦੇਵਾਂਗਾ, ਪਹਿਲੇ ਤਾਂ ਜਿਹੜੇ ਕੁਛ ਇਸ ਟੈਰਰਿਜ਼ਮ ਦੇ ਜ਼ਿੰਮੇਵਾਰ ਪਾਕਿਸਤਾਨ 'ਚ ਹੈਗੇ ਨੇ, ਕੁਛ ਇੱਕ ਦੋ ਪਾਰਟੀਜ਼, ਉਹਨਾਂ ਲੀਡਰਾਂ ਨੂੰ ਇਮਰਾਨ ਖਾਨ ਜੀ ਸ਼ਾਇਦ ਸਜ਼ਾ ਦੇ ਦੇਣ, ਉਸ ਤੋਂ ਬਾਅਦ ਦੋਨੋਂ ਪ੍ਰਾਈਮ ਮਿਨਿਸਟਰ ਬੈਠ ਕੇ ਅਤੇ ਜਿਹੜਾ ਕਸ਼ਮੀਰ ਮਕਬੂਜ਼ਾ ਕਸ਼ਮੀਰ ਪਾਕਿਸਤਾਨ ਕੋ ਅਤੇ ਇੰਡੀਆ ਵਾਲਿਆਂ ਕੋ, ਉਹਨੂੰ ਪੱਕੀ ਸਰਹੰਦ ਬਣਾ ਕੇ ਉੱਥੋਂ ਦੇ ਲੋਕਾਂ 'ਚ ਇੰਡਸਟਰੀ ਲਿਆਉਣ, ਜੋਬਸ ਦੇਣ, ਤਾਂ ਜੋ ਸ਼ਾਂਤੀ ਹੋ ਸਕੇ। ਠੀਕ ਹੈ, ਮੇਰਾ ਇਹ ਵਿਚਾਰ ਹੈ, ਉਸ ਨਾਲ ਹੀ ਟੈਰਰਿਜ਼ਮ ਖਤਮ ਹੋ ਸਕੇ। ਕਾਲਰਸ ਵੀ ਨੇ ਸਾਡੇ ਨਾਲ ਜੀ, ਹੈਲੋ ਵਾਲੇ ਸਰ, ਮੈਂ ਕਾਲਰ ਤੋਂ ਬਾਅਦ ਲੈਣਾ ਤੁਹਾਨੂੰ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਔਨ ਏਅਰ ਹੋ, ਕੌਣ ਬੋਲ ਰਹੇ, ਕਿੱਥੋਂ ਬੋਲ ਰਹੇ? ਸਤਿ ਸ਼੍ਰੀ ਅਕਾਲ ਜੀ, ਬਹਾਦਰ ਸਿੰਘ ਸੀਐਟਲ ਤੋਂ ਬੋਲ ਰਹੇ ਹਾਂ ਜੀ। ਜੀ ਜੀ, ਬਹਾਦਰ ਸਿੰਘ ਜੀ,
ਵਾਲੀਆ ਸਾਹਿਬ ਲਾਲ ਪੱਗ ਵਾਲੇ ਵਾਲੀਆ ਸਾਹਿਬ ਕੁਛ ਗੱਲਾਂ ਕਰਕੇ ਗਲਤ ਹਨ, ਕਿਰਪਾ ਕਰਕੇ ਉਹ ਆਪਣੇ ਸਾਰੇ ਕੰਮਾਂ ਦੀ ਸੁਣਵਾਈ ਕਰ ਲੈਣ। ਕਿਹੜੀ ਗੱਲ ਗਲਤ ਕਹਿ ਗਏ ਤੁਸੀਂ ਉਹ ਵੀ ਵਿਸਥਾਰ ਦੇ ਵਿੱਚ ਦੱਸ ਦਿਓ। ਹੈਲੋ, ਮੈਂ ਤੁਹਾਡੇ ਤੋਂ ਅਪੀਲ ਕਰਾਂਗਾ ਕਿ ਟੀ ਵੀ ਸੈੱਟ ਦੀ ਵੋਲਿਊਮ ਘੱਟ ਰੱਖਿਓ, ਫਿਰ ਤੁਸੀਂ ਇੱਕ ਵਾਰੀ ਜ਼ਰੂਰ ਕਾਲ ਕਰਿਓ ਔਰ ਕਿਹੜੀ ਗੱਲ ਗਲਤ ਕਹਿ ਕੇ ਜ਼ਰੂਰ ਦੱਸਿਓ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਔਨ ਏਅਰ ਹੋ, ਕੌਣ ਬੋਲ ਰਹੇ ਹੋ, ਕਿੱਥੋਂ ਬੋਲ ਰਹੇ ਹੋ? ਮੈਂ ਵਰਿੰਦਰ ਦੂਆ ਬੋਲ ਰਿਹਾ ਸਿਆਟਲ ਤੋਂ ਜੀ। ਦੂਆ ਸਾਹਿਬ, ਕੀ ਰੱਖਣਾ ਚਾਹੋਗੇ ਗੱਲ ਆਪਣੀ? ਮੈਂ ਆਪਣੇ ਬਸ ਥੋੜ੍ਹੇ ਦੋ ਵਿੱਚ ਵਿਚਾਰ ਰੱਖਣਾ ਚਾਹੁੰਦਾ। ਜੀ 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 ਜੀ, ਰੱਖ ਸਕਦੇ ਹੋ ਤੁਸੀਂ? ਹਾਂਜੀ, ਰੱਖ ਸਕਦੇ ਹੋ ਆਪਣੇ ਵਿਚਾਰ। ਮੈਂ ਇਹ ਕਹਿਣਾ ਚਾਹੁੰਦਾ ਕਿ ਜੋ ਕੁਛ ਹੋਇਆ ਗੁੱਡ ਫਾਰ ਐਨੀ ਬਾਰੀ, ਸਪੈਸ਼ਲੀ ਆਈ ਬਿਲੋਂਗ ਟੂ ਅੰਮ੍ਰਿਤਸਰ, ਅੰਮ੍ਰਿਤਸਰ ਇਜ਼ ਦ ਮੋਸਟ ਇਫੈਕਟਿਵ ਪਲੇਸ ਜੀ। ਉੱਥੋਂ ਦੇ ਉਹਨਾਂ ਨੇ ਯੂ ਨੋ ਮੋਟਾਰੀ ਬਾਰਡਰ ਇਜ਼ ਰਾਈਟ ਅਬਾਊਟ 25 ਮਾਈਲਸ ਅਵੇ, ਤੇ ਹੁਣ ਉਹਨਾਂ ਦਾ ਬਾਰਡਰ ਬੰਦ ਹੋਇਆ, ਉੱਥੋਂ ਦਾ ਬਿਜ਼ਨਸ ਖਰਾਬ ਹੋਏਗਾ ਤੇ ਉੱਧਰੋਂ ਦਾ ਵੀ ਬਿਜ਼ਨਸ ਖਰਾਬ ਹੋਏਗਾ। ਮੈਂ ਦੈਟਸ ਔਰ ਮੋਰ ਓਵਰ ਆਈ ਮਾਈਸੈਲਫ ਪਾਰਟਿਸਿਪੇਟ ਇਨ 1965 ਵਾਰ ਜੀ ਜੀ। ਆਈ ਲਾਸਟ ਮਾਈ ਬ੍ਰਦਰ ਹੂ ਵਾਸ ਅ ਲੈਫਟੀਨੈਂਟ ਦੈਨ। ਬਹੁਤ ਦੁੱਖ ਦੀ ਗੱਲ ਹੈ ਜੀ, ਬਹੁਤ ਦੁੱਖ ਦੀ ਗੱਲ ਹੈ। ਹੋਰ ਵੀ ਕਾਲਰਸ ਨੇ, ਸਤਿ ਸ਼੍ਰੀ ਅਕਾਲ ਜੀ, ਤੁਸੀਂ ਔਨ ਏਅਰ ਕੌਣ ਬੋਲ ਰਹੇ ਹੋ, ਕਿੱਥੋਂ ਬੋਲ ਰਹੇ ਹੋ? ਹੈਲੋ ਹੈਲੋ ਜੀ ਜੀ ਜੀ, ਆਪਣੀ ਗੱਲ ਰੱਖ ਸਕਦੇ ਤੁਸੀਂ ਔਨ ਏਅਰ ਹੋ? ਵਾਲੀਆ ਸਾਹਿਬ ਜੀ, ਸਤਿ ਸ਼੍ਰੀ ਅਕਾਲ ਜੀ। ਜੀ ਸਤਿ ਸ਼੍ਰੀ ਅਕਾਲ ਜੀ, ਤੇ ਸਿੰਘ ਨੇ ਵਾਲੀਆ ਸਾਹਿਬ ਬੈਠੇ ਨੇ ਤੁਹਾਡੇ ਕੋਲ, ਉਹਨਾਂ ਨੂੰ ਸਤਿ ਸ਼੍ਰੀ ਅਕਾਲ ਤੇ ਤੇਰੇ ਕੋਲ ਭਾਈ ਸਾਹਿਬ ਜੀ ਬੈਠੇ ਨੇ ਜੀ, ਇਹਨਾਂ ਨੂੰ ਸਤਿ ਸ਼੍ਰੀ ਅਕਾਲ ਜੀ ਜੀ। ਮੈਂ ਤੇ ਇਹ ਬੇਨਤੀ ਕਰਦਾ ਜੀ, ਲਾਈਨ ਆਫ ਕੰਟਰੋਲ ਹਨ ਜ਼ਰੂਰੀ ਹੈ younger generation. And he knows the realities of the street in Pakistan. Ji, ji. Aur oh jo bhi kuch kar rahe ne us cheez nu represent kar rahe ne aur oh eh jinniyan sadiyan puraniyan talkhiyan ne unhan nu samajhde ne aur pehla kam unhan ne aandya naal jo kuch kita unhan ne Hindustan nu mashwara ditta apna invitation ditti ke sade prime ministers UN the sidelines te milan lekin kide prime minister ne us nu deny kita har gal de utte jadon vi ਹਿੰਦੁਸਤਾਨ ਨੂੰ ਪਾਕਿਸਤਾਨ ਆਫਰ ਕਰਦਾ ਕਿ ਲੈਟਸ ਸਿਟ ਡਾਊਨ ਐਂਡ ਰਿਜ਼ੋਲਵ ਦ ਪ੍ਰੋਬਲਮਸ, ਵਾਈ ਇਜ਼ ਇੰਡੀਆ ਆਲਵੇਜ਼ ਸ਼ਾਈ ਆਫ ਐਕਸੈਪਟਿੰਗ ਦਿਸ? ਇੰਡੀਆ ਕਹਿੰਦਾ ਕਿ ਜਦ ਵਾਰ ਡਾਇਲੋਗ ਦੀ ਗੱਲ ਹੁੰਦੀ ਹੈ ਹਮੇਸ਼ਾ ਚਾਕੂ ਘੋਪਿਆ ਜਾਂਦਾ ਹੈ। ਅਲੂਵਾਲੇ ਸਾਹਿਬ, ਤੁਸੀਂ ਡਸਨਟ ਮੈਟਰ, ਚਾਕੂ ਮੈਂ ਇੱਥੇ ਜਵਾਬ ਦੇਵਾਂਗਾ ਤੁਹਾਨੂੰ। ਚਾਕੂ ਕੋਪਨ ਕਰਨ ਵਾਲੇ ਕੋਲ ਅਸੀਂ ਡਰ ਜਾਣਾ ਪੀਸ ਨੂੰ ਲਿਆਉਣ ਵਾਸਤੇ? ਚਾਕੂ ਕੋਪਨ ਨੂੰ ਕੋਪਨ ਦਿਓ, ਅਸੀਂ ਫਿਰ ਵੀ ਮਿਲਾਂਗੇ। ਚਲੋ ਅਲੂਵਾਲੇ ਸਾਹਿਬ, ਦੇਖੋ ਜੀ, ਪੀਸ ਤੇ ਸਭ ਚਾਹੁੰਦੇ ਨੇ ਜੀ, ਔਰ ਜਦ ਤੱਕ ਅੱਜ ਦੀ ਗੌਰਮੈਂਟ ਹੈ ਜਾਂ ਜੋ ਪੁਰਾਣੀਆਂ ਵੀ ਗੌਰਮੈਂਟ ਸਾਡੀ ਹਿੰਦੁਸਤਾਨ 'ਚ ਰਹੀਆਂ, ਸਾਰੀਆਂ ਜਮਹੂਰੀਅਤ ਰਹੀ ਹੈ, ਸਪੈਸ਼ਲੀ ਜੋ ਇੱਥੇ ਰਹਿੰਦੀਆਂ ਹੋਈ ਮੈਨੂੰ ਜੋ ਲੱਗਾ ਹੈ, ਔਰ ਜੋ ਤਰੱਕੀ ਹਿੰਦੁਸਤਾਨ ਇਸ ਲਈ ਕਰ ਰਿਹਾ ਹੈਗਾ ਅੰਡਰ ਦ ਪ੍ਰੈਜੈਂਟ ਗੌਰਮੈਂਟ ਇਜ਼ ਵੰਡਰਫੁਲ। ਔਰ ਪਹਿਲਾਂ ਤਾਂ ਮੈਂ ਕਰਤਾਰਪੁਰ ਕੋਰੀਡੋਰ ਦੀ ਗੱਲ ਕਰਨਾ, ਠੀਕ ਹੈ, ਲੋਕਾਂ ਨੂੰ ਬੜਾ ਸ਼ੱਕ ਹੈ ਕਿ ਉਹ ਨਹੀਂ ਖੁੱਲ੍ਹੇਗਾ, ਖੁੱਲ੍ਹੇਗਾ, ਜ਼ਰੂਰ ਖੁੱਲ੍ਹੇਗਾ, ਔਰ ਉਹਦੀ ਜੇ ਅਗਰ ਹਿੰਦੁਸਤਾਨ ਵੱਲੋਂ ਥੋੜ੍ਹੀ ਦੇਰ ਹੋ ਰਹੀ ਹੈ, ਉਹਦੀ ਵਜ੍ਹਾ ਇਹ ਹੈ, ਦੇਰ ਇਜ਼ ਅ ਲਾਅ ਐਂਡ ਆਰਡਰ ਇਨ ਆਰ ਕੰਟਰੀ, ਕੋਈ ਡਿਟੈਕਟਰਸ਼ਿਪ ਨਹੀਂ ਹੈਗੀ ਕਿ ਤੁਹਾਡੀ ਜ਼ਮੀਨ ਹੈ ਅਤੇ ਇੱਥੇ ਵੀ ਤੁਸੀਂ ਦੇਖ ਲਓ ਉਹ ਵਾਲ ਬਣ ਰਹੀ ਹੈ, ਕਿਸੇ ਜਗ੍ਹਾ ਰੁਕ ਗਈ ਹੈ ਕਿਉਂਕਿ ਪ੍ਰਾਈਵੇਟ ਕਿਸੇ 'ਚ ਜ਼ਮੀਨ ਅਕੁਆਇਰ ਨਹੀਂ ਕਰ ਸਕਦੇ। ਸੋ ਦੇ ਕੋਰਟਾਂ ਦਾ ਤੁਹਾਨੂੰ ਪਤਾ ਹੀ ਹੈ ਕਿ ਕਿੰਨਾ ਕਿੰਨਾ ਟਾਈਮ ਲੱਗਦਾ, ਇੱਥੇ ਕੋਈ ਆਰਡਨੈਂਸ ਨਹੀਂ ਪਾਸ ਕਰ ਸਕਦੇ, ਕੋਈ ਆਰਡਨੈਂਸ ਪਾਸ ਕੀਤਾ ਤਾਂ ਅਗਲੇ ਦੀ ਜ਼ਮੀਨ ਅਕੁਆਇਰ ਕਰ ਲਓ ਤੁਸੀਂ। ਗੌਰਮੈਂਟ ਜੋ ਮੈਂ ਪੜ੍ਹਿਆ ਸੁਣਿਆ ਉਹ ਇਹ ਹੈ ਕਿ ਗੌਰਮੈਂਟ ਟਰਾਈ ਕਰ ਰਹੀ ਹੈ ਕਿ ਜਿੰਨੀ ਜ਼ਮੀਨ ਚਾਹੀਦੀ ਹੈ ਕੋਰੀਡੋਰ ਵਾਸਤੇ ਉਹ ਰਿਕੁਆਇਰ ਕੀਤੀ ਜਾਏ, ਪ੍ਰੋਪਰ ਅੰਡਰ ਲਾਅ ਐਂਡ ਆਰਡਰ ਕੰਪਨਸੇਸ਼ਨ ਪੇ ਕੀਤੀ ਜਾਏ ਔਰ ਫਿਰ ਉਹਦਾ ਬਣੇ। ਔਰ ਦੂਸਰੀ ਗੱਲ, ਪ੍ਰਾਈਮ ਮਿਨਿਸਟਰ ਮੋਦੀ ਸਾਹਿਬ ਨੇ ਆਪਣਾ ਜਿਹੜਾ ਇਲੈਕਸ਼ਨ ਮੈਨੀਫੈਸਟੋ ਸੀ, ਆਈ ਥਿੰਕ ਉਹਨਾਂ ਨੇ ਜੋ ਮੈਂ ਅਖਬਾਰ 'ਚ ਪੜ੍ਹਿਆ ਮੈਂ
ਨਾ ਕਿਸੇ ਪਾਰਟੀ ਦਾ ਮੈਂਬਰ ਹੈਗਾ ਅਤੇ ਨਾ ਮੈਂ ਕਦੀ ਵੋਟ ਕੀਤਾ ਇਹ ਮੈਂ ਤੁਹਾਨੂੰ ਦੱਸ ਦੇਵਾਂ ਕਿ ਤੁਸੀਂ ਗਲਤ ਫਹਿਮੀ 'ਚ ਨਾ ਰਹਿਣਾ ਮੈਂ ਹਾਲੇ ਤੱਕ ਕਦੀ ਵੋਟ ਨਹੀਂ ਕੀਤਾ ਐਬਸੋਲੂਟਲੀ ਅਤੇ ਉਹ ਇਹ ਹੈ ਕਿ ਉਹਨਾਂ ਨੇ ਆਪਣਾ ਮੈਨੀਫੈਸਟੋ ਵੀ ਜਾ ਕੇ ਉੱਥੇ ਗੁਰਦਾਸਪੁਰ ਤੋਂ ਰਿਲੀਜ਼ ਕੀਤਾ ਉਹਦੀ ਵਜ੍ਹਾ ਕੀ ਉਹ ਦਿੱਲੀਓਂ ਵੀ ਕਰ ਸਕਦੇ ਸੀ ਗੁਜਰਾਤ ਤੋਂ ਵੀ ਕਰ ਸਕਦੀ ਉਹ ਵਜ੍ਹਾ ਇਹ ਸੀ ਕਿ ਬਈ ਕਰਤਾਰਪੁਰ ਸਾਹਿਬ ਦਾ ਜਿਹੜਾ ਕੋਰੀਡੋਰ ਖੋਲ ਰਿਹਾ ਉਹਦੀ ਇੰਪੋਰਟੈਂਸ ਵਾਸਤੇ ਠੀਕ ਹੈ ਡਾਕਟਰ ਟੀਨਾ ਵਾਂਟ ਟੂ ਸੇ ਸਮਥਿੰਗ ਡਾਕਟਰ ਟੀਨਾ ਹਾਂਜੀ ਮੈਂ ਕਹਿ ਰਿਹਾ ਸੀ ਕਿ ਅਸੀਂ ਤਾਂ ਸਾਰੇ ਕਰਤਾਰਪੁਰ ਕਾਰੀਡੋਰ ਦੀ ਗੱਲ ਕਰ ਰਹੇ ਹਾਂ ਸਾਨੂੰ ਨਨਕਾਣਾ ਸਾਹਿਬ ਤਾਂ ਓਨਾ ਹੀ ਪਿਆਰਾ ਮੈਂ ਕਹਿੰਦਾ ਕਿ ਪੰਜਾਬ ਦੇ ਉੱਤੇ ਬਾਰਡਰ ਹੋਣਾ ਨਹੀਂ ਚਾਹੀਦਾ ਸਾਨੂੰ ਖੁੱਲ੍ਹੇ ਦਰਸ਼ਨ ਨਾਲ ਹਰ ਸਿੱਖ ਅਰਦਾਸ ਕਰਦਾ ਕਿ ਵਿਛੜੇ ਗੁਰਧਾਮਾਂ ਦੇ ਖੁੱਲ੍ਹੇ ਦਰਸ਼ਨ ਇਸ਼ਨਾਨ ਅਤੇ ਮੇਰੀ ਅਸੀਂ ਸਿਰਫ ਮੈਂ ਨਹੀਂ ਕਰਦਾ ਸਾਰੀ ਦੁਨੀਆਂ 'ਚ ਕਰਦੇ ਨੇ ਕਿ ਸਾਨੂੰ ਨਨਕਾਣਾ ਸਾਹਿਬ ਵੀ ਓਨਾ ਹੀ ਪਿਆਰਾ ਜਿੰਨਾ ਕਰਤਾਰਪੁਰ ਪਿਆਰਾ ਸਾਨੂੰ ਲਾਹੌਰ ਵੀ ਓਨਾ ਹੀ ਪਿਆਰਾ ਅਤੇ ਮੈਂ ਕਹਿੰਦਾ ਪੰਜਾਬ ਦੇ ਉੱਧਰ ਬਾਰਡਰ ਹੋਣਾ ਹੀ ਨਹੀਂ ਚਾਹੀਦਾ ਸਾਨੂੰ ਅੰਮ੍ਰਿਤਸਰ ਉਸ ਤੋਂ ਵੀ ਬਹੁਤਾ ਪਿਆਰਾ ਜੀ ਅਤੇ ਮਤਲਬ ਕਹਿਣ ਦਾ ਭਾਵ ਹੈ ਕਿ ਇੱਕ ਦੂਜੇ ਦੇ ਰਿਲੀਜੀਅਸ ਐਕਸਪੈਕਟਸ ਨੂੰ ਅਸੀਂ ਪਿਆਰ ਕਰਦੇ ਹਾਂ ਮੁਹੱਬਤ ਕਰਦੇ ਹਾਂ ਔਰ ਜਿਸ ਤਰੀਕੇ ਨਾਲ ਤੁਸੀਂ ਆਪਣੀ ਗੱਲ ਰੱਖੀ ਮੈਂ ਇੱਥੇ ਮਨਜ਼ੂਰ ਹੁਸੈਨ ਕੁਝ ਕਹਿਣਾ ਚਾਹੁੰਦੇ ਹਨ ਉਹਨਾਂ ਦੇ ਵੀ ਮੈਂ ਤਰਕ ਜਾਣ ਲਵਾਂ ਇੱਕ ਵਾਰੀ ਮੇਰਾ ਸਵਾਲ ਹੈ ਵਾਲੀਆ ਸਾਹਿਬ ਨਾਲ ਕਿ UN ਯੂਨਾਈਟਿਡ ਨੇਸ਼ਨ ਸਿਕਿਉਰਟੀ ਕੌਂਸਲ ਦੀ ਰੈਜ਼ੋਲੂਸ਼ਨ 47 ਹੈ ਜਿਹੜੀ ਉਹ ਕਸ਼ਮੀਰੀਆਂ ਨੂੰ ਇਸਤਸਵਾਬ ਰਾਏ ਯਾਨੀ ਪਲੈਬਿਸਾਈਡ ਦਾ ਹੱਕ ਦਿੰਦੀ ਹੈ ਅਤੇ ਬੋਨ ਆਫ ਕੰਟੈਂਸ਼ਨ ਦੀ ਇਸ ਜੋ ਮੇਜਰ ਜੋ ਬੋਨ ਆਫ ਕੰਟੈਂਸ਼ਨ ਇੱਕ ਇੰਡੀਆ ਪਾਕਿਸਤਾਨ 'ਚ ਉਹ ਕਸ਼ਮੀਰ ਹੈ ਜਿਹਦੀ ਵਜ੍ਹਾ ਨਾਲ ਦੋ ਮੇਜਰ ਜੰਗਾਂ ਵੀ ਪਾਕਿਸਤਾਨ ਲੜ ਚੁੱਕਿਆ ਜੀ ਅਤੇ ਉਸ ਦੇ ਬਜਾਏ ਇੰਡੀਆ ਨੇ 500,000 ਤੋਂ ਜ਼ਿਆਦਾ ਫੌਜ ਕਸ਼ਮੀਰ 'ਚ ਭੇਜ ਕੇ ਅਤੇ ਕਸ਼ਮੀਰੀਆਂ ਦੇ ਨਾਲ ਜਿਹੜਾ ਕੁਛ ਹੋ ਰਿਹਾ ਸਾਰੀ ਦੁਨੀਆ ਜਾਣਦੀ ਯੂਨਾਈਟਿਡ ਨੇਸ਼ਨ ਨੇ ਵੀ ਅਤੇ ਉਹ ਤੁਸੀਂ ਕਿਉਂ ਨਹੀਂ ਰਿਜ਼ੋਲਵ ਕਰਦੇ ਉਹਨਾਂ ਨੂੰ ਪਲੈਬਿਸਾਈਡ ਦਾ ਹੱਕ ਕਿਉਂ ਨਹੀਂ ਦਿੰਦੇ ਤੁਸੀਂ ਪਹਿਲਾਂ ਜੀ ਮੈਨੂੰ ਇਹ ਦੱਸੋ ਕਿ ਪਾਕਿਸਤਾਨ ਜਿਸਲੇ ਬਣਿਆ ਸੀ ਸਾਰੀਆਂ ਜਿਹੜੀਆਂ ਸਟੇਟਾਂ ਸਨ ਉਹ ਇੰਡੀਪੈਂਡੈਂਟ ਹੋ ਗਈਆਂ ਸਨ ਪਾਕਿਸਤਾਨ ਤਾਂ ਬਣ ਗਿਆ ਬਿਕੋਜ਼ ਦਾ ਮੁਸਲਿਮ ਪਾਪੂਲੇਸ਼ਨ ਉਸ ਏਰੀਆ 'ਚ ਜ਼ਿਆਦਾ ਸੀ ਉਹ ਹੁਣ ਸ਼ੁਰੂ 'ਚ ਮੈਂ ਕਿਹਾ ਸੀ ਕਿ ਇਸ ਸੈਂਚਰੀ ਦੇ ਵਿੱਚ ਜਾਂ ਹਾਲੀ ਤੱਕ ਸਿਰਫ ਦੋ ਮੁਲਕ ਬਣੇ ਨੇ ਕੌਮ ਦੀ ਬੇਸਿਸ 'ਤੇ ਇੱਕ ਪਾਕਿਸਤਾਨ ਔਰ ਇੱਕ ਇਜ਼ਰਾਈਲ ਜਿਸਲੇ ਡਿਵੀਜ਼ਨ ਹੋਈ ਪਾਕਿਸਤਾਨ ਚਲਾ ਗਿਆ ਇਹ ਜਿਹੜੀਆਂ ਸਟੇਟਾਂ ਸਨ ਉਹਨਾਂ ਦੇ ਜਿਹੜੇ ਬਾਦਸ਼ਾਹ ਸਨ ਉਹਨਾਂ ਨੂੰ ਹਕੂਕ ਸੀ ਜਿਹਦੇ ਨਾਲ ਮਰਜ਼ੀ ਜੁਆਇਨ ਕਰਨ ਇਹ ਮੰਨਣਾ ਕਿ ਉੱਥੇ ਮੁਸਲਮਾਨ ਪਾਪੂਲੇਸ਼ਨ ਜ਼ਿਆਦਾ ਸੀ ਪਰ ਬਾਕੀ ਵੀ ਹੋਰ ਸਟੇਟਾਂ ਸਨ ਜਿਹੜੀਆਂ ਹਿੰਦੁਸਤਾਨ ਨਾਲ ਕੁਝ ਜੁਆਇਨ ਕੀਤੀਆਂ ਕੁਛ ਪਾਕਿਸਤਾਨ ਨਾਲ ਜੁਆਇਨ ਕੀਤੀਆਂ ਉਹਨਾਂ ਨੇ ਤੁਸੀਂ ਹਿਸਟਰੀ ਚੈੱਕ ਕਰੋ ਪਲੀਜ਼ ਦਿਸ ਇਜ਼ ਨਾਟ ਦ ਹਿਸਟਰੀ ਸਰ ਮਿਸਟਰ ਮਲਿਕ ਓਕੇ ਯੂ ਕੈਨ ਟੈਲ ਦ ਹਿਸਟਰੀ ਯੂ ਕੈਨ ਟੈਲ ਦ ਹਿਸਟਰੀ ਵੈਲ ਆਈ ਵੁੱਡ ਨੀਡ ਅ ਲੋਟ ਆਫ ਟਾਈਮ ਟੂ ਐਕਸਪਲੇਨ ਦਿਸ ਹਿਸਟਰੀ ਐਟ ਦੈਟ ਟਾਈਮ ਬਿਕੋਜ਼ ਮੇਰੇ ਕੋਲ ਸਮਾਂ ਨਹੀਂ ਹੈਗਾ ਆਈ ਹੈਵ ਟੂ ਐਂਡ ਦਿਸ ਪ੍ਰੋਗਰਾਮ ਬਟ ਤੁਸੀਂ ਆਪਣੀ ਗੱਲ ਰੱਖੋ ਕਲੋਜ਼ਿੰਗ ਕਮੈਂਟ ਰੱਖੋ ਕਲੋਜ਼ਿੰਗ ਕਮੈਂਟ ਮੇਰਾ ਇਹ ਹੈ ਜੀ ਕਿ ਕਸ਼ਮੀਰ ਦੇ ਵਿੱਚ ਜੋ ਇੰਡੀਪੈਂਡੈਂਸ ਆਫ ਇੰਡੀਆ ਐਕਟ ਜਿਸ ਦੇ ਤਹਿਤ ਪਾਰਟੀਸ਼ਨ ਹੋਈ ਸੀ ਕਸ਼ਮੀਰ ਦੇ ਵਿੱਚ ਮਹਾਰਾਜਾ ਨੂੰ ਉਸ ਸਟੇਜ ਦੇ ਉੱਤੇ ਜਦੋਂ ਕਿ ਉਹਨੇ ਜੁਆਇਨ ਕਰਨਾ ਸੀ ਦੇ ਵਾਜ਼ ਸਮ ਅਨਾਮਲੀ ਦੈਟ ਹੈਪਨ ਓਵਰਨਾਈਟ ਮਹਾਰਾਜਾ ਵਾਜ਼ ਕਾਲਡ ਟੂ ਦਿੱਲੀ ਐਂਡ ਦੀ ਹੋਲ ਪਲੈਨ ਵਾਜ਼ ਚੇਂਜਡ ਦਿਸ ਡਿਡ ਨਾਟ ਹੈਪਨ ਅਕੋਰਡਿੰਗ ਟੂ ਦ ਵੇ ਦਿਸ ਵਾਜ਼ ਡਿਸਾਈਡਿਡ ਦੈਟ ਆਲ ਦੀ ਮੈਜੋਰਿਟੀ regions of India will go to Pakistan and Kashmir was in the plans it was with Pakistan but at the last moment there was something between the Viceroy Pandit Jawaharlal Nehru and the Maharaja it's a long history you can do another program on but that I would like to tell viewers main Mohammad Jinnah da vi tusi na leo vich oh vi sige us time but apa is nu hun debatable nahi banana chahunde lekin apa chahunde ha ki is masle de utte hal kadya jave aur ਅੱਜ ਪਬਲਿਕ ਦੀ ਹੈਵੀ ਡਿਮਾਂਡ ਦੇ ਉੱਤੇ ਅੱਜ ਇਸ ਮੰਚ ਨੂੰ ਅਸੀਂ ਸਜਾਇਆ ਸੀਗਾ ਕਾਫੀ ਸਾਰੀ ਕਾਲਾਂ ਇਸ ਟਾਈਮ ਇਸ ਮੇਰੇ ਨਾਲ ਕਾਲ ਪਈਆਂ ਹੋਈਆਂ ਕਿਊ ਦੇ ਵਿੱਚ ਲੇਕਿਨ ਮੈਂ ਤੁਹਾਡੇ ਤੋਂ ਮਾਫੀ ਚਾਹਾਂਗਾ ਕਿ ਮੈਂ ਤੁਹਾਡੀ ਕਾਲਸ ਨਹੀਂ ਲੈ ਸਕਦਾ ਲੇਕਿਨ ਅਸੀਂ ਜ਼ਰੂਰ ਇਸ ਮੁੱਦੇ ਨੂੰ ਕੋਸ਼ਿਸ਼ ਕਰਾਂਗੇ ਕਿ ਨੈਕਸਟ ਵੀਕ ਵੀ ਇਸੇ ਤਰੀਕੇ ਨਾਲ ਅਸੀਂ ਲੈ ਕੇ ਆਈਏ ਤੁਹਾਡੇ ਸਾਹਮਣੇ ਤੁਸੀਂ ਆਪਣੀ ਗੱਲ ਉਸ ਟਾਈਮ ਰੱਖ ਸਕੋ ਜੇਕਰ ਤੁਸੀਂ ਆਪਣੀ ਗੱਲ ਕੁਝ ਕਹਿਣਾ ਚਾਹੁੰਦੇ ਹੋ ਔਰ ਅੱਜ ਨਹੀਂ ਕਹਿ ਸਕੇ ਮੈਨੂੰ ਮੇਲ ਕਰ ਸਕਦੇ ਹੋ harkeerat@justbroadcasting.com ਦੇ ਉੱਤੇ ਆਏ ਹੋਏ ਸਾਰੇ ਪੈਨਲਿਸਟ ਔਰ ਆਏ ਹੋਏ ਸਾਰੇ ਤਮਾਮ ਮਹਿਮਾਨ ਜਿਹੜੇ ਸਾਡੇ ਨਾਲ ਅੱਜ ਪਹੁੰਚੇ ਸਟੂਡੀਓ ਦੇ ਵਿੱਚ ਮੈਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਨਾ ਚਾਹਾਂਗਾ ਕਿ ਤੁਸੀਂ ਆਪਣਾ ਕੀਮਤੀ ਸਮਾਂ ਕੱਢ ਕੇ ਸਾਡੇ ਕੋਲ ਇੱਥੇ ਪਹੁੰਚੇ ਔਰ ਅੱਜ ਆਪਣੇ ਵਿਚਾਰ ਸਾਡੇ ਨਾਲ ਤੁਸੀਂ ਸਾਂਝੇ ਕੀਤੇ ਬਹੁਤ ਬਹੁਤ ਧੰਨਵਾਦ ਕਰਨਲ ਮਲਿਕ ਬਹੁਤ ਬਹੁਤ ਧੰਨਵਾਦ ਆਲਵਾਲੇ ਸਾਹਿਬ ਤੁਸੀਂ ਆਪਣੀ ਗੱਲ ਰੱਖੀ ਔਰ ਅੱਜ ਇਸ ਮੁੱਦੇ ਦੇ ਉੱਤੇ ਅਸੀਂ ਇਸ ਮਸਲੇ ਨੂੰ ਸੁਲਝਾਉਣ ਦੀ ਕੋਸ਼ਿਸ਼ ਕੀਤੀ ਔਰ ਜਸਟ ਬ੍ਰੋਡਕਾਸਟਿੰਗ
ਆਉਣ ਵਾਲੇ ਸਮੇਂ ਦੇ ਵਿੱਚ ਵੀ ਆਪਣੀ ਜ਼ਿੰਮੇਵਾਰੀ ਨੂੰ ਸਮਝਦਾ ਹੋਇਆ ਇਸ ਮਸਲੇ ਨੂੰ ਸੁਲਝਾਏਗਾ ਔਰ ਉਹਨੂੰ ਮੁੱਦਾ ਨਹੀਂ ਬਣਾਏਗਾ, ਕਿਉਂਕਿ ਮੁੱਦਾ ਬਣਾਉਣਾ ਸਾਡਾ ਕੰਮ ਨਹੀਂ ਹੈਗਾ। ਸਾਡਾ ਕੰਮ ਹੈਗਾ ਅੱਜ ਦੇ ਮੁੱਦੇ ਦੇ ਉੱਤੇ ਵਿਚਾਰ ਕਰਨਾ ਔਰ ਇਸ ਮੰਚ ਨੂੰ ਖੋਲ੍ਹਣਾ ਤੁਹਾਡੇ ਲਈ। ਬਹੁਤ ਬਹੁਤ ਧੰਨਵਾਦ। ਮੈਂ ਸੀਗਾ ਹਰਕੀਰਤ ਸਿੰਘ ਆਲੂਵਾਲੀਆ। ਸਤਿ ਸ੍ਰੀ ਅਕਾਲ। ਥੈਂਕ ਯੂ ਵੈਰੀ ਮਚ।